ਟ੍ਰਾਈਬਸ ਮਤਲਬ ਕੋਈ ਵੀ ਗਰੁੱਪ ਕਬੀਲੇ ਪੀਪਲ ਹਾਂ ਕਬੀਲੇ ਪੰਜਾਬੀ ਚ ਕਬੀਲੇ ਕੋਈ ਵੀ ਗਰੁੱਪ ਜਿਹੜਾ ਸੇਮ ਰੀਤੀ ਰਿਵਾਜ ਭਾਸ਼ਾ ਸੇਮ ਕਸਟਮਸ ਟ੍ਰੈਡੀਸ਼ਨਸ ਨੂੰ ਫੋਲੋ ਕਰਦੇ ਹੋਣ ਜਿਹੜੇ ਤੇ ਸੈਂਸ ਆਫ ਯੂਨਿਟੀ ਹੋਵੇ ਉਹਨਾਂ ਦੇ ਵਿੱਚ ਇਕਤਾ ਇਕਤਾ ਦਾ ਇਕਤਾ ਦੀ ਹੋਵੇ ਸੈਂਸ ਹੋਵੇ ਕਿ ਉਹ ਉਹ ਮਤਲਬ ਕਬੀਲਾ ਫਾਰਮ ਕਰ ਲੈਂਦੇ ਆ ਮੋਸਟਲੀ ਕਬੀਲੇ ਜਿਹੜੇ ਐਨਸੈਸਟਰੀ ਤੇ ਤੇ ਤੁਹਾਡੇ ਬਲੱਡ ਰਿਲੇਸ਼ਨ ਤੋਂ ਫਾਰਮ ਹੁੰਦੇ ਆ ਸਟਾਰਟਿੰਗ ਤੋਂ ਤੇ ਆਈ ਪਹਿਲਾਂ ਆਪਣੇ ਹੁੰਦੇ ਸੀਗੇ ਤੇ ਉਦੋਂ ਹੰਟਰ ਐਂਡ ਗੈਦਰਰ ਸੀਗੇ ਆਪਣੇ ਕਿ ਇੱਕ ਸ਼ਿਕਾਰ ਕਰਕੇ ਖੰਦੇਸੀ ਹਨ ਹੌਲੀ ਹੌਲੀ ਫਿਰ ਹੌਲੀ ਹੌਲੀ ਓਵਰ ਦਾ ਟਾਈਮ ਐਗਰੀਕਲਚਰ ਰੈਵਲੂਸ਼ਨ ਆਇਆ ਤੇ ਐਗਰੀਕਲਚਰ ਸੈਟਲਮੈਂਟ ਬੱਚ ਸੈਟਲਮੈਂਟ ਹੋਣ ਲੱਗੀਆਂ ਹਨ ਤੇ ਕਬੀਲੇ ਹੋਰ ਵਸ ਗਏ ਕਈ ਕਬੀਲੇ ਖਤਮ ਵੀ ਹੋ ਗਏ ਤੇ ਕਈ ਕਬੀਲੇ ਹੌਲੀ ਹੌਲੀ ਕਈ ਕਬੀਲੇ ਡਿਵੈਲਪ ਹੋ ਗਏ ਇੰਨੇ ਇੰਨੇ ਅੰਦਰ ਚਲੇ ਗਏ ਜੰਗਲਾਂ ਦੇ ਵਿੱਚ ਮਤਲਬ ਤੁਹਾਨੂੰ ਪਤਾ ਕਿ ਜੰਗਲਾਂ ਦੇ ਹਨ ਜਿਵੇਂ ਐਮਾਜ਼ਨ ਜੰਗਲ ਦਾ ਆਪਣਾ ਨਾਮ ਸੁਣਿਆ ਹਨ ਐਮਾਜ਼ਨ ਰੇਨ ਰੇਨ ਫੋਰੈਸਟ ਉੱਥੇ ਕਈ ਐਜ ਕਬੀਲੇ ਵੀ ਹੈਗੇ ਆ ਜਿਹੜੇ ਅੱਜ ਤੱਕ ਕੋਈ ਉੱਥੇ ਪਹੁੰਚਿਆ ਹੀ ਨਹੀਂ ਨਾ ਉਹਨਾਂ ਦਾ ਕੋਈ ਬਾਈ ਬਹੁਤ ਹੈ ਨਹੀਂ ਹਾਂ ਮਤਲਬ ਉਹਨਾਂ ਦਾ ਕੰਟੈਕਟ ਹੀ ਨਹੀਂ ਹੋਇਆ ਕਿਉਂਕਿ ਜੰਗਲ ਵੱਡਾ ਹੀ ਬਹੁਤ ਹੈ ਬਿਲਕੁਲ ਤੇ ਉਹਨਾਂ ਨੂੰ ਆਪਾਂ ਅਨ ਕੰਟੈਕਟਡ ਟ੍ਰਾਈਬਸ ਕਹਿ ਦਿੰਦੇ ਆ ਨਾ ਤੇ ਅਨ ਕੰਟੈਕਟਡ ਕਹਿ ਦਿੰਦੇ ਆ ਟ੍ਰਾਈਬਸ ਮਤਲਬ ਆਪ ਨੂੰ ਪਤਾ ਕਿਵੇਂ ਆ ਬਈ ਉੱਥੇ ਹੈਗੀਆਂ ਟ੍ਰਾਈਬਸ ਬਹੁਤ ਚੀਜ਼ਾਂ ਸੀਗੀਆਂ ਜਿਵੇਂ ਏਰੀਅਲ ਫੁਟੇਜ ਇਹਨਾਂ ਨੂੰ ਮਿਲੀਆਂ ਫਿਰ ਬਾਕੀ ਹੋਰ ਵੀ ਜਿਵੇਂ ਹਾਂ ਆਪਣਾ ਡੀ ਫੋਰੈਸਟੇਸ਼ਨ ਵਗੈਰਾ ਕਰਦੇ ਨੇ ਉਦੋਂ ਦੇਖਦੇ ਨੇ ਮਤਲਬ ਐਕਸਪਲੋਰੇਸ਼ਨ ਜਦੋਂ ਵੀ ਜੰਗਲਾਂ ਦੇ ਵਿੱਚ ਲੁਕੀ ਜਾਂਦੇ ਆ ਨਾ ਕੋਈ ਹੋਰ ਤੇਰੇ ਤੇ ਡਾਕੂਮੈਂਟਰੀਆਂ ਬਣਾਉਣ ਵਾਲੇ ਜਾਂਦੇ ਨੇ ਡਾਕੂਮੈਂਟਰੀ ਬਣਾਉਣ ਵਾਲੇ ਹੋਗੇ ਲੌਗਰਸ ਜਾਂਦੇ ਲੱਕਣਾ ਵੱਢਣ ਵਾਲੇ ਹੋਗੇ ਨਾ ਪੋਚਰਸ ਜਾਂਦੇ ਆ 골ਡ ਮਾਈਨਿੰਗ ਕਰਨ ਜਾਂਦੇ ਹਨ ਉਦੋਂ ਉਦੋਂ ਪਤਾ ਲੱਗਿਆ ਵੀ ਉੱਥੇ ਹੋਰ ਵੀ ਰਹਿ ਰਹੇ ਹਨ ਪਹਿਲੇ Amazon ਜੰਗਲ ਆ ਜਿਹੜਾ ਉਹ ਹੈ ਹੀ ਬਹੁਤ ਵੱਡਾ ਵਾ ਲਾਈਕ 7-8 ਕੰਟਰੀਆਂ ਦੇ ਵਿੱਚ ਉਹ ਆਉਂਦਾ ਵਾ ਹਨਾ ਲਾਈਕ ਫੈਲਿਆ ਹੋਇਆ ਹੈ ਨੀਰਜੀ ਵਿੱਚ ਨਾ ਤੇ ਆਹਦੇ ਲਾਈਕ 7 ਮਿਲੀਅਨ ਸਕੁਅਰ ਕਿਲੋਮੀਟਰ ਦਾ ਇੱਡਾ ਵੱਡਾ ਜੰਗਲਾ ਬਹੁਤ ਵੱਡਾ ਫਿਰ ਤੋਂ ਲਾਈਕ ਇੰਡੀਆ ਦਾ ਡਬਲ ਦਾ ਸਾਈਜ਼ ਆਫ ਰਫਲੀ ਲਾਈਕ ਡਬਲ ਦਾ ਸਾਈਜ਼ ਆਫ ਇੰਡੀਆ ਹੋ ਇਮੇਜਿਨ ਕਰ ਸਕਦਾ ਵੀ ਉੱਥੇ ਹਜੇ ਮੰਨਿਆ ਜਾਂਦਾ ਵੀ ਲਾਈਕ 100 ਟ੍ਰਾਈਬਾਂ ਜਿਹੜੀਆਂ ਹਜੇ ਆਪਾਂ ਨੂੰ ਪਤਾ ਲੱਗਿਆ ਹੈਗੀਆਂ ਵਾ ਜਿਹੜੀਆਂ ਕਿ ਅਨ ਕੰਟੈਕਟਡ ਮੇਬੀ ਉਧੂ ਜਾ ਹੋਰ ਵੀ ਹੋਣ ਕਿਉਂਕਿ ਦੇ ਵਿੱਚ ਹੀ ਬਹੁਤ ਆਹੋ ਵਿੱਚ ਤੱਕ ਤੱਕ ਜਾ ਕੇ ਦੇਖਿਆ ਵੀ ਨਹੀਂ ਉਹਨਾਂ ਨੇ ਕਿਉਂਕਿ ਯਾ ਕਿ ਐਕਸਪਲੋਰ ਨਹੀਂ ਬਾਕੀ ਉਹ ਆਪ ਵੀ ਲੋਕੇ ਰਹਿੰਦੇ ਆ ਨਾ ਕਿ ਉਹਨਾਂ ਨੂੰ ਆਈਸੋਲੇਟ ਆਪ ਦੀ ਉਹਨਾਂ ਦੀ ਚੋਇਸ ਹੈ ਕਿ ਅਸੀਂ ਆ ਹੀ ਰਹਿਣਾ ਆਪਣੇ ਕਲਚਰ ਨੂੰ ਪ੍ਰੀਜ਼ਰਵ ਕਰਨਾ ਨਾ ਕਈਆਂ ਦੇ ਤੇ ਕਈ ਬਾਕੀ ਜਿਵੇਂ ਜੰਗਲ ਬਹੁਤ ਵੱਡਾ ਉਹਨਾਂ ਨੂੰ ਵੈਸੇ ਹੀ ਨਹੀਂ ਪਤਾ ਵੀ ਇੱਥੇ ਕੋਈ ਹੋਰ ਵੀ ਰਹਿੰਦਾ ਕਿ ਨਹੀਂ ਐਕਸਪਲੋਰ ਹੀ ਨਹੀਂ ਕੀਤਾ ਐ ਹਾਂ ਐਮਾਜ਼ਨ ਕਈ ਕਈ ਡਰਾਈਵਸ ਨੂੰ ਤਾਂ ਪਤਾ ਵੀ ਹੈ ਵੀ ਇਹਦਾ ਬਾਹਰ-ਬਾਹਰ ਵਾਲੀ ਹਿਊਮਨ ਸਿਵਿলাইゼਸ਼ਨ ਬਾਰੇ ਕਿ ਬਾਹਰ ਕੀ ਚੱਲ ਰਿਹਾ ਹੈ ਬਾਹਰ ਇਹਦਾ ਦੁਨੀਆ ਡਿਵੈਲਪ ਹੋ ਗਈ ਹੈ ਉਹਨਾਂ ਬਾਰੇ ਪਤਾ ਪਰ ਜਿਹੜੇ ਉਹ ਬਾਹਰ-ਬਾਹਰ ਹੀ ਰਹਿੰਦੇ ਨੇ ਜਿਹੜੇ ਵਿਚ-ਵਿਚ ਵਾਲੇ ਨੇ ਉਹਨਾਂ ਨੂੰ ਤਾਂ ਨਹੀਂ ਹੁੰਦੀ ਜਿਵੇਂ ਮੈਂ ਕਹਿ ਰਿਹਾ ਸੀ ਹਨਾ ਕਈ ਟ੍ਰਾਈਬਸ ਖਤਮ ਹੋ ਗਈਆਂ ਟਾਈਮ ਦੇ ਨਾਲ ਹਨਾ ਕਈ ਅੱਜ ਵੀ ਹੈਗੀਆਂ ਜਿਵੇਂ ਕਈ ਟ੍ਰਾਈਬਸ ਜਿਹੜੀਆਂ ਕੰਟੈਕਟ ਚ ਆਈਆਂ ਵੀ ਆ ਲਾਈਕ ਉਹਨਾਂ ਨੂੰ ਰਾਈਟ ਮਿਲੇ ਵੇ ਆ ਕਿ ਜਿਵੇਂ ਮੌਰੀ ਟ੍ਰਾਈਬ ਆਕ ਨਿਊਜ਼ੀਲੈਂਡ ਦੇ ਵਿੱਚ ਹਨਾ ਬਹੁਤ ਮਸ਼ਹੂਰ ਆ 1840 ਦੇ ਵਿੱਚ ਉਹਨਾਂ ਨੇ ਬ੍ਰਿਟਿਸ਼ ਹੰਰ ਨਾਲ ਬ੍ਰਿਟਿਸ਼ ਕਲੋਨੀ ਕਲੋਨੀਅਲਿਜ਼ਮ ਤੁਹਾਨੂੰ ਪਤਾ ਹਨ ਕਿ ਜਦੋਂ ਕਲੋਨੀਅਲਿਜ਼ਮ ਹੁੰਦਾ ਕਿ ਜਦੋਂ ਕੋਈ ਵੀ ਦੇਸ਼ ਕਿਸੇ ਦੇਸ਼ ਦੇ ਵਿੱਚ ਗਾਂ ਜਾ ਕੇ ਫਿਜ਼ਿਕਲੀ ਪਾਵਰ ਐਗਜ਼ਰਟ ਕਰਕੇ ਉਹਨਾਂ ਦੇ ਰਿਸੋਰਸਸ ਐਕਸਪਲੋਇਟ ਕਰਦਾ ਆਪਣੇ ਇੰਡੀਆ ਦੇ ਵਿੱਚ ਵੀ ਕਲੋਨੀਅਲਿਜ਼ਮ ਹੋਇਆ ਸੀ ਹਨਾ ਆ ਬ੍ਰਿਟਿਸ਼ ਆਏ ਸੀ ਤੇ ਮੇਨਲੀ ਮਤਲਬ ਯੂਰੋਪੀਅਨ ਕੰਟਰੀਜ਼ ਨੇ ਕਲੋਨੀਅਲਿਜ਼ਮ ਦਾ ਹਿੱਸਾ ਸੀਗਾ ਹਿੱਸਾ ਸੀ ਗਿਆ ਤੇ ਇਹਨਾਂ ਇਹ ਟਾਈਮ ਟਾਈਮ ਤੇ ਇਹਨਾਂ ਦੇ ਟ੍ਰਾਈਬਸ ਨਾਲ ਵੀ ਪੰਗਾ ਪਿਆ ਇਹਨਾਂ ਦਾ ਬਹੁਤ ਕਿਉਂਕਿ 1 ਇਹ ਸ਼ੁਰੂ ਹੋਈ ਜਦੋਂ ਕੋਲੋਨੀਅਲਿਜ਼ਮ ਉਹਦੇ ਨਾਲ ਵੀ ਟ੍ਰਾਈਬਸ ਬਹੁਤ ਖਤਮ ਹੋਈਆਂ ਕਨਫਲਿਕਟ ਹੋਏ ਡਾਇਰੈਕਟ ਜਿਵੇਂ ਆਪਾਂ ਕਹਿੰਦੇ ਆ ਕਿ ਅਨਕੰਟੈਕਟਡ ਟ੍ਰਾਈਬਸ ਹਨ ਜਦੋਂ ਯੂਰੋਪੀਅਨ ਆਏ ਸੀਗੇ ਕਹਿੰਦੇ ਇੱਥੇ ਹਾਂ ਯੂਰੋਪੀਅਨ ਜਦੋਂ ਆਏ ਉਹਨਾਂ ਨਾਲ ਵੀ ਬੜੀਆਂ ਲੜਾਈਆਂ ਹੋਈਆਂ ਜਾਂ ਨਾ ਆਪਾਂ ਗੱਲ ਡਿਸਕਸ ਕਰਾਂਗੇ ਨਾ ਕਿ ਕਿ ਉਹਨਾਂ ਦੇ ਕਰਕੇ ਬੜੇ ਹੋਰੀਜ਼ਨ ਸੀਗੇ ਜਿਵੇਂ ਤੁਸੀਂ ਕਿਹਾ ਡੀਫੋਰੈਸਟੇਸ਼ਨ ਹੋ ਗਈ ਲੌਗਰਸ ਆ ਗਏ ਹਨ ਇਹਨਾਂ ਕਰਕੇ ਅਨਟੱਚਡ ਜਿਹੜੇ ਟ੍ਰਾਈਬ ਸੀਗੇ ਜਾਂ ਤਾਂ ਆਪਦੀ ਮਰਜ਼ੀ ਨਾਲ ਅੰਦਰ ਮਤਲਬ ਉਹਨਾਂ ਨੂੰ ਡਰ ਸੀਗਾ ਕਿ ਕੋਈ ਆ ਜਾਣਗੇ ਨਾ ਜਾਂ ਸਰਕਾਰਾਂ ਨੇ ਉਸ ਤੋਂ ਬਾਅਦ ਰੂਲਸ ਬਣਾਏ ਕਿ ਇਹਨਾਂ ਨੂੰ ਇਕੱਲੇ ਛੱਡ ਦੋ ਬਈ ਹੁਣ ਕਿਉਂਕਿ ਹੁਣ 2018 ਦੇ ਵਿੱਚ ਵੀ ਇੱਕ ਸੈਂਟੀਨਲ ਆਈਲੈਂਡ ਆ ਜਿਹਨੂੰ ਆਪਾਂ ਕਹਿੰਦੇ ਆ ਕਿ ਆਨ ਕੰਟੈਕਟਡ ਕਿਉਂਕਿ ਉਹ ਬਹੁਤ ਹੌਸਟਾਈਲ ਵਾਲਾ ਪੈ ਜਾਂਦੇ ਆ ਜਿਹੜਾ ਵੀ ਉੱਥੇ ਜਾਂਦਾ 2018 ਦੇ ਵਿੱਚ ਹੋਇਆ ਸੀ ਮੰਨ ਲਓ ਦਾ ਕੋਈ ਚੱਕਰ ਹੋਇਆ ਸੀ ਉੱਥੇ 18 'ਚ ਵੀ ਹਾਂ ਬਥੇਰੇ ਹੋਏ ਨੇ ਕਿਉਂਕਿ ਸੈਂਟੀਨਲ ਇਦਾਂ ਆਪਣੇ ਆਂਡੇਮਾਨ ਇਕਵਾਰ ਇੰਡੀਆ ਦੀ ਟੈਰੀਟਰੀ 'ਚ ਆਉਂਦਾ ਆਂਡੇਮਾਨ ਇਕਵਾਰ ਦੇ ਪਹਿਲਾਂ ਤਾਂ 572 ਪਤਾ ਨਹੀਂ ਕਿੰਨੇ ਆਈਲੈਂਡ ਨੇ ਤੇ ਹੁਣ ਉਹ ਜੋ 34 ਸਮਥਿੰਗ 34 32 ਚੌਂਤੀ ਆਈਲੈਂਡਾਂ ਤੇ ਰਹਿੰਦੇ ਨੇ ਲੋਕ ਇਹਨਾਂ ਨੂੰ ਪਤਾ ਗਵਰਨਮੈਂਟ ਨੂੰ ਪਤਾ ਤੇ ਉਹਨਾਂ ਚ 12 ਕ ਆਈਲੈਂਡਾਂ ਦੇ ਟੂਰਿਸਟ ਅਲਾਉਡ ਨੇ ਬਾਕੀਆਂ ਤੇ ਅਲਾਉਡ ਹੀ ਨਹੀਂ ਮਤਲਬ ਬੰਦੇ ਰਹਿੰਦੇ ਨੇ ਉੱਥੇ ਦਾ ਫਿਰ ਉਹ ਅਨ ਕੰਟੈਕਟਿਡ ਹੀ ਨੇ ਤੇ ਜਿਹੜੇ ਉਹ ਮਤਲਬ ਬੈਨ ਕੀਤਾ ਹੋਇਆ ਸਰਕਾਰਾਂ ਨੇ ਰਾਈਟ ਉਹ ਤਾਂ ਹੈ ਕਿਉਂਕਿ ਉੱਥੇ ਪਹਿਲਾਂ ਜਾ ਜਾ ਦੇਖਦੇ ਸੀਗੇ ਜਿਵੇਂ ਕੋਈ ਫਿਲਮ ਡਾਇਰੈਕਟਰ ਚੱਲ ਗਿਆ ਹਨਾ ਕਾਫੀ ਬੰਦੇ ਗਏ ਸੀਗੇ ਹਨਾ ਤੇ ਉਹ ਉੱਥੇ ਤੰਗ ਹੁੰਦੇ ਸੀਗੇ ਰਾਈਟ ਉਹ ਕਈ ਬੰਦੇ ਤਾਂ ਮਾਰੇ ਵੀ ਨਹੀਂ ਉਹਨਾਂ ਨੇ ਜਿਵੇਂ ਉਥੋਂ ਆਪਣਾ ਬਿਜ਼ਨਸ ਵੀ ਹੁੰਦਾ ਸੀਗਾ ਜਿਵੇਂ ਦੇਸ਼ਾਂ ਦਾ ਰਾਈਟ ਜਿਵੇਂ 1981 ਚ ਸ਼ਿਪ ਨਿਕਲੀ ਸੀਗੀ ਉੱਥੋਂ ਇੱਕ ਆਪਣਾ ਬੰਗਲਾਦੇਸ਼ ਤੋਂ ਆਸਟ੍ਰੇਲੀਆ ਜਾਣਾ ਸੀ ਉਹਨੇ ਤੇ ਉਹ ਉੱਥੇ ਫਸ ਗਈ ਸੀਗੀ ਤੇ ਉਹ ਸ਼ਿਪ ਹੁਣ ਵੀ ਕਹਿੰਦੇ ਵੀ ਉੱਥੇ ਦਿਖਦੀ ਆ ਮਤਲਬ ਤੱਟ ਤੇ ਦਿਖਦੀ ਆ ਗੂਗਲ ਮੈਪ ਤੇ ਤੇ ਉੱਥੋਂ ਬੰਦੇ ਤਾਂ ਚਲੋ ਉਹਨਾਂ ਨੇ ਕਢਾ ਲਏ ਸੀਗੇ ਐਸਕੇਪ ਕਰ ਗਏ ਸੀਗੇ ਉੱਥੋਂ ਤੇ ਸ਼ਿਪ ਪਰ ਉਹਨਾਂ ਨੇ ਲੋਹਾ ਜਿਹੜੇ ਤੇਰੇ ਸੈਂਟਨਲ ਆਈਲੈਂਡ ਦੇ ਬੰਦੇ ਲੋਕ ਨੇ ਡਰਾਈਵ ਵਾਲੇ ਲੋਕ ਹਨ ਉਹਨਾਂ ਨੇ ਉਹ ਲੋਹਾ ਲੋਹਾ ਯੂਜ਼ ਕਰਕੇ ਆਪਣੇ ਹਥਿਆਰ ਥੁਰਾਂ ਜੀ ਬਾਅਦ ਚ ਵਰਤਨ ਲਾ ਗਏ ਉਹ ਮਤਲਬ ਇਦਾਂ ਕਿ ਬਹੁਤ ਟਾਈਮ ਤੋਂ ਪਤਾ ਉਹਨਾਂ ਦਾ ਉਹ ਇਦਾਂ ਮੰਨਿਆ ਜਾਂਦਾ ਹੈ ਕਿ ਜਿਹੜੇ ਜਿਹੜੇ ਸਭ ਤੋਂ ਪਹਿਲਾਂ ਆਏ ਸੀਗੇ ਆਪਣਾ ਅਫਰੀਕਾ ਤੋਂ ਮਤਲਬ ਜਿਹੜੇ ਮੰਨਦੇ ਨੇ ਫਰਸਟ ਡੈਸੈਂਟ ਆਏ ਸੀਗੇ ਹਨਾ ਫਰਸਟ ਡੀਸੈਂਟ ਕੀ ਮੈਂ ਵੀ ਕੁਝ ਕਹਿੰਦੇ ਨੇ ਤੇ ਹੁਣ ਉਹੋ ਨੇ ਕਹਿੰਦੇ ਉਹ ਅੱਛਾ ਬਿਲਕੁਲ ਸਭ ਤੋਂ ਪਹਿਲੇ ਨੇ ਹੋ ਕਹਿੰਦੇ ਹਾਂ ਤੇ ਉਦੋਂ ਤੋਂ ਹੀ ਪਤਾ ਹੋਣਾ ਦਾ ਮਤਲਬ ਕੁਛ ਨਾ ਕੁਛ ਉਹਨਾਂ ਬਾਰੇ ਬਾਹਰਲੇ ਜਾਂ ਰੋਮਨ ਹਨਾ ਐਨਥਰੋਪੋਲੋਜੀਸਟ ਜਿਹੜਾ ਕਰਨ ਜਾਂਦੇ ਹੋਣ ਉਹ ਮਤਲਬ ਪਹਿਲਾਂ ਵੱਡਾ ਇਦਾਂ ਸੀਗਾ ਪਹਿਲਾਂ ਉਹਨਾਂ ਨੂੰ ਕੈਨੇਬਲ ਲਿਖਦੇ ਸੀ ਬਹੁਤ ਕੈਨੇਬਲ ਲਿਖਿਆ ਸੀ ਉਹਨਾਂ ਨੂੰ ਕਿਉਂਕਿ ਉਹ ਅਨਕੰਟੈਕਟ ਸੀਗਾ ਉਹ ਰੈਸਟਰਾਇਟ ਜਿਹੜਾ ਉਹਨੂੰ ਦਿਖਦਾ ਸੀਗਾ ਉਹਦੇ ਤੀਰ ਚਲਾਉਣ ਲੱਗੇ ਜਾਣੇ ਹਨਾ ਫਥਿਆਰ ਤੇ ਉਹਨਾਂ ਦਾ ਸੀਗਾ ਮਾਸਮੂਸ ਖਾਂਦੇ ਨੇ ਹਿਮਨ ਬਾਡੀ ਖਾਂਦੇ ਨੇ ਇਹ ਉਹ ਬਟ ਉਹ ਇਦਾਂ ਨਹੀਂ ਹੈਗਾ ਕਿ ਉਹ ਬਾਅਦ ਚ ਲੱਗਿਆ ਸੀ ਪਤਾ 1991 ਦੇ ਵਿੱਚ ਐਨੀ ਮਤਲਬ ਬਿਲਕੁਲ ਫਰੈਂਡਲੀ ਜੇ ਵੀ ਹੋ ਗਏ ਸੀਗੇ ਹਣਾ ਕਿਉਂਕਿ ਉਸ ਤੋਂ ਪਹਿਲਾਂ ਵੀ ਬਹੁਤ ਆਪਣੇ ਇੰਡੀਆ ਦੇ ਬੰਦਿਆਂ ਨੇ ਕਾਫੀ ਉਹ ਕੀਤੇ ਸੀਗੇ ਕਈ ਲੋਕਾਂ ਨੇ ਯਤਨ ਕੀਤੇ ਸੀਗੇ ਜਾਣਦੇ ਕਿੰਨੀ ਕਿੰਨੀ ਪੋਪੂਲੇਸ਼ਨ ਆ ਉਹਨਾਂ ਦੀ ਪੋਪੂਲੇਸ਼ਨ ਯਾਰ ਉੱਥੇ ਜਿਵੇਂ 1800 ਚ ਕਹਿੰਦੇ ਸੀਗੇ ਵੀ 1800 ਚ 5000 ਪੋਪੂਲੇਸ਼ਨ ਸੀਗੀ ਹੂੰ ਹੂੰ ਤੇ ਫਿਰ ਜੇ ਮੈਂ ਤੁਹਾਨੂੰ ਦੱਸ ਰਿਹਾ ਕਿ ਇੰਡੀਆ ਦੇ ਲੋਕ ਜਾਂਦੇ ਸੀਗੇ ਇੱਕ ਨਾ ਤ੍ਰਿਲੋਕਨਾਥ ਸੀਗਾ ਕੋਈ ਬੰਦਾ ਉਹਨੇ ਦੱਸਿਆ ਸੀ ਉਹ ਵੀ ਉਹਨੇ ਵੀ ਕਈ ਵਾਰ ਕੀ ਜਾਣਦੇ ਉਹ ਕੀਤੇ ਸੀਗੇ ਬਟ ਉਹ ਜਾਂਦਾ ਸੀਗਾ ਉਦੋਂ ਅੱਗੇ ਉਹ ਤੀਰ ਚਲਾਉਂਦੇ ਸੀਗੇ ਵੀਡੀਓ ਪਈਆਂ ਨੇ ਹਨਾ ਤੇ ਬੀਚ ਤੇ ਆ ਕੇ ਮਤਲਬ ਕਿਨਾਰੇ ਤੇ ਆ ਕੇ ਤੀਰ ਚਲਾਉਣ ਲੱਗ ਜਾਂਦੇ ਨੇ ਈਵਨ ਇੱਕ ਬੰਦੇ ਦਿੱਤੇ ਉਹਨਾਂ ਦੇ ਕਰੂਹ ਚੋਂ ਤੀਰ ਲੱਗਿਆ ਵੀ ਸੀਗਾ ਹਾਂ ਤੇ ਬੰਦੇ ਉੱਥੇ ਇਦਾਂ ਉਹਨੇ ਕਿਹਾ ਤ੍ਰਿਲੋਕਨਾਥ ਨੇ ਕਿਹਾ ਕਿ 1.5 200 ਬੰਦਾ ਪਤਾ ਨਹੀਂ 250 ਸਰਕਾਰ ਕਹਿੰਦੀ ਹੈ ਕਿ 50 ਤੋਂ 500 ਬੰਦਾ ਹੈ ਪਰ ਹੁਣ ਮਤਲਬ ਲੇਟੈਸਟ ਗਿਣਤੀ ਦੇ ਹਿਸਾਬ ਨਾਲ ਆਇਆ ਕਹਿੰਦੇ ਨੇ ਕਿ ਐਸਟੀਮੇਟ ਹੀ ਹੋਣੇ ਆ ਐਸਟੀਮੇਟ ਨਹੀਂ ਲੇਟੈਸਟ ਗਿਣਤੀ ਦੇ ਹਿਸਾਬ ਨਾਲ ਆਇਆ ਕਹਿੰਦੇ ਨੇ ਵੀ 40 ਕੇ ਬੰਦੇ ਨੇ ਹਣਾ ਤੇ ਰੀਅਲੀ ਦੇਖਦੇ ਹੋਣੇ ਹਾਂ ਤੇ ਉਹ ਇਦਾਂ ਕਿ 1991 ਦੇ ਵਿੱਚ ਉਹ ਉੱਥੇ ਮਧੂਮਾਲਾ ਨਾਮ ਦੀ ਗਈ ਸੀਗੀ ਇੱਕ ਲੇਡੀ ਤੇ ਆ ਡੋਨਟ ਨੋ ਮੇਰੇ ਹੁਣ ਅੰਦਰ ਨਾ ਧਿਆਨ ਚ ਨਹੀਂ ਕਿ ਕੀ ਉਹਦਾ ਪਰਪੋਸ ਸੀਗਾ ਮਕਸਦ ਕੀ ਸੀ ਮਕਸਦ ਆ ਹੀ ਸੀ ਮੈਨੂੰ ਲੱਗੇ ਉਹੀ ਵੀ ਉਹਨਾਂ ਨੂੰ ਅੱਗੇ ਲੈ ਗਿਆ ਯੇ ਉਹਨਾਂ ਨੂੰ ਆਪਾਂ ਆਪਦੇ ਨਾਲ ਜੋੜੀ ਹੈ ਹਨਾ ਤੇ ਉੱਥੇ ਗਿਫਟ ਗੋਫਟ ਲੈ ਕੇ ਜਾਂਦੇ ਸੀਗੇ ਇਹ ਕੋਕੋਨਟ ਇਹ ਉਹ ਉਹ ਪਹਿਲੀ ਵਾਰ ਸੀਗਾ ਉਦੋਂ ਮਤਲਬ ਉਹਨਾਂ ਨੇ ਕੁਝ ਨਹੀਂ ਕਿਹਾ ਉਹਦੇ ਨੂੰ ਪਤਾ ਬੜੀ ਅਜੀਬ ਜੀ ਉਹ ਮਤਲਬ ਮੈਂ ਬਾਕੀ ਟ్రਾਈਬਲ ਉਹਨਾਂ ਦੀਆਂ ਵੀ ਵੀਡੀਓਜ਼ ਵਗੈਰਾ ਦੇਖੀਆਂ ਨੇ ਰਾਈਟ ਆਪਾਂ ਜਿਵੇਂ ਇੱਕ ਮੈਂ ਇੱਕ ਟ్రਾਈਬ ਦੀ ਵੀਡੀਓ ਦੇਖੀ ਸੀ ਤੰਬੂਲੀ ਟ్రਾਈਬ ਸਮਥਿੰਗ ਆ ਕਾਫੀ ਮਸ਼ਹੂਰ ਜੀ ਵੀਡੀਓ ਆ ਉਹਨਾਂ ਜਦੋਂ ਗੋਰਾ ਆ ਜਰਨਲਿਸਟ ਜਾਂਦਾ ਉਹਦੇ ਕੋਲੇ ਉਹ ਗੋਰੇ ਨੂੰ ਨਾ ਪਹਿਲਾਂ ਪੂਰਾ ਬਹੁਤ ਟਾਈਮ ਹੌਲੀ ਹੌਲੀ ਦੇਖਦੇ ਨੇ ਡਰਦੇ ਨੇ ਹਨਾ ਡਰਦੇ ਜੇ ਨੇ ਫਿਰ ਟੱਚ ਕਰਕੇ ਦੇਦੇ ਨੇ ਬਾਰ-ਬਾਰ ਉਹਨਾਂ ਨੂੰ ਲੱਗਦਾ ਕਿ ਪੇਂਟ ਕੀਤਾ ਪਿਆ ਨੇ ਵਾਲ ਉਹਦੇ ਟੱਚ ਕਰ ਕਰ ਦੇਖਦੇ ਨੇ ਕਿ ਵੀ ਵਾਲ ਨੇ ਸਮੂਥ ਹੁੰਦੇ ਨੇ ਇਹਨਾਂ ਦੇ ਵਾਲ ਹਾਰਡ ਜੇ ਹੁੰਦੇ ਨੇ ਹਨਾ ਰੀਸੈਂਟਲੀ ਆਏ ਹੋਣਗੇ ਕੰਟੈਕਟ ਹਾਂ ਤੇ ਪਰਸੈਂਟੇਨਰ ਵਾਲੇ ਤੈਨੂੰ ਪਤਾ ਉਹਨਾਂ ਦਾ ਮਤਲਬ ਇੱਕ ਜਦੋਂ ਕੋਕੋਨਟ ਵਾਲੀ ਵੀਡੀਓ ਵੀ ਦੇਖੇ ਹਨਾ ਤੂੰ ਜਦੋਂ ਕੋਕੋਨਟ ਆ ਫੜ ਫੜ ਕੈਰ ਇਹਨਾਂ ਨੂੰ ਹੱਥ ਮਾਰ ਰਹੇ ਨੇ ਕਿ ਲਾਓ ਸਿੱਟੋ ਫੜਫੜ ਅੰਦਰ ਨੂੰ ਇੱਧਰ ਨੂੰ ਸਿੱਟ ਰਹੇ ਨੇ ਆਪਦੇ ਵੱਲ ਨੂੰ ਉਹ ਦਿਨੋਂ ਆ ਲੱਗ ਰਿਹਾ ਵੀ ਸਾਲਾ ਯਾਰ ਵਾਕਈ ਤੇਜ਼ ਨੇ ਬਈ ਦੂਜਿਆਂ ਨਾਲ ਮਤਲਬ ਕੰਪੇਅਰ ਜੇ ਤੂੰ ਕਰਨਾ ਹੋਵੇ ਥੋੜਾ ਜਿਹਾ ਲੱਗਦਾ ਉਹ ਬਾਟੂ ਕੁਝ ਟਾਈਮ ਲਈ ਇੱਕ ਫਰੈਂਡਲੀ ਜੇ ਹੋਏ ਸੀ ਉਹ ਕੋਈ ਰੀਜ਼ਨ ਨਹੀਂ ਪਤਾ ਤੇ ਬਾਅਦ ਚ ਫਿਰ ਫਿਰ ਉਦਾਂ ਹੀ ਲਾਗੇ ਸੀਗੇ ਤੀਰ ਚਲਾਉਣ ਲਾਗੇ ਸੀਗੇ ਤੇ ਫਿਰ 1997 ਚ ਗਵਰਨਮੈਂਟ ਨੇ ਬੈਨ ਕਰਤਾ ਸੀ ਕਿ ਵੀ ਇੱਥੇ ਨਾ ਜਾਓ 5 ਕਿਲੋਮੀਟਰ ਦੇ ਏਰੀਆ 'ਚ ਨਹੀਂ 9 ਕਿਲੋਮੀਟਰ ਦੇ ਤੇ ਜਿਹੜਾ ਤੁਸੀਂ ਗੱਲ ਕਰਦੇ ਸੀਗੇ 2018 ਉਹ 2018 ਚ ਆਪਣਾ ਅਮਰੀਕਾ ਦਾ ਸੀਗਾ ਜੌਨ ਐਲਨ ਚਾਓ ਨਾਮ ਦਾ ਬੰਦਾ ਆਪਣਾ ਮਿਸ਼ਨਰੀ ਸੀਗਾ ਤੇ ਉਹ ਗਿਆ ਸੀ ਇਲੀਗਲੀ ਗਿਆ ਸੀ ਉਹ ਕਹਿੰਦਾ ਵੀ ਮੈਂ 크ਰਿਸਚੀਅਨਿਟੀ ਪੜਾਉਣੀ ਆ ਜਾ ਕੇ ਉੱਥੇ ਵੀ ਵੀ ਧਰਮ ਸਿਖਾਉਣਾ ਵੀ ਇਹਨਾਂ ਨੂੰ ਰਾਹ ਪਾਉਣਾ ਹੈ ਤੇ ਓੜੋ ਨੇ ਪਹਿਲੀ ਵਾਰ ਗਿਆ ਸੀਗਾ ਉੱਥੋਂ ਚਲੋ ਬੱਚ ਪੁੱਛ ਕੇ ਆ ਗਿਆ ਸੀਗਾ ਜਵਾਕਾਂ ਨੇ ਦੀਰ ਦੂਰ ਜੇ ਚਲਾਇਆ ਸੀ ਮੇਰੇ ਲੱਗਦਾ ਇੱਕ ਜਵਾਕ ਨੇ ਪਤਨੀ ਉਹਦੇ ਕੋਲੇ ਬਾਈਬਲ ਲੈ ਕੇ ਗਿਆ ਹੋਲੀ ਵਾਟਰ ਲੈ ਕੇ ਗਿਆ ਲੈ ਕੇ ਗਿਆ ਸੀ ਸਮਾਨ ਤੇ ਬਟ ਦੂਜੀ ਵਾਰ ਫਿਰ ਦੁਬਾਰਾ ਗਿਆ ਉਹ ਤੇ ਉਹ ਕਿਸ਼ਤੀ ਵਾਲਾ ਦੂਰ ਖੜਾ ਸੀ ਰਾਈਟ ਜਿਹੜੇ ਜਿਹਨੂੰ ਕਿਰਾਏ ਤੇ ਕਰਾ ਕੇ ਆਇਆ ਸੀ ਉਹ ਤੇ ਉਹ ਕਿਸ਼ਤੀ ਵਾਲਾ ਨਹੀਂ ਦੱਸਿਆ ਬਾਅਦ ਚ ਕਹਿੰਦਾ ਵੀ ਮੇਰੇ ਸਾਹਮਣੇ ਐ ਤੀਰ ਮਾਰ ਮਾਰ ਚੱਕ ਪੁੰਨਤਾ ਉਹ ਅੱਛਾ ਹਣਾ ਤੇ ਬਾਅਦ ਚ ਸਰਕਾਰ ਨੇ ਚਲੋ ਕਿਸ਼ਤੀ ਗੁਸਤੀ ਵਾਲਾ ਨੂੰ ਵੀ ਉਹ ਕਰਤੀ ਸਜ਼ਾ ਸਜ਼ਾ ਦੇਤੀ ਸੀ ਮਤਲਬ ਉਹੀ ਐ ਵੀ ਉਹ ਉਹਨਾਂ ਨੂੰ ਫਿਰ ਬਾਅਦ ਜਾਏ ਕਹਦਾਈ ਸਰਕਾਰ ਨੇ ਵੀ ਭਈ ਇਹਨਾਂ ਨੂੰ ਨਾ ਛੇੜੋ ਵੀ ਇਹਨਾਂ ਨੂੰ ਆਪਦਾ ਅਸੀਂ ਸੁਰੱਖਿਅਤ ਰੱਖਣੇ ਨੇ ਇਹ ਕਿਉਂਕਿ ਉਹ ਜਿਵੇਂ ਆਪਾਂ ਗੱਲ ਕਰਦੇ ਆਂ ਕਿ ਬਿਮਾਰੀਆਂ ਹਨਾ ਉਹਨਾਂ ਨੂੰ ਜਦੋਂ ਯਾਰ ਉਹਨਾਂ ਦਾ ਇਮਿਊਨਿਟੀ ਸਿਸਟਮ ਬਹੁਤ ਡਿਫਰੈਂਟ ਹੈ ਰਾਈਟ ਹਨਾ ਸਾਰੀ ਜਿਹੜੇ ਜਦੋਂ ਆਪਣੇ ਨਾਲ ਕਦੇ ਆਏ ਨਹੀਂ ਆਪਣੇ ਕੰਟੈਕਟ 'ਚ ਨਹੀਂ ਆਏ ਆਪਣੇ ਪਾਸੇ ਨਹੀਂ ਆਏ ਹਨਾ ਤੇ ਉਹਨਾਂ ਨੂੰ ਆਪਣੇ ਤੋਂ ਬਿਮਾਰੀਆਂ ਪੂਰੀਆਂ ਲੱਗ ਜਾਂਦੀਆਂ ਨੇ ਤੇ ਉਹ ਬਿਮਾਰੀਆਂ ਲਾਲਾ ਹੋਰ ਚੀਜ਼ ਉੱਥੋਂ ਇੱਕ ਵਾਰ ਕਿ ਆਈ ਡੋਟ ਨੋ ਕੌਣ ਸੀ ਬੰਦਾ ਕਿਸੇ ਨੇ ਨਾ ਕਿਡਨਾਪ ਕੋਈ ਜਸਟ ਜਸਟ ਕਿ ਉਹਦੇ ਲਈ ਦੇ ਉਹਨਾਂ ਨੂੰ ਮਤਲਬ ਲੈ ਕੇ ਆਉਣ ਲਈ ਇੱਧਰ ਵੀ ਕੀ ਪਤਾ ਕਰਦੇ ਹਾਂ ਕਿਉਂਕਿ ਸਭ ਤੋਂ ਜਿਹੜੀ ਕਹਿੰਦੇ ਫੈਸੀਨੇਟਿੰਗ ਚੀਜ਼ ਹੈ ਸੈਂਟੀਨਲ ਵਾਲਿਆਂ ਦੀ ਉਹਨਾਂ ਦੀ ਭਾਸ਼ਾ ਕਿਸੇ ਨੂੰ ਨਹੀਂ ਆਉਂਦੀ ਹੂੰ ਹੂੰ ਮਤਲਬ ਰਾਈਟ ਹਾਂ ਇੱਕ ਭਾਸ਼ਾ ਮਤਲਬ ਹਰੇਕ ਦੀ ਮਤਲਬ ਜਿਹੜੀ ਆਣ ਹੈ ਦੀ ਡਿਫਰੈਂਟ ਹੈ ਮਤਲਬ ਹਰੇਕ ਦੀ ਡਿਫਰੈਂਟ ਹੈ ਹੋਰ ਕੰਪਲੈਕਸ ਸਿਸਟਮ ਹੁੰਦੇ ਨੇ ਉੱਥੇ ਹੋਰ ਹੋਰ ਅਹਮ ਤੇਰੇ ਅੰਡੇਮਾਨ ਨਿਕੋਬਰ ਦੀਆਂ ਹੋਟ ਡ్రਾਈਵਾਂ ਦੇ ਲੋਕ ਵੀ ਲੈ ਕੇ ਗਏ ਉੱਥੇ ਕਈ ਬੰਦੇ ਹਾਂ ਨਾ ਵੀ ਜਸਟ ਕਿ ਫ੍ਰੈਂਡਲੀ ਜੈਸਚਰ ਕਿ ਵੀ ਤੁਹਾਡੇ ਵਰਗੇ ਬੰਦੇ ਸਾਡੇ ਨਾਲ ਨੇ ਪਰ ਉਹ ਫਿਰ ਵੀ ਉਹ ਉਹ ਹੋਰ ੜਕ ਗਏ ਉਹ ਮਤਲਬ ਅਲੱਗ ਜੇ ਚੱਲਦੇ ਨੇ ਤੇ ਉਹ ਉਹੀ ਜੀਰ ਵੀ ਹੁਣ ਉਹ 40 41 ਕਹਿੰਦੇ ਨੇ ਵੀ 40 41 ਰਹਿ ਗਏ ਉਹ ਐਂ ਕਰ ਕਰਦੇ ਨੂੰ ਬਧਾ ਐਵੇਂ ਬਿਮਾਰੀਆਂ ਲੱਗੀਆਂ ਨੇ ਕਿਵੇਂ ਕਿਵੇਂ ਮਰ ਗਏ ਤੇ ਜਿਹੜਾ ਮੈਂ ਦੱਸਦਾ ਕਿ ਕਿਡਨਾਪ ਦੋ ਇੱਕ ਬੁੜਾ ਬੁੜੀ ਪਤਨੀ ਦੋ ਬੁੜੀਆਂ ਸੈਂਟਨਲ ਆਇਲੈਂਡ ਤੋਂ ਕਿਡਨਾਪ ਕੀਤੇ ਹਾਂ ਓਕੇ ਸੈਂਟ ਇੱਕ ਇੱਕ ਬੁੜਾ ਬੁੜੀ 2018 ਤੋਂ ਬਾਅਦ ਨਾ 18 ਤੋਂ ਨਹੀਂ ਉਹ ਤਾਂ ਪੁਰਾਣੀ ਗੱਲ ਆ ਕੋਈ ਕਿੱਦਾਂ ਵਾਲੀ ਤਾਂ ਤੇ 18 ਚ ਤਾਂ ਉਹ ਹੋਇਆ ਸੀਗਾ ਜਿਹੜਾ ਮਿਸ਼ਨਰੀ ਵਾਲਾ ਤੇ ਉੱਥੋਂ ਨਾ ਚਾਰ ਜਵਾਕ ਤੇ ਦੋ ਮਿਲਦਾ ਉਹ ਦੋ ਅਡਲਟ ਸੀਗੇ ਉਹਨਾਂ ਨੂੰ ਲੈ ਕੇ ਗਏ ਸੀਗੇ ਤੇ ਉਦੋਂ ਤਾਈਂ ਬੈਨ ਵੀ ਨਹੀਂ ਸੀ ਕੀਤਾ ਸਰਕਾਰ ਨੇ ਉਹ ਪਹਿਲਾਂ ਦੀ ਗੱਲ ਆ 1980 90 ਸਮਥਿੰਗ ਦੀ ਤੇ ਉਹਨਾਂ ਨੂੰ ਜਦੋਂ ਲੈ ਕੇ ਗਏ ਕੁਝ ਇੱਕ ਦੋ ਦਿਨ ਬਾਅਦ ਹੀ ਪਤਨੀ ਉਹ ਅਡਲਟਾਂ ਨੂੰ ਦਰ ਨਾਲ ਦੀ ਨਾਲ ਹੋ ਗਿਆ ਮਤਲਬ ਇਨਫੈਕਸ਼ਨ ਹੋਣ ਲੱਗੀ ਅਡਲਟ ਤੇ ਡੈਥ ਹੋ ਗਈ ਤੇ ਫਿਰ ਉਹ ਪੋਰਟ ਪੋਰਟਮੈਨ ਨਾਮ ਦਾ ਸੀਗਾ ਕੋਈ ਬੰਦਾ ਪੋਰਟਮੈਨ ਸਮਥਿੰਗ ਉਹ ਲੈ ਕੇ ਗਿਆ ਸੀ ਤੇ ਪਰ ਉਹ ਜਵਾਕਾਂ ਨੂੰ ਛੱਡਿਆ ਆ ਸੀਗਾ ਤੇ ਹੁਣ ਉਹ ਆਏ ਨਹੀਂ ਪਤਾ ਵੀ ਜਵਾਕਾਂ ਨੇ ਉੱਥੇ ਜਾ ਕੇ ਵੀ ਕਿੰਨਿਆਂ ਨੂੰ ਇਨਫੈਕਟ ਕੀਤਾ ਹੋਵੇ ਤਾਂ ਕਰਕੇ ਫਿਰ ਸਰਕਾਰ ਨੇ ਬਾਅਦ ਚ ਐ ਕਰਤਾ ਸੀ ਵੀ ਫੱਕੜ ਵੀ ਛੱਡੋ ਨਾਲੇ ਬਾਕੀ ਉਹਨਾਂ ਦਾ ਆਪ ਦਾ ਰਾਈਟ ਆ ਕਿ ਉਹ ਜਿਹੜੇ ਆਪਦੇ ਕਲਚਰਲ ਪ੍ਰੈਕਟਿਸਿਸ ਆ ਉਹਨਾਂ ਦੀ ਹਨ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਹੱਕ ਹੈ ਇੱਥੇ ਕਿ ਜਿਵੇਂ ਮਰਜੀ ਰਹੋ ਇਹ ਵੀ ਇਹ ਵੀ ਇੱਕ ਇਸ਼ੂ ਹੈ ਕਿ ਉਹਨਾਂ ਨੂੰ ਆਪ ਦਿੱਤੀ ਜਾਂਦੀ ਹੈ ਮਰਜੀ ਮਰਜੀ ਨਾਲ ਰਹਿਣ ਦਾ ਹੱਕ ਦਿੱਤਾ ਜਾਂਦਾ ਹੈ ਉਹ ਹੀ ਚੀਜ਼ ਆ ਕਿ ਯਾਰ ਮੈਨੂੰ ਬੜੀ ਅਜੀ ਗੱਲ ਮਤਲਬ ਐ ਲੱਗਦੀ ਹੁੰਦੀ ਹੈ ਕਿ ਉਹ ਛੋਟੀ ਜਿਹੀ ਜਗ੍ਹਾ ਰਹਿੰਦੇ ਨੇ ਰਾਈਟ ਉਹਨਾਂ ਨੂੰ ਸਕੀਲਾਂ ਸਕੂਲਾਂ ਸਾਰੀਆਂ ਨੇ ਦੇ ਹੱਕੇਸ਼ਤੀ ਬਣਾਉਣੀ ਆਉਂਦੀ ਉਹਨਾਂ ਨੂੰ ਕਹੋ ਕੀ ਜੀ ਬਣਾਉਣੀ ਆਉਂਦੀ ਉਹਨਾਂ ਨੂੰ ਪਤਲੀ ਜ ਪਰ ਉਹ ਆਇਲੈਂਡ ਹੈਗੜਨ ਨੂੰ ਵੀ ਹੋ ਸਕਤੇ ਹੋਰ ਵੀ ਆ ਕਿਉਂਕਿ ਆਇਲੈਂਡ ਬਿਲਕੁਲ ਨੇੜੇ ਨੇੜੇ ਹੈਗੇ ਨੇ ਉਹਨਾਂ ਦੇ 1.36 ਕਿਲੋਮੀਟਰ ਦੀ ਆਇਲੈਂਡ ਹੈ ਪਰ ਉਹਨਾਂ ਨੂੰ ਇਦਾਂ ਨਹੀਂ ਹੈਗਾ ਕਿ ਅਸੀਂ ਉਹ ਆਇਲੈਂਡ ਤੇ ਜਾਈਏ ਉਹ ਕਹਿੰਦੇ ਬਸ ਇੱਥੀਆਂ ਅਸੀਂ ਤਾਂ ਇੱਥੇ ਰਹਿਣਾ ਤੇ ਸਾਨੂੰ ਨਾ ਫਕਰਉਣ ਕਰੋ ਸਾਡੇ ਨਾਲ ਆ ਜਿਵੇਂ ਇੱਕ ਮਾਸ਼ੂ ਪੀਰੂ ਨਾਂ ਦੇ ਹੈਗੇ ਆ ਗਰੁੱਪ ਗਰੁੱਪ ਹੈਗਾ ਟ੍ਰਾਈਬਲ ਗਰੁੱਪ ਆ ਪੀਰੂ ਦੇ ਵਿੱਚ ਉਹ ਵੀ ਜਿਵੇਂ ਜਰਨਲਿਸਟ ਦੇ ਗਏ ਸੀ ਉੱਥੇ ਫੋਟੋਗ੍ਰਾਫਰ ਜਿਵੇਂ ਆਈ ਹੈਲਪ ਕਰਨ ਕਈ ਫੋਟੋ ਖਿੱਚਣ ਜਾਂਦੇ ਆ ਨਾ ਤੇ ਉਹ ਰਿਵਰ ਸੀਗਾ ਉਹਦੇ ਬੈਂਕਸ ਦੇ ਆ ਕੇ ਉਹ ਵੀ ਯਾਰੋ ਮਾਰਨ ਲੱਗੇ ਉਹਨਾਂ ਦੇ ਛੱਡਦੇ ਉਹਨਾਂ ਨੇ ਤੇ ਉਹ ਬੱਚੇ ਭਜਾਦੇ ਉਹਨਾਂ ਨੂੰ ਮਤਲਬ ਕਹਿੰਦਾ ਬਾਵਾ ਕਿ ਕਈ ਆਪ ਹੌਸਟਾਈਲ ਹੁੰਦੇ ਹਨ ਕਿ ਉਹ ਆਪ ਜਿਵੇਂ ਕਹਿੰਦਾ ਚਾਹੁੰਦੇ ਨਹੀਂ ਕਿ ਅਸੀਂ ਇਤਨੀ ਖੁਸ਼ ਹਾਂ ਅਸੀਂ ਪਰ ਹਾਂ ਜਿਵੇਂ ਇਹ ਇਹ ਵੀ ਡਿਬੇਟ ਚੱਲਦੀ ਹੈ ਕਿ ਇਹਨਾਂ ਨੂੰ ਮਤਲਬ ਉੱਤੇ ਚੱਕਿਆ ਜਾਵੇ ਨਾਲ ਹਨਾ ਜਿਵੇਂ ਕਿ ਕੋਈ ਬਿਮਾਰੀਆਂ ਜਿਵੇਂ ਲੱਗ ਜਾਂਦੀਆਂ ਤੁਸੀਂ ਕਿਹਾ ਕਿ ਉਹਨਾਂ ਨੂੰ ਕਈ ਬਿਮਾਰੀਆਂ ਆ ਜਾਂਦੀਆਂ ਹੁੰਦੀਆਂ ਕਿ ਠੀਕ ਨਹੀਂ ਹੁੰਦੀਆਂ ਜੰਗਲ ਦੇ ਵਿੱਚ ਹਨਾ ਤੇ ਉਹਨਾਂ ਵਾਸਤੇ ਦਵਾਈ ਜ਼ਰੂਰੀ ਚਾਹੀਦੀ ਹੁੰਦੀ ਹੈ ਕਿ ਉਹ ਮਤਲਬ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾ ਸਕੇ ਆਹ ਫੋਰੈਸਟ ਗਲਾਂਟੇ ਸੀਗਾ ਇੱਕ ਹੈ ਸੀਗਾ ਹੀ ਹੈਗਾ ਵਾ ਉਹ ਐਡਵੈਂਚਰ ਆ ट्रैवल ਕਰਦਾ ਹਨਾ ਵਾਈਲਡ ਲਾਈਫ ਦੇ ਬੜਾ ক্লোਜ਼ ਆ ਉਹ ਤੇ ਉਹੀ ਦੱਸ ਰਿਹਾ ਸੀ ਉਹ ਕਹਿੰਦਾ ਮੈਂ ਇੱਕ ਟ੍ਰਾਈਬ ਚ ਗਿਆ ਹਨਾ ਤੇ ਉਹਨਾਂ ਨੂੰ ਰਿੰਗਵਾਰਮ ਹੋਏ ਹੋਏ ਸੀਗੇ ਬਾਡੀ ਤੇ ਹਨਾ ਥਾ ਦਾ ਉਹ ਕਹਿੰਦਾ ਵੀ ਅਸੀਂ ਕੇਰਾ ਉਹਨਾਂ ਨੂੰ ਕੇਰਾ ਓਕੇ ਮਹੀਨੇ ਦੀ ਦਵਾਈ ਦੇ ਦਾਂਗੇ ਵੱਧ ਤੋਂ ਵੱਧ 2 ਮਹੀਨਿਆਂ ਦੀ ਦਵਾਈ ਦੇ ਦਾਂਗੇ ਹਨਾ ਉਹ ਕੁਝ ਟਾਈਮ ਲਈ ਸਹੀ ਹੋ ਜੂਗੀ ਪਰ ਉਹ ਉਹ ਆਫਟਰ ਸਮ ਟਾਈਮ ਆਫਟਰ ਕੁਛ ਮਹੀਨਿਆਂ ਫਿਰ ਓਵੇਂ ਦੀ ਓਵੇਂ ਕਿਉਂਕਿ ਉਹਨਾਂ ਦੀ ਲਾਈਫਸਟਾਈਲ ਉਹ ਜੰਗਲਾਂ 'ਚ ਰਹਿਣਾ ਉਹਨਾਂ ਨੇ ਹਨਾ ਉਹ ਇੰਟਰੈਕਟ ਕਰਨਾ ਉੱਥੋਂ ਦੇ ਮਾਈਕਰੋ ਆਰਗਨਿਜ਼ਮਸ ਨਾਲ ਹਨਾ ਉਹ ਫਿਰ ਓਵੇਂ ਦੇ ਓਵੇਂ ਹੋ ਜਾਣਗੇ ਤੇ ਦਵਾਈ ਲਾਈਕ ਜਾਂ ਤਾਂ ਉਹਨਾਂ ਨੂੰ ਜਿਵੇਂ ਹੀ ਉੱਥੇ ਸਹੂਲਤਾਂ ਦਿੱਤੀਆਂ ਜਾਣ ਹਨਾ ਜਿਹਦੇ ਲਈ ਕਿ ਕਈ ਟ੍ਰਾਈਬਸ ਨਹੀਂ ਸਹਿਮਤ ਹੁੰਦੀਆਂ ਵੀ ਅਸੀਂ ਅਨਕੰਟੈਕਟਿਡ ਹੀ ਰਹਿਣਾ ਵਾ ਜਿਵੇਂ ਦਵਾਈਆਂ ਜਿਵੇਂ ਸੌਰੀ ਸਹੂਲਤਾਂ ਦੀ ਗੱਲ ਕਰਦੇ ਮੌਰੀਆ ਉਹ ਮੌਰੀ ਟ੍ਰਾਈਬ ਐਕ ਨਿਊਜ਼ੀਲੈਂਡ ਦੀ ਹਨਾ ਉਹਨਾਂ ਨੂੰ 1840 ਦੇ ਵਿੱਚ ਜਿਵੇਂ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀਗੀ ਉਹਨਾਂ ਨਾਲ ਜਿਹੜੇ ਮੌਰੀਆ ਉਹਦੇ ਉਹਨਾਂ ਦੇ ਲੀਡਰ ਸੀਗੇ ਤੇ ਉਹਨਾਂ ਨੇ ਹੱਥ ਮਿਲਾ ਲਿਆ ਕਿ ਅਸੀਂ ਮਤਲਬ ਤੁਹਾਨੂੰ ਗਵਰਨਰਸ ਦਿੰਨੇ ਆ ਫੁੱਲ ਕਿ ਤੁਸੀਂ ਆਪ ਦੇ ਲੀਡਰ ਖੜੇ ਕਰੋ ਉਨ ਸਾਰੀਆਂ ਸਹੂਲਤਾਂ ਜਿਵੇਂ ਉਸਤਾਦ ਕਹ ਰਿਹਾ ਸਹੂਲਤਾਂ ਕਿ ਹਸਪੀਟਲ ਤੁਹਾਨੂੰ ਤੁਹਾਨੂੰ ਪੜਾਈ ਦਿੱਤੀ ਜਾਊਗੀ ਕਿ ਤੁਹਾਨੂੰ ਤੁਹਾਨੂੰ ਸਾਰਾ ਕੁਝ ਦੱਸਿਆ ਜਾਊਗਾ ਕਿ ਕਈ ਕਈ ਚਮਦੀਆਂ ਹੁੰਦੀਆਂ ਕਈ ਟ੍ਰਾਈਬਸ ਚਾਹੁੰਦੇ ਨੇ ਆ ਕਿ 20 ਅਸੀਂ ਸਾਨੂੰ ਡਿਵੈਲਪਮੈਂਟ ਮਤਲਬ ਹਿੱਸਾ ਬਣਾਣਾ ਸੀ ਪਰ ਕਈ ਨਹੀਂ ਚਾਹੁੰਦੀਆਂ ਹੁੰਦੀਆਂ ਕਈ ਓਪਨ ਹੁੰਦੇ ਕਈ ਨਹੀਂ ਹੁੰਦੇ Amazon ਚ ਕਈ ਲਾਈਕ ਸੌ ਦੇ ਨੇੜੇ ਤੇੜੇ ਟ੍ਰਾਈਬਸ ਡਿਸਕਵਰ ਹੋਈਆਂ ਜਿਹੜੀਆਂ ਅਨਕੰਟੈਕਟਡ ਤੇ ਬਾਕੀ ਵੀ ਡੋਨਟ ਨੋ ਹੋਰ ਕਿੰਨੀਆਂ ਹੋਣੀਆਂ ਜਿਵੇਂ ਆਪਾਂ ਕਹਿ ਰਹੇ ਆ ਨਾ ਤੇ ਉੱਥੇ ਹੀ ਇੱਕ ਬੰਦਾ ਸੀਗਾ ਪੌਲ ਰਿਸੋਲੀ ਉਹ ਉਹ ਲਾਈਕ ਅ ਵਾਈਲਡ ਨੈਚੁਰਲ ਹੈਬੀਟੈਟ ਨੂੰ ਪ੍ਰੀਜ਼ਰਵ ਕਰਦਾ ਹਨ ਤੇ ਉਹਦੇ ਨਾਲ ਰੇਂਜਰਸ ਦੇ ਨਾਲ ਕੰਮ ਕਰ ਰਿਹਾ ਗਾਰਡ ਕਰ ਰਹੇ ਹੁੰਦੇ ਹਨ ਫੌਲਸ ਰੇਂਜਰ ਹੁੰਦੇ ਹਨ ਤੇ ਆਹਦੇ ਉਹਨੇ ਦੱਸਿਆ ਉਹ ਜਿਹੜਾ ਰੇਂਜਰ ਸੀਗਾ ਉਹ ਪਾਣੀ ਵਿੱਚ ਦੀਆਂ ਜਾ ਰਿਹਾ ਤੈਨੂੰ ਪਤਾ ਉਹਨੂੰ ਟ్రਾਈਬ ਦੇ ਦੀਗਾ ਜੰਗਲ 'ਚ ਤੇ ਉਹਨੇ ਆਪਦੇ ਜਣੇ ਫ੍ਰੈਂਡਲੀ ਜੈਸਚਰ ਜਿਆ ਕੀਤਾ ਹਨਾ ਵੀ ਆਪ ਮੇਰੇ ਕੋਲ ਕੇਲੇ ਆਣਾ ਮੈਂ ਕੇਲੇ ਲੈ ਕੇ ਜਾਂਦਾ ਹਾਂ ਹਣੀ ਵਿੱਚ ਦੀ ਜਾ ਰਿਹਾ ਤੈਨੂੰ ਪਤਾ ਕੇਲੇ ਲਈ ਤੇ ਇੱਕੋ ਸਮ ਤੀਰ ਆਇਆ ਉਹਦੇ ਉੱਲੀ ਉਹ ਵੀ ਸਿੱਧਾ ਉਹਦੇ ਮੱਥੇ ਉੱਲੀ ਨੂੰ ਤੇ ਉਹ ਬੜਾ ਲਾਈਕ ਕੁਇਕ ਰਿਐਕਸ਼ਨ ਦਿੱਤਾ ਉਹਨੇ ਹਨਾ ਵੀ ਜਿਵੇਂ ਫਿਲਮਾਂ 'ਚ ਹਨਾ ਇੱਕੋ ਦਾ ਵੀ ਸਾਈਡ ਜੇ ਨੂੰ ਹੋ ਗਿਆ ਤੇ ਹਾਲਾਂਕਿ ਉਹਦਾ ਜਿਹੜਾ ਤੀਰ ਸੀਗਾ ਇਧਰ ਕੰਨ ਦੇ ਨਾਲ ਦੀ ਲੰਘ ਗਿਆ ਤੇ ਉਹ ਸਾਰਾ ਸਕਲ ਲਾਈਕ ਚਮੜੀ ਲਾਤੀ ਨਾਲੋਂ ਤੈਨੂੰ ਪਤਾ ਇਧਰ ਸਾਈਡ ਤੋਂ ਇੱਕ ਪਾਸੇੋਂ ਤੇ ਸਕਲ ਦਿਸਣ ਲੱਗ ਗਿਆ ਸੀ ਉਹਦਾ ਤੇ ਹੁਣ ਵੀ ਉਹਦੇ ਉਹ ਪੂਰਾ ਦਾਗ ਉਵੇਂ ਬਣਿਆ ਹੋਇਆ ਹਨਾ ਲੈਕ ਇਹੋ ਜਿਹੇ ਵਾਈਲਡ ਡਰਾਇਵਸ ਵੀ ਹੈਗੀਆਂ ਹਨ ਸਕਿੱਲ ਬਈ ਤਖੜੀ ਆਉਣਾ ਦੀ ਉਹਨਾਂ ਦੇ ਆਂਦੇ ਬੋਸ ਐਨ ਬੋਸ ਐਨ ਐਰੋ ਸੀ ਕਈਆਂ ਦੇ ਤਾਂ ਦੇ ਲਾਈਕ 6 6 ਫੁੱਟ ਦੇ ਆ ਏਡੇ ਵੱਡੇ ਹੋਰ ਆਪਕੇ ਕੀ ਕੀ ਮਾਰਦੇ ਜੰਗਲ ਜੰਗਲ ਦੇ ਵਿੱਚ ਰਹਿਣਾ ਉਹ ਉਹਨੂੰ ਆਪਦੇ ਆਪ ਨੂੰ ਅਡਾਪਟ ਕਰਨਾ ਹਨਾ ਬਹੁਤ ਬਹੁਤ ਡਿਫਰੈਂਟ ਐਗਜ਼ਾਮਪਲਾਂ ਜਿਵੇਂ ਜੇ ਕਹਿੰਦੇ 6 ਫੁੱਟ ਦੇ ਐਰੋ ਹੀ 6 ਫੁੱਟ ਦੇ ਹਨਾ ਕਿਉਂਕਿ ਕੀ ਪਤਾ ਉੱਥੇ ਜਾਨਵਰਗੇ ਜਾਂ ਉਹਨਾਂ ਨੇ ਮਾਰ ਕੇ ਖਾਣਾ ਹਨਾ ਆ ਹੁਣ ਜਿਵੇਂ ਕਹਿੰਦੇ ਹੈ ਨੇ ਵੀ ਐਨਾਗੋਂਡਾ ਵੀ ਹੈਗੀ ਨੇ ਹਲੇ ਉਹ ਚ ਮਤਲਬ ਐਨਾਗੋਂਡਾ ਕਹਿੰਦਾ ਭਾਵੇਂ ਕੀ ਉਹ ਫੇਲਮ ਵਾਲਿਆਂ ਨਾ ਗੋਂਡਾ ਨਹੀਂ ਅਮਾਜ਼ਨ ਦੇ ਚ ਹੈਗੇ ਆ ਆ ਵੱਡੇ ਵੱਡੇ ਹੈਗੇ ਨੇ 18 18 20 20 ਫੁੱਟ ਦੇ ਬਿਲਕੁਲ ਇਹ ਆਹੀ ਚੀਜ਼ ਆ ਆਪਾਂ ਅੱਜ ਆਹੀ ਗੱਲ ਕਰ ਰਹੇ ਸੀ ਕਿ ਹਨਾ ਅਨ ਕੰਟੈਕਟਡ ਉਹ ਕਾਹ ਤੋਂ ਅਨ ਕੰਟੈਕਟਡ ਆ ਬਹੁਤ ਰੀਜ਼ਨਸ ਆ ਉੰਨਾਂ ਨਾਲ ਪਾਸਟ ਵਿੱਚ ਧੱਕਾ ਵੀ ਹੋਇਆ ਜਿਵੇਂ ਇੰਡੀਵਿਜੂਅਲੀ ਆਪਾਂ ਗੱਲ ਕਰੀਏ ਹਨਾ ਟ੍ਰਾਈਬਸ ਨਾਲ ਕੋਈ ਜਿਵੇਂ ਲੌਗਰਸ ਹੁੰਦੇ ਆ ਲੱਕਣਾ ਵੱਢਣ ਵਾਲੇ ਇਹਨਾਂ ਨੇ ਜਾ ਕੇ ਉਹਨਾਂ ਨੂੰ ਫੇਸ ਕੀਤਾ ਇਹਨਾਂ ਨੇ ਜਾ ਕੇ ਉਹਨਾਂ ਤੇ ਅਸਾਲਟ ਕੀਤੇ ਹਨਾ ਇੱਕ ਗੰਨਾ-ਗੋਨਾ ਲੈ ਕੇ ਜਾਂਦੇ ਨੇ ਗੋਲੀਆਂ ਚਲਾਉਂਦੇ ਨੇ ਹਲੇ ਆ ਪਾਸਟ ਵਿੱਚ ਅਜ ਤੋਂ ਲਾਈਕ 200 300 ਸਾਲ ਪਹਿਲਾਂ ਜਿੰਦੇ ਹੁੰਦੇ ਰਹਿ ਟਾਈਮ-ਟਾਈਮ ਨੂੰ ਇਨਸੀਡੈਂਟ ਬ੍ਰਾਜ਼ੀਲ ਦੇ ਵਿੱਚ ਵੀ ਜਿਵੇਂ ਅਨਕੰਟੈਕਟਡ ਟ੍ਰਾਈਬਸ ਹੈ ਹਨਾ ਉੱਥੇ ਵੀ ਆਈ ਇਹਨਾਂ ਨੇ ਲੌਗਰਸ ਜਿਹੜੇ ਜਿਗੇ ਉੱਥੇ ਇਹਨਾਂ ਨੇ ਬੰਦਾ ਮਾਰਤਾ ਇਹਨਾਂ ਦਾ ਇਹਨਾਂ ਦਾ ਟ੍ਰਾਈਬ ਦਾ ਬ੍ਰਾਜ਼ੀਲ ਤੇ ਤਾਂ ਮੈਂ ਕਹਿੰਦਾ ਖਾਸੇ ਮਾਰੇ ਇਹਨਾਂ ਨੇ ਇੱਕ ਹਾਂ ਹਾਂ ਮਤਲਬ ਉੱਥੇ ਫਿਰ ਉਹਨਾਂ ਨੇ ਕੋਈ ਸਪੈਸਿਫਿਕ ਟ੍ਰਾਈਬ ਸੀਗੀ ਫਿਰ ਉਹਨਾਂ ਨੇ ਸਰਕਾਰ ਨੇ ਜਿਵੇਂ ਤੁਸੀਂ ਕਹਿੰਦੇ ਇੰਡੀਆ ਦਾ ਸੈਂਟੀਨਲ ਆਈਲੈਂਡ ਕਰਕੇ ਉਹਨਾਂ ਨੇ ਲਾਅ ਬਣਾਏ ਇਹਨਾਂ ਨੇ ਵੀ ਬਣਾਏ ਕੇ ਇਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ ਕਈ ਐਵੇਂ ਵੀ ਪਤਾ ਲੱਗਦੇ ਆ ਉਹਨਾਂ ਨੂੰ ਉਹਨਾਂ ਦਾ ਪਤਾ ਨਹੀਂ ਸੀਗਾ ਕਿ ਇੱਕ ਇੱਥੇ ਟ੍ਰਾਈਬ ਆ ਕੋਈ ਉਹਦੀ ਪਤਾ ਲੱਗਿਆ ਜਦੋਂ ਉਹਨਾਂ ਨੇ ਜਾ ਕੇ ਲੌਗਰਾਂ ਨੇ ਉਹਨਾਂ ਦਾ ਕਤਲ ਕਰਤਾ ਜਾ ਕੇ ਲੌਗਰਸ ਆਉਂਦੇ ਰਹਿੰਦੇ ਆ ਪੋਚਰਸ ਹੋਗੇ ਸਕੈਨਲ ਲੈਣ ਆਉਂਦੇ ਜਾਨਵਰ ਇੱਕ ਟਾਈਮ ਰਬਰ ਰਬਰ ਬੂਮ ਹੋਈ ਸੀ ਹਨਾ 19 ਸੈਂਚਰੀ ਦੇ ਐਂਡ ਤੇ ਹਨਾ 20th ਸੈਂਚਰੀ ਦੀ ਬਿਗਨਿੰਗ ਤੇ 1910 ਵੀ ਉਦੋਂ ਲਾਈਕ ਰਬਰ ਦੀ ਡਿਮਾਂਡ ਬੜੀ ਵੱਧ ਗਈ ਸੀ ਹਨਾ ਟਾਇਰ ਟੂਰ ਗੱਡੀਆਂ ਦੇ ਟਾਇਰ ਬਣਨੇ ਕਰਨੇ ਸੀ ਹਨਾ ਤੇ ਉਦੋਂ ਮੋਸਟਲੀ ਰਬਰ ਆ ਜਿਹੜੀ ਰਬਰ ਪਲਾਂਟਸ ਆ ਇਧਰ ਪਾਈ ਜਾਂਦੇ ਹਨਾ ਸਾਊਥ ਏਸ਼ੀਆ ਇੰਡੋਨੇਸ਼ੀਆ ਆਪਣੇ ਮਲੇਸ਼ੀਆ ਵਾਲੇ ਪਾਸੇ ਜਾ ਹਨਾ ਤੇ ਇਹਨਾਂ ਨੇ ਕੀ ਸੋਚਿਆ ਹਨਾ ਵੀ ਆਪਾਂ ਕਿਉਂ ਨਾ ਰਬਰ ਐਮਾਜ਼ਨ ਜੋ ਐਮਾਜ਼ਨ ਜੋ ਲੱਭ ਲਈਏ ਹਨਾ ਜਿਵੇਂ ਗੋਲਡ ਰਸ਼ ਹੋਇਆ ਸੀ ਹਨਾ ਕਿਰਾ ਗੋਲਡ ਰਸ਼ ਅਲਾਸਕਾ ਸਾਰੇ ਅਲਾਸਕਾ ਨੂੰ ਭੱਜਣ ਲੱਗੇ ਸੀ ਹਨਾ ਗੋਲਡ ਲੱਭ ਕੇ ਆਉਣੇ ਉਹ ਵੀ ਲਾਈਕ ਰਬਰ ਬੂਮ ਮਿਲੇ ਸਾਰੇ ਇਧਰ ਨੂੰ ਜਾਣ ਲੱਗੇ ਸੀ ਹਨਾ ਤੇ ਉਹ ਚੀਜ਼ ਨੇ ਟ੍ਰਾਈਬਸ ਨੂੰ ਬੜਾ ਹਰਟ ਕੀਤਾ ਇੱਕ ਹਿਸਾਬ ਦਾ ਉਹਨਾਂ ਦੇ ਉਹਨਾਂ ਨਾਲ ਮਿਸ ਮਿਸ ਟ੍ਰੀਟਮੈਂਟ ਹੋਈ ਹਨਾ ਗਲਤ ਟ੍ਰੀਟਮੈਂਟ ਹੋਈਆਂ ਕਿਉਂਕਿ ਆਬਵੀਅਸਲੀ ਰਬਰ ਨੂੰ ਲਵ ਦੇ ਲਵ ਦੇ ਇਹਨਾਂ ਨਾਲ ਵੀ ਇਨਕਾਊਂਟਰ ਹੁੰਦੇ ਸੀ ਟ੍ਰਾਈਬ ਨਾਲ ਤੇ ਉਹਨਾਂ ਨੂੰ ਮਾਰਦੇ ਸੀ ਹਨਾ ਹਰਟ ਕਰਦੇ ਸੀ ਇਵਨ ਮਾਰ ਵੀ ਦਿੰਦੇ ਸੀ ਮਰਡਰ ਕਰ ਦਿੰਦੇ ਸੀ ਹਨਾ ਤੇ ਹੈਨਰੀ ਫੋਰਡ ਆ ਜਿਹੜਾ ਉਹਨੇ ਵੀ ਉਹਨੇ ਆਪਦੇ ਜਿਹੜੇ ਪਲਾਂਟ ਹੀ ਉੱਥੇ ਸ਼ੁਰੂ ਕਰਤੇ ਸੀ ਲਾਉਣੇ ਹਨਾ Amazon ਦੇ ਜੰਗਲਾਂ ਦੇ ਵਿੱਚ ਵੀ ਆਪਾਂ ਇੱਥੇ ਪਲਾਂਟ ਲਾ ਕੇ ਹਨਾ ਫੋਰਡ ਦੇ ਪਲਾਂਟ ਆ ਰਬਰ ਟਰੀ ਵਾਲੇ ਪਲਾਂਟ ਹਾਲਾਂਕਿ ਉਹ ਇੰਨੇ ਚੱਲੇ ਨਹੀਂ ਕਿਉਂਕਿ ਰਬਰ ਟਰੀ ਮੋਨੋਕ੍ਰੋਪ ਗਰੋ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਹਨਾ ਉਹ ਉੱਥੇ ਬਿਮਾਰੀਆਂ ਸੰ ਜੰਗਲ ਦੇ ਵਿੱਚ ਹੋਰ ਬਹੁਤ ਕੁਝ ਹਨਾ ਇਨਸੈਕਟਸ ਵਰਮਸ ਉਹਦੇ ਕਰਕੇ ਇੰਨੇ ਚੱਲਿਆ ਨਹੀਂ ਤਾਂ ਸਾਊਥ ਏਸ਼ੀਆ ਤੋਂ ਇਹਨਾਂ ਨੂੰ ਲਿਆਉਣੇ ਪਿਆ ਹਨਾ ਰਬਰ ਤੇ ਉਹ ਵਨ ਆਫ ਦਾ ਰੀਜ਼ਨ ਆ ਵੀ ਟ੍ਰਾਈਬਸ ਦੇ ਵਿੱਚ ਹੇਟ ਆ ਆਊਟਸਾਈਡਰਸ ਲਈ ਹਾਂ ਕਿਉਂਕਿ ਜੇ ਤੁਸੀਂ ਆਹ ਜਾ ਕੁਝ ਕੀਤਾ ਫਿਰ ਉਹ ਤੁਹਾਨੂੰ ਵੈਲਕਮ ਦਾ ਕਰ ਨਾ ਆ ਜਿੰਨੇ ਨਵੇਂ ਬੰਦੇ ਵੀ ਜਾਣਗੇ ਉਹਨਾਂ ਦੇ ਆਬਵੀਅਸਲੀ ਆ ਤੀਰ ਚੱਲਣੇ ਉਹਨਾਂ ਤੇ ਬਿਲਕੁਲ ਈਵਨ ਆਪਾਂ ਜਦੋਂ ਕਲੋਨੀਅਲਿਜ਼ਮ ਦੀ ਗੱਲ ਕਰ ਰਹੇ ਸੀ ਹਨਾ 15th ਸੈਂਚਰੀ ਦੇ ਐਂਡ ਤੇ ਹਨਾ ਕ੍ਰਿਸਟੋਫਰ ਕੋਲੰਬਸ ਆਪਾਂ ਕਹਿੰਦੇ ਸੁਣਦੇ ਆ ਕਿ ਡਿਸਕਵਰ ਕੀਤੀ ਸੀ ਮੈਂ ਅਮਰੀਕਾ ਹਨਾ ਬਈ ਨਾਰਥ ਅਮਰੀਕਾ ਤੇ ਨਹੀਂ ਵੜਿਆ ਸੀ ਉਹ ਲੁੱਕੀ ਆਪਾਂ ਨੂੰ ਮਿਸਕਨਸੈਪਸ਼ਨ ਆਣਾ ਕਿ ਉਹ ਨਾਰਥ ਅਮਰੀਕਾ ਚ ਆਪ ਡਿਸਕਵਰ ਕੀਤਾ ਉਹ ਨਹੀਂ ਸਿਰਫ ਸੈਂਟਰਲ ਅਮਰੀਕਾ ਤੇ ਸਾਊਥ ਅਮਰੀਕਾ ਦਾ ਕੁਝ ਪਾਰਟ ਤੇ ਕਰੇਬੀਅਨ ਸਾਰੀ ਇਹਨੇ ਐਕਸਪਲੋਰ ਕੀਤੀ ਸੀ ਤੇ ਉਹ 1492 ਦੇ ਵਿੱਚ ਪਹਿਲੀ ਵਾਰ ਆਇਆ ਸੀਗਾ ਜਿਵੇਂ ਕਹਿ ਰਿਹਾ ਕਿ ਇਹਨਾਂ ਨਾਲ ਤੱਕਾ ਹੋਇਆ ਨਾ ਤੱਕਾ ਕ੍ਰਿਸਟੋਫਰ ਕੋਲੰਬਸ ਨੇ ਬਹੁਤ ਤੱਕਾ ਕੀਤਾ ਜਦੋਂ ਇਹ ਪਹਿਲੀ ਵਾਰੀ ਇੱਥੇ ਆਇਆ ਕੈਰੀਬੀਅਨ ਦੇ ਵਿੱਚ ਆ ਬਹਾਮਾਸ ਕਹਿੰਦੇ ਜਿਹਨੂੰ ਹੁਣ ਆਪਾਂ ਹਾਂ ਉੱਥੇ ਜਾ ਕੇ ਇਹਨੇ ਟਾਇਨੋ ਨਾਮ ਦੇ ਗਰੁੱਪ ਸੀਗਾ ਉੱਥੇ ਇਹਨਾਂ ਦੇ ਇੰਡੀਜਨਸ ਪੀਪਲ ਦਾ ਨਾ ਉੱਥੇ ਉਹਨਾਂ ਨੇ ਅ ਪਹਿਲਾਂ ਇਹਨਾਂ ਨੂੰ ਮਤਲਬ ਉਹਨਾਂ ਨੇ ਵੈਲਕਮ ਕੀਤਾ ਵਧੀਆ ਇਹਨਾਂ ਨੇ ਟ੍ਰੇਡ ਵੀ ਕੀਤਾ ਉਹਨਾਂ ਨੇ ਇਹਨਾਂ ਨਾਲ ਕਿ ਅ ਤੁਸੀਂ ਸਾਨੂੰ ਦੇਓ ਖਾਣ ਪੀਣ ਨੂੰ ਸਮਾਨ ਦੇਓ ਹਨਾ ਬਾਅਦ ਵਿੱਚ ਉਹਨਾਂ ਨੂੰ ਇਨਸਲੇਵਡ ਕਰ ਇਨਸਲੇਵ ਕਰ ਲਿਆ ਉਹਨਾਂ ਦੀ ਟੈਰਿਟਰੀ ਨੱਪਣ ਲੱਗ ਗਏ ਉਹਨਾਂ ਦੇ ਜਵਾਗ ਮਾਰਦੇ ਹਨਾ ਮਤਲਬ ਕੀ ਮਤਲਬ ਆਪਾਂ ਜਿੱਦ ਤੱਕ ਹੋ ਸਕਦੇ ਆਂ ਹਾਂ ਮਤਲਬ ਜਿਵੇਂ ਆਪਾਂ ਕਹਿੰਦੇ ਆ ਕਿ ਇਹਨਾਂ ਨਾਲ ਧੱਕਾ ਕੀਤਾ ਇਹਨਾਂ ਨਾਲ ਰਾਜ ਕੀਤਾ ਉਹਨਾਂ ਨੇ ਮਤਲਬ ਇਹਨਾਂ ਨਾਲ ਕਤਲੇਆਮ ਕੀਤਾ ਆ ਕੇ ਕ੍ਰਿਸਟੋਫਰ ਕੋਲੰਬਸ ਨੇ ਤੇ ਉਹ ਚਾਰ ਵਾਰੀ ਆਇਆ ਕ੍ਰਿਸਟੋਫਰ ਕੋਲੰਬਸ ਤੇ ਉਹਦੀਆਂ ਚਾਰ ਵਾਰੀਆਂ ਹੋਈਆਂ ਜਿਹੜੀਆਂ ਤੇ 51504 ਵਾਰੀ 1504 ਵਿੱਚ ਉਹ ਆਇਆ ਜਦੋਂ ਤੇ ਆਪਾਂ ਕਹਿੰਦੇ ਜਿਵੇਂ ਸਾਇੰਸ ਓਕੇ ਜਿਹੜੀ ਔਰ ਇਹ ਕਸਟੋਵਰ ਕਲੰਬਸ ਆਦੋ ਜਦੋਂ ਆਇਆ ਸੀ ਨਾ ਕਲੋਨੀਜ਼ਮ ਹੋਇਆ ਸੀਗਾ ਉਦੋਂ 올ਡ ਵਰਲਡ ਕਹਿੰਦੇ ਸੀ 올ਡ ਵਰਲਡ ਮਤਲਬ ਏਸ਼ੀਆ ਤੇਰੀ ਅਫਰੀਕਾ ਤੇ ਯੂਰਪ ਇਹਨੂੰ 올ਡ ਵਰਲਡ ਕਹਿੰਦੇ ਸੀ ਕਿਉਂਕਿ ਇੱਥੇ ਸਿਵਲਾਈਜ਼ੇਸ਼ਨਾਂ ਸੀਗੀਆਂ ਕਲਚਰ ਸੀਗੇ ਹਨ ਤੇ ਇੱਥੇ ਥੋੜਾ ਜਿਹਾ ਅੱਗੇ ਸੀਗਾ ਗਾਮ ਐਡਵਾਂਸ ਸੀਗਾ ਤੇ ਜਦੋਂ ਇਹ ਇੱਥੇ ਆਇਆ ਸੀ ਅਮਰੀਕਾਸ ਦੇ ਵਿੱਚ ਇੱਥੇ ਸਿਰਫ ਇੰਡੀਜਨਸ ਪੀਪਲ ਸੀਗੇ ਓਕੇ ਤੇ ਇਹਨਾਂ ਨੂੰ ਨਿਊ ਵਰਲਡ ਕਹਿੰਦਾ ਸੀ ਕਿ ਵੀ ਨਵੀਂ ਥਾਂ ਲੱਭ ਗਈ ਸਾਨੂੰ ਓਕੇ ਤੇ ਇਹਨਾਂ ਨੂੰ ਤਾਂ ਹੀ ਕਰਕੇ ਵੀ ਇੱਥੇ ਸਪੈਨਿਸ਼ ਦੇ ਛੰਡੇ ਥਲੇ ਆਇਆ ਸੀ ਕਿ ਸਪੇਨ ਦੇ ਥਲੇ ਆਇਆ ਸੀਗਾ ਕਲੋਨੀਆ ਕਲੋਨੀ ਦੇ ਰਾਜ ਕਰਨ ਵਾਸਤੇ ਕਿ ਵੀ ਅਸੀਂ ਰਿਸੋਰਸ ਲੈ ਕੇ ਜਾਵਾਂਗੇ ਉਹ ਹਾਂ ਉਹ ਤੋਂ ਕਹਿੰਦੇ ਬਹੁਤ ਨੇਟਿਵ ਮਾਰੇ ਨੇ ਬਹੁਤ ਬਹੁਤ ਜ਼ਿਆਦਾ ਮਾਰੇ ਹਨ ਤੇ 1504 ਦੀ ਗੱਲ ਦੱਸਦਾ ਲਾਸਟ ਵਾਇਸ ਸੀ ਇਹਦੀ ਹਨਾ ਲਾਸਟ ਵਾਰੀ ਆਏ ਜਦੋਂ ਉਹਨੂੰ ਇਹ ਜਮੈਕਾ ਦੇ ਵਿੱਚ ਕਹਿੰਦੇ ਸ਼ਿਪ ਵਾਰਮ ਹੁੰਦੀ ਆ ਨਾ ਜਿਵੇਂ ਸਿਉਂਖ ਲੱਗ ਜਾਂਦੀ ਆ ਇਹਦੇ ਸ਼ਿਪਾਂ ਨੂੰ ਸ਼ਿਪ ਵਾਰਮ ਲੱਗੀ ਤੇ ਇਹਨਾਂ ਨੂੰ ਉੱਥੇ ਛੱਡਨੇ ਪੈ ਗਏ ਜਮੈਕਾ 'ਚ ਖੜ ਗਏ ਤੇ ਉਹ ਲੋਕ ਕੀ ਉੱਥੇ ਕੋਈ ਅਵਾਰਕਾ ਨਾਮ ਦਾ ਕੋਈ ਆਏ ਨਾਮ ਦਾ ਟ੍ਰਾਈਬ ਸੀਗਾ ਉਹ ਬੰਦੇ ਇੰਨੇ ਚੰਗੇ ਸੀ ਇਹਨਾਂ ਨੂੰ ਖਾਣਾ ਦਿੱਤਾ ਉਹਨਾਂ ਨੇ ਵੀ ਇਹ ਫਸ ਗਏ ਹਾਂ ਤੇ ਰੋਟੀ ਮਾਣੀ ਦਿੱਤਾ ਬਾਅਦ ਵਿੱਚ ਉਹਨਾਂ ਨੇ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਤਾਂ ਜਾਂਦੇ ਨਹੀਂ ਇੱਥੋਂ ਹਾਂ ਨਹੀਂ ਨਹੀਂ ਉਹਨਾਂ ਨੇ ਉਹਨਾਂ ਨੇ ਰੋਕਤਾ ਸਾਰਾ ਕੁਝ ਕਿ ਵੀ ਅਸੀਂ ਦੇਣਾ ਹੀ ਕੁਝ ਨਹੀਂ ਹੋਂ ਇਹਨਾਂ ਨੂੰ ਅੱਛਾ ਤੇ ਉਦੋਂ ਸਕੀਮ ਲਾ ਗਿਆ ਕ੍ਰਿਸਟੋਫਰ ਕਨਬਸ ਜਿਵੇਂ ਹੁਣ ਆਪਾਂ ਕਹਿੰਦੇ ਆ ਕਿ ਉੱਥੇ ਐਡਵਾਂਸ ਸੀਗਾ ਜਿੱਥੋਂ ਆਇਆ ਸੀ ਇਹ ਹਨਾ ਇੱਕ ਜੋਹਨਸਨ ਜੋਹਨਸਨ ਨਾਮ ਜੋਹਨਸਨ ਮੂਲਰ ਨਾਮ ਦਾ ਬੰਦਾ ਸੀ ਜਰਮਨ ਮੈਥਮੈਟਿਸ਼ੀਅਨ ਤੇ ਐਸਟਰੋਨੋਮਰ ਸੀਗਾ ਹਨਾ ਤੇ ਉਹ ਬੰਦਾ ਉਹਨੇ ਬੁੱਕ ਲਿਖੀ ਹੋਈ ਸੀ ਐਸਟਰੋਨੋਮੀ ਦੇ ਤੇ ਇਹਨੇ ਪੜ੍ਹੀ ਵੀ ਸੀ ਤੇ ਇਹ ਉਹਨਾਂ ਨੂੰ ਕਹਿੰਦਾ ਕਿ ਲੂਨਰ ਇਕਲਿਪਸ ਹੋਊਗੀ ਟੋਟਲ ਲੂਨਰ ਇਕਲਿਪਸ ਬਹੁਤ ਰੇਅਰ ਹੁੰਦੀ ਆ ਨਾ 2.5 ਸਾਲ ਦੇ ਵਿੱਚ ਇੱਕ ਵਾਰੀ ਹੁੰਦੀ ਆ ਜਦੋਂ ਚੰ드ਰਮਾ ਜਾਂ ਜਿਹੜੀ ਆਹ ਜਿਹੜਾ ਸੂਰਜ ਹੁੰਦਾ ਤੇ ਧਰਤੀ ਇੱਕ ਅਲਾਈਨਮੈਂਟ ਅਲਾਈਨ ਹੋ ਜਾਂਦੀ ਹੈ ਇੱਕ ਲਾਈਨ ਦੇ ਵਿੱਚ ਆ ਜਾਂਦਾ ਤੇ ਉਸ ਦਿਨ ਤੈਨੂੰ ਪਤਾ ਕਹਿੰਦੇ ਜਿਹੜਾ ਚੰਦ ਹੁੰਦਾ ਉਹ ਲਾਲ ਹੋ ਜਾਂਦਾ ਬਲੱਡ ਰੈੱਡ ਹੋ ਜਾਂਦਾ ਜਮਾ ਮਤਲਬ ਡਾਰਕ ਸਪੌਟ ਦੀੰਦੇ ਵਿੱਚ ਤੇ ਲਾਲ ਰੰਗ ਦਾ ਹੋ ਜਾਂਦਾ ਤੇ 29 ਫਰਵਰੀ 1504 ਦੀ ਗੱਲ ਆ ਹਨਾ ਇਹ ਬੰਦੇ ਨੂੰ ਪਤਾ ਸੀਗਾ ਕਿ 1 ਮਾਰਚ ਨੂੰ ਇਹ ਚੀਜ਼ ਹੋਣ ਵਾਲੀ ਹੈ ਉਹ ਚੱਕ ਕੇ ਉਹਨਾਂ ਨੂੰ ਕਹਿੰਦਾ ਕਿ ਮੇਰਾ ਜਿਹੜਾ 크ਿਸਚਨ ਰੱਬ ਹੈ 크ਿਸਚਨ ਗੋਡ ਹੈ ਜਿਹੜਾ ਮੇਰਾ ਉਹ ਉਹ ਹਾਂ ਉਹਦੇ ਨਾਲ ਮੇਰੀ ਗੱਲ ਹੋਈ ਹੈ ਕਿ ਜੇ ਤੁਸੀਂ ਸਾਨੂੰ ਨਾਂ ਨਾਜ ਦਿੱਤਾ ਤਾਂ ਤੁਹਾਨੂੰ ਮਾਰ ਦਊਗਾ ਇੱਥੇ ਮਤਲਬ ਇੱਥੇ ਮਾਰਾ ਮਾਰੀ ਆ ਜੂਗੀ ਹਾਂ ਇਹ ਤੇ ਹੋ ਜੂਗੀ ਤੇ ਉਹ ਕਹਿੰਦਾ ਕਿ ਜਦੋਂ ਉਹ ਡਰ ਗਏ ਕਈ ਤਾਂ ਵਿੱਚ ਹੁੰਦੇ ਆ ਜਿਵੇਂ ਸੋਚਦੇ ਵੀ ਹੁੰਦੇ ਕਿ ਆਵੇਂ ਮਾਰੀ ਜਾਂਦੇ ਆ ਉਹ ਪੁਰਾਣਾ ਟਾਈਮ ਸੀ ਯਾਰ ਡਰਨਾ ਹੀ ਹੈ मोस्ट ਲੋਕਾਂ ਨੇ ਹਾਂ ਕਈ मोस्ट ਡਰ ਗਏ ਹਨਾ ਤੇ ਰੋਲਾ ਪੈ ਗਿਆ ਅੱਛਾ ਰੋਲਾ ਉਦੋਂ ਪਿਆ ਜਦੋਂ ਵਾਕਈ 1 ਮਾਰਚ ਹੋਇਆ ਜਦੋਂ ਉਹ ਸਹੀ ਹੋ ਗਿਆ ਜਦੋਂ ਉਹ ਚੀਜ਼ ਹੋ ਗਈ ਹਨਾ ਲੂਨਰ ਇਕਲੀਪਸ ਟੋਟਲ ਲੂਨਰ ਇਕਸਿਜ ਹੋਈ ਜਾਣਾ ਤੇ ਉਹਨੇ ਤਾਂ ਪੜਿਆ ਹੋਇਆ ਸੀ ਉੱਥੇ ਲੋਕੀ ਖਵੜਾ ਧੜੀ ਮਚ ਗਈ ਹਨਾ ਤੇ ਉਹ ਕਹਿੰਦੇ ਵੀ ਲਾਲ ਲੂਲ ਹੋ ਗਈ ਸਕਾਈ ਸਾਰੀ ਜਾਂ ਸਕਾਈ ਮਤਲਬ ਪਹਿਲਾਂ ਨੇਰਾ ਹੋ ਜਾਣਾ ਫਿਰ ਰੈੱਡ ਹੋ ਗਿਆ ਮੂਨ ਤੇ ਇਹ ਸਾਰੇ ਡਰ ਗਏ ਸਹਿਮ ਕੇ ਕਿ ਕੇ ਵੀ ਗਲਤ ਸਹੀ ਹੋ ਗਈ ਇਹਦੀ ਵੀ ਇਹਦਾ ਰੱਬ ਕਹਿੰਦਾ ਵੀ ਵੀ ਮਾਰ ਦੂੰਗਾ ਤੁਹਾਨੂੰ ਸਾਰਾ ਹਣ ਤੇ ਉਹਨੂੰ ਬਜਰ ਮੈਂ ਤਾਂ ਕੱਢਣ ਲੱਗ ਗਿਆ ਕਿ ਅਸੀਂ ਤੈਨੂੰ ਦਿੰਦੇ ਆ ਨਾ ਅਜ ਬਿਆਨਗਰ ਫਿਰ ਕਹਿੰਦਾ ਚੱਲੋ ਮੈਨੂੰ ਮੇਰੇ ਰੱਬ ਨਾਲ ਗੱਲ ਕਰਨ ਦਿਓ ਫਿਰ ਆਪਦੇ ਕੈਬਿਨ ਚ ਕਹਿੰਦੇ 50 ਮਿੰਟ ਬੈਠਾ ਰਿਆ ਉਹਦੋਂ ਨਾ ਉਹ ਹੁੰਦਾ ਸੀ ਕੀ ਕਹਿੰਦੇ ਹੁੰਦੇ ਆਪਾਂ ਜਿਵੇਂ ਮਿੱਟੀ ਜਿਹਾ ਨਹੀਂ ਹੁੰਦਾ ਆਵਰ ਆਵਰ ਕਲਾਸ ਆਵਰ ਕਲਾਸ ਹੁੰਦਾ ਜੀ ਜਿਵੇਂ ਘੰਟਾ ਆਪਾਂ ਵੇਖਦੇ ਆ ਵੀ ਘੰਟਾ ਲੰਘ ਗਿਆ ਨਾ ਕਹਿੰਦੇ ਉਹ ਬੰਦੇ ਨੇ ਉਹਦੇ ਸਾਹਮਣੇ ਨਲ ਨੋਟ ਕੀਤਾ ਵੀ ਕਦੋਂ ਇਕਲਿਪਸ ਖਤਮ ਹੋ ਜੂਗੀ ਜਦੋਂ ਅੱਧਾ ਕਿ ਸੂਰਜ ਅੱਧਾ ਕਿ ਚੰਦ ਬਾਹਰ ਆ ਗਿਆ ਉਹਨੂੰ ਬਾਹਰ ਆ ਗਿਆ ਕਹਿੰਦਾ ਵੀ ਤੁਹਾਨੂੰ ਮਾਫ ਕਰਦਾ ਹਾਂ ਹਾਂ ਮਤਲਬ ਮੈਨੂਪੂਲੇਟ ਕੀਤਾ ਇੱਕ ਤੱਕ ਮੈਨੂਪੂਲੇਟ ਕੀਤੇ ਹੋਏ ਆ ਵੀ ਹਿਸਟਰੀ ਦੇ ਵਿੱਚ ਵੀ ਜੇ ਆਪਾਂ ਵੇਖੀਏ ਤਾਂ ਤੇ ਆ ਕਲੋਨੀਅਲਿਜ਼ਮ ਉਦੋਂ ਮਤਲਬ ਬੜੇ ਵਾਰ ਹੋਏ ਇਹਨਾਂ ਨਾਲ ਮਤਲਬ ਵਾਰ ਇਨ ਦੀ ਸੈਂਸ ਕਿ ਵਾਰ ਕੀ ਇਹ ਵੀ ਵਿਚਾਰੇ ਰਿਟਾਲिएट ਕਰਦੇ ਮਤਲਬ ਕਰਦੇ ਸੀ ਮੂਰੇ ਨੂੰ ਕੁਝ ਕੁਝ ਤਾਂ ਲੜਾਈ ਜੇ ਅੱਗੇ ਮੂਰੇ ਮੂਰੇ ਮਾਰੋਂਗੇ ਤਾਂ ਇਹ ਵੀ ਕੁਝ ਕਰਨਗੇ ਤੇ ਇਹ ਵੀ ਕਰਦੇ ਸੀ ਪਰ ਉਹਨਾਂ ਨੇ ਨੁਕਸਾਨ ਨਾਲ ਜ਼ਿਆਦਾ ਕੀਤਾ ਆਹ ਫਿਰ ਉਹੀ ਹੁਣ ਯਾਰ ਨੁਕਸਾਨ ਤੁਸੀਂ ਸਾਲਾ ਸ਼ੁਰੂ ਤੋਂ ਨੁਕਸਾਨ ਹੀ ਚੱਲਦੇ ਆ ਰਹੇ ਹੋ ਤਾਂ ਫਿਰ ਉਹ 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 ਨਹੀਂ ਉਹ ਚਾਉਣਾ ਹਨਾ ਚਾਹੁੰਦੇ ਵੀ ਕਿ ਤੁਸੀਂ ਕੰਟੈਕਟ ਕਰੋ ਉਹਨਾਂ ਨਾਲ ਆਈ ਪਪੂਆ ਪਪੂਆ ਨਿਊ ਗਿਨੀ ਹਨਾ ਉੱਥੇ ਉੱਥੇ ਵੀ ਟ੍ਰਾਈਬਸ ਹਨਾ ਤੇ ਉੱਥੇ ਉੱਥੇ ਵੀ ਅਨਕੰਟੈਕਟਡ ਟ੍ਰਾਈਬਸ ਆ ਤੇ ਉਹਦੇ ਵਿੱਚ ਇੱਕ ਹੈਗੀ ਫੋਰ ਟ੍ਰਾਈਬ ਹਾਂ ਤੇ ਲੋਕਾਂ ਨੇ ਉਹਨੂੰ ਵੀ ਰੀਚ ਆਊਟ ਕਰਨ ਦੀ ਕੋਸ਼ਿਸ਼ ਕੀਤੀ ਹਨਾ 1950 ਦੀ ਗੱਲ ਆ ਤੇ ਉਹਦੇ ਜਦੋਂ ਉਹਨਾਂ ਨੂੰ ਰੀਚ ਆਊਟ ਕੀਤਾ ਹਨਾ ਤੇ ਉਹ ਫਿਰ ਠੀਕ ਸੀਗੇ ਫ੍ਰੈਂਡਲੀ ਸੀਗੇ ਇੰਨੇ ਵੀ ਨਹੀਂ ਉਹ ਸੀਗੇ ਓਕੇ ਜਿਵੇਂ ਜਿਵੇਂ ਉਹਨਾਂ ਨੇ ਸਟੱਡੀ ਕੀਤਾ ਨਾ ਉਹ ਉਹ ਯਾਰ ਤੇਰੇ گاؤں ਕੈਨੇਬਲਿਸਟ ਸੀਗੇ ਉਹ ਆ ਉਹ ਕੀ ਕਰਦੇ ਸੀਗੇ ਉਹ ਕੀ ਕਰਦੇ ਸੀਗੇ ਉਹ ਜਿਹੜੀ ਫੋਰ ਟ੍ਰਾਈਬ ਸੀ ਐਫਓਆਰਈ ਹਾਂ ਤੇ ਉਹਨਾਂ ਦੇ ਜਿਹੜੇ ਬਜ਼ੁਰਗ ਹੁੰਦੇ ਸੀਗੇ ਉਹ ਜਦੋਂ ਮਰ ਜਾਂਦੇ ਸੀਗੇ ਚਾ ਕੇ ਉਹਨਾਂ ਨੂੰ ਹੀ ਖਾ ਜਾਂਦੇ ਸੀਗੇ ਤੇ ਉਹ ਮੰਨਦੇ ਸੀਗੇ ਵੀ ਇਹਦੇ ਨਾਲ ਇਹਨਾਂ ਦੀ ਆਤਮਾ ਸਾਨੂੰ ਬLES ਕਰੂਗੀ ਸਾਨੂੰ ਬLESਿੰਗਸ ਆਉਣਗੀਆਂ ਤੇ ਇਹ ਅੱਛਾ ਉਹਨਾਂ ਦੇ ਰਿਚੂਅਲ ਸੀਗਾ ਇਹ ਜਿਵੇਂ ਇਹਨਾਂ ਦੇ ਬਲੀਵਸ ਹੁੰਦੇ ਆ ਕਈਆਂ ਡਿਫਰੈਂਟ ਰਿਟਰਨ ਬਲੀਵ ਕਰਦੇ ਆ ਤੇ ਇਹ ਇਹਨਾਂ ਦੀਆਂ ਲਾਈਕ ਆਤਮਾਵਾਂ ਨੂੰ ਸ਼ਾਂਤੀ ਪਹੁੰਚੂਗੀ ਤੇ ਨਾਲੇ ਸਾਨੂੰ ਬLESਿੰਗਸ ਮਿਲਣਗੀਆਂ ਤਾਂ ਉਹ ਐ ਖਾ ਜਾਂਦੇ ਸੀ ਹਨਾ ਆਪਦੇ ਜਿਹੜੇ ਬਜ਼ੁਰਗ ਮਰ ਜਾਂਦੇ ਸੀ ਹਨਾ ਜਾਂ ਕੁਝ ਵੀ ਤੇ ਉਹਦੇ ਕਰਕੇ ਹੌਲੀ-ਹੌਲੀ ਉਹਨਾਂ ਨੂੰ ਬਿਮਾਰੀਆਂ ਹੋਣ ਲੱਗੀਆਂ ਹਨਾ ਲਾਈਕ ਮੈਂਟਲ ਡਿਟੇਰੀਓਰੇਸ਼ਨ ਹੋਣ ਲੱਗੀ ਸੀ ਉਹਨਾਂ ਨੂੰ ਤੇ ਇਹ ਹੌਲੀ-ਹੌਲੀ ਕੰਟੈਕਟ ਕੀਤਾ ਜਿਵੇਂ ਜਿਵੇਂ ਲੋਕਾਂ ਨੇ ਲਾਈਕ ਮੈਂ ਆਹ ਚੀਜ਼ 'ਚ ਮੰਨਦਾ ਵੀ ਜੇ ਉਹਨਾਂ ਨੂੰ ਜੇ ਅਵੇਅਰਨੈਸ ਹੋਵੇ ਉਹ ਆਪਦੇ ਆਪ ਨੂੰ ਇੰਪਰੂਵ ਕਰ ਸਕਦੇ ਆ ਉਹਨਾਂ ਜਿਵੇਂ ਲੋਕਾਂ ਨੇ ਕੰਟੈਕਟ ਕੀਤਾ ਹਨ ਆਊਟਸਾਈਡਰਸ ਨੇ ਫ੍ਰੈਂਡਲੀ ਸੀਗੇ ਵਧੀਆ ਸੀਗੇ ਲੋਕਾਂ ਨੇ ਹੌਲੀ ਹੌਲੀ ਦੱਸਣਾ ਸ਼ੁਰੂ ਕੀਤਾ ਵੀ ਤੁਹਾਨੂੰ ਐ ਬਿਮਾਰੀਆਂ ਲੱਗ ਰਹੀਆਂ ਹਨਾ ਤੇ ਐ ਐ ਨਾ ਕਰੋ ਉਹਨਾਂ ਨੇ ਇਹ ਚੀਜ਼ ਨੂੰ ਘਟਾਈ ਹਨਾ ਤੇ ਉਹਦੇ ਕਰਕੇ ਵੀ ਕੈਨੀਬਲਿਜ਼ਮ ਘਟਿਆ ਹੋਇਆ ਤਾਂ ਕਰੇ ਉਹਦੀ ਬਿਮਾਰੀ ਵੀ ਘਟੀ ਹੋਈ ਐ ਲਾਈਕ ਕਈ ਟ੍ਰਾਈਬਸ ਹੈਗੀਆਂ ਜਿਹੜੀਆਂ ਕਿ ਆਊਟਸਾਈਡਰਸ ਨੂੰ ਅਲਾਉ ਕਰਦੀਆਂ ਵੀ ਆ ਬਹੁਤ ਕਰਦੀਆਂ ਜਿਵੇਂ Amazon 'ਚ ਕਹਿੰਦੇ ਨੇ ਕਿ ਕਿ ਬਹੁਤ ਟ੍ਰਾਈਬਸ ਨੂੰ ਪਤਾ ਵੀ ਹੈ ਬਾਹਰਲੇ ਬਾਰੇ ਹਾਂ ਹਾਂ ਤੇ ਵਈ ਕਈ ਤਾਂ ਕਈਆਂ ਨੇ ਚੈਨਲ 4 ਪਤਨੀ ਕਿਹੜਾ ਉਹ ਡਾਕੂਮੈਂਟਰੀ ਬਣਾ ਰਿਹਾ ਸੀਗਾ ਉਹਦੇ ਉਹਦੇ ਸਾਹਮਣੇ ਬਿਲਕੁਲ ਟ੍ਰਾਈਬ ਆ ਗਈ ਸੀ ਉਹਨਾਂ ਨੇ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਉਹ ਬੋਲੀ ਜਾਣ ਕੁਛ ਨਾ ਕੁਛ ਸਮਝ ਨਹੀਂ ਸਿਆ ਰਹੇ ਉਹਨਾਂ ਨੂੰ ਬਟ ਬਾਅਦ 'ਚ ਬਾਹਰ ਜਾ ਕੇ ਉਹ ਟ੍ਰਾਂਸਲੇਸ਼ਨ ਹੋਈ ਸੀ ਇਦਾਂ ਸੀਗਾ ਵੀ ਕੋਈ ਪੋਚਰ ਸੀਗੇ ਅੰਦਰ ਵੀ ਉਹਨਾਂ ਨੂੰ ਕਹਿ ਰਹੇ ਸੀਗੇ ਸਾਨੂੰ ਬਚਾਓ ਫਿਰ ਤੁਸੀਂ ਰਿਚੂਅਲ ਦੀ ਗੱਲ ਕਰਦੇ ਹੋ ਨਾਰਥ ਅਮਰੀਕਾ ਦੀ ਕੋਈ ਸੀਗੀ ਇੱਕ ਪਤਨੀ ਆਯੋਰੀ ਉਸ ਕੁਝ ਸਮਥਿੰਗ ਆਪਣੀ ਸੀਗੀ ਟ్రਾਈਬ ਉਹਨਾਂ ਦਾ ਰਿਚੂਅਲ ਇਦਾਂ ਸੀਗਾ ਕਿ ਉਹ ਖਾਂਦੇ ਨਹੀਂ ਸੀ ਬੰਦਿਆਂ ਨੂੰ ਉਹ ਕਿ ਜਦੋਂ ਬੁढ़ा ਹੋ ਜਾਂਦਾ ਸੀਗਾ ਬੰਦਾ ਹਨਾ ਕਿ ਉਮਰ ਜ਼ਿਆਦਾ ਹੋ ਗਈ ਉਹ ਮੰਨਦੇ ਸੀਗੇ ਕਿ ਜਿਹੜਾ ਜਦੋਂ ਬੰਦਾ ਨੈਚੁਰਲ ਡੈਥ ਨੂੰ ਅਪਸ਼ਾਗੁਣ ਮੰਨਦੇ ਸੀ ਉਹ ਕਿ ਇਹ ਅਸ਼ੋਭਾ ਜਿਹੜਾ ਨੈਚੁਰਲੀ ਬੰਦਾ ਮਰਦਾ ਉਹ ਜਦੋਂ ਬੰਦਾ ਬੁढ़ा ਹੋ ਜਾਂਦਾ ਝੁਰਰੀ ਆ ਜਾਂਦੇ ਸੀ ਉਹਨੂੰ ਜਿਉਂਦੇ ਨੂੰ ਆਪੇ ਦੱਬ ਦਿੰਦੇ ਸੀ ਔਰ ਇਹ ਮਿਊਜ਼ੀਸਟਮ ਐਂਡ ਬੀਲੀਫ ਸਿਸਟਮਸ ਆ ਉਹਨਾਂ ਦੇ ਸ਼ਮਨਸ ਹੁੰਦੇ ਹਨ ਵਿੱਚ ਕਈ ਟ੍ਰਾਈਬਸ ਦੇ ਵਿੱਚ ਸ਼ਮਨਸ ਹੁੰਦੇ ਆ ਉਹ ਲਾਈਕ ਹਰਬਲ ਟ੍ਰੀਟਮੈਂਟ ਦਿੰਦੇ ਹਨ ਇਹ ਉਹਨਾਂ ਨੂੰ ਸਭ ਤੋਂ ਉੱਚਾ ਦਰਜਾ ਦਿੰਦੇ ਆ ਵੀ ਇਹ ਸ਼ਮਨਸ ਜੋ ਕਹੂਗਾ ਹਨਾ ਉਹੀ ਕਰਾਂਗੇ ਅਸੀਂ ਤੇ ਉਹ ਰਿਚੁਅਲਸ ਵੀ ਕਰਦੇ ਆ ਉਹਨਾਂ ਨੂੰ ਲਾਈਕ ਪਲਾਂਟ ਬੇਸਡ ਹਨਾ ਉਹਨਾਂ ਨੂੰ ਮੈਡੀਸਿਨਸ ਬਣਾ ਕੇ ਦਿੰਦੇ ਹਨ ਉਹਨਾਂ ਨੂੰ ਬਲੀਵ ਕਰਦੇ ਹਾਲਾਂਕਿ ਉਹ ਵਧੀਆ ਚੀਜ਼ ਹਨਾ ਪਰ ਕਈ ਇਹੋ ਜਿਹੀਆਂ ਵੀ ਟ੍ਰਾਈਬਸ ਆ ਜਿਨ੍ਹਾਂ ਦਾ ਬਲੀਫ ਬਲੀਵ ਸਿਸਟਮ ਹੀ ਫੱਕਡ ਅਪ ਹੋਇਆ ਪਿਆ ਵਾ ਜਿਵੇਂ ਇੱਕ ਪਪੂਆ ਨਿਊ ਗਿਨੀ ਵਿੱਚ ਇੱਕ ਹੋਰ ਟ੍ਰਾਈਬਾ ਕਾਰਾ ਕਾਰਾਵਾਇ ਪ੍ਰਾਇਬਾ ਹਮਮ ਤੇ ਉਹਦੇ ਵਿੱਚ ਕੀ ਆ ਉਹ ਯਾਰ ਤੇਰੇ ਆਇਮੰਨੀ ਬੈਠੇ ਹਨਾ ਵੀ ਜਦੋਂ ਜੇ ਕੋਈ ਮਰਦਾ ਹਨਾ ਨੇਚਰਲ ਕਾਸ ਨਾਲ ਹਨਾ ਕੋਈ ਵੀ ਨੇਚਰਲ ਕਾਸ ਨਾਲ ਕੋਈ ਹੈਲਥ ਇਸ਼ੂਸ ਆ ਗਏ ਹਨਾ ਉਹ ਉਹਦਾ ਬਲੇਮ ਆਪ ਦੇ ਚੋਂ ਹੀ ਲੱਭਣ ਲੱਗ ਜਾਂਦੇ ਆਪ ਦੇ ਕਿਸੇ ਬੰਦੇ ਦੇ ਕਰਕੇ ਹੀ ਹੋਇਆ ਵਾ ਆਉ ਦੇ ਕਿਸੇ ਬੰਦੇ ਨੇ ਹੀ ਟ੍ਰਾਈਬ ਕੀਤਾ ਉਹਦੇ ਉਹਦਾ ਬੰਦਾ ਉਹੀ ਮਰਿਆ ਹੋਵੇ ਹਾਂ ਹਾਂ ਤੇ ਉਹ ਕਹਿੰਦਾ ਕਿ ਵੀ ਸਾਡੇ ਸਾਡੇ ਵਿੱਚ ਉਹਨਾਂ ਨੂੰ ਪਤਾ ਨਹੀਂ ਮੈ ਉਹ ਕਿ ਵੀ ਨੈਚੁਰਲ ਇਥ ਵੀ ਗੁਜ਼ੀਰ ਹੁੰਦੀ ਹੈ ਇਹ ਕਿਵੇਂ ਕੀ ਨਹੀਂ ਉਹ ਤਾਂ ਉਹਨਾਂ ਦੇ ਬੀਲੀਵ ਸਿਸਟਮ ਆਏਗਾ ਨਾ ਬੀਲੀਵ ਸਿਸਟਮ ਆਹੇ ਵੀ ਉਹਨਾਂ ਨੂੰ ਆਇਆ ਲੱਗਦਾ ਵੀ ਸਾਡੇ ਵਿੱਚੋਂ ਕੋਈ ਬਲੈਕ ਸ਼ੀਪ ਆ ਉਹਦੇ ਉਹ ਸਾਡੇ ਵਿੱਚੋਂ ਕੋਈ ਬੰਦਾ ਵਾ ਜਿਹਨੂੰ ਸ਼ੈਤਾਨ ਨੇ ਟੇਕਓਵਰ ਹਾਈਜੈਕ ਕੀਤਾ ਹੋਇਆ ਹੋਵੇ 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 ਤੇ ਉਹ ਉਹਨੂੰ ਲੱਭ ਕੇ ਹਨਾ ਉਹ ਆਈ ਡੋਨਟ ਨੋ ਕਿਵੇਂ ਲਵ ਦੇ ਵੀ ਸਾਨੂੰ ਲੱਗਦਾ ਸ਼ਾਮ ਨੂੰ ਕਹਿੰਦਾ ਸ਼ਾਮ ਨਹੀਂ ਹੋਣੀ ਇਹ ਕਹਿੰਦੇ ਵੀ ਸ਼ਾਮ ਤਰ੍ਹਾਂ ਕਿ ਕਹਿੰਦੇ ਵੀ ਆਕੜ ਪਕੜਦਾ ਨਹੀਂ ਕਰਦੇ ਕਿਵੇਂ ਆਦੋਂ ਵੀ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਆਹ ਬੰਦੇ ਕਰਕੇ ਉਹ ਬੰਦਾ ਮਰਿਆ ਹਨਾ ਸਾਡੀ ਟਰਾਈਬ ਦਾ ਤੇ ਉਹਨੂੰ ਵੀ ਚੱਕ ਕੇ ਮਾਰ ਕੇ ਕੁੱਕ ਕਰਕੇ ਖਾ ਜਾਂਦੇ ਆ ਇਆ ਅੱਛਾ ਤੇ ਕੇਕੂਆ ਕਹਿੰਦੇ ਆ ਉਹਨੂੰ ਆਂਦੇ ਵੀ ਇਹ ਬੰਦੇ ਵਿੱਚ ਕੇਕੂਆ ਨਾਮ ਦਾ ਸ਼ੈਤਾਨ ਆ ਉਹ ਇਹਨੂੰ ਪ੍ਰੋਸੈਸ ਕਰੀ ਬੈਠਾ ਵਾ ਤੇ ਇਹਨੇ ਮਰਾਇਆ ਇਹ ਉਹ ਕਈ ਇੱਕ ਇਵਨ ਜਵਾਕ ਸੀਗਾ ਤੈਨੂੰ ਪਤਾ ਉਹਦੇ ਘਰ ਦੇ ਮਰੇ ਹੋਏ ਸੀ ਤੇ ਉਹਨੂੰ ਕਹਿਣ ਲੱਗੇ ਕੇਕੂਆ ਇਹਦੇ ਵਿੱਚ ਜਵਾਕ ਨੂੰ ਲਾਈਕ ਉਹ ਤਿਆਰੀ ਕਰਦੇ ਸੀ ਉਹਨੂੰ ਇਹਨੂੰ ਚੱਕਣਾ ਜਵਾਕ ਨੂੰ ਲਾਈਕ ਵੇਖਦੇ ਨਹੀਂ ਸੀ ਉਹ ਵੀ ਲਾਈਕ ਕੈਨੀਬਲਿਸ ਟ੍ਰਾਈਬਸ ਆ ਹੋਈਆਂ ਇਹ ਤੇ ਚੀਜ਼ਾਂ ਉਹੀ ਜੀ ਕਈ ਚੀਜ਼ਾਂ ਮਤਲਬ এডੂਕੇਸ਼ਨ ਹੈ ਨਹੀਂ ਹਨਾ ਚੀਜ਼ ਜਿਵੇਂ ਤੁਸੀਂ ਕਹਿੰਦੇ ਕਿ ਉਹ ਕਈ ਚੀਜ਼ਾਂ ਮਤਲਬ ਜਿਵੇਂ ਡਿਬੇਟ ਇਹੀ ਚੀਜ਼ ਚੱਲਦੀ ਹੈ ਨਾ ਕਿ ਜਾਂ ਇਹਨਾਂ ਨੂੰ ਨਾਲ ਲਿਆ ਲਿਆਂਦਾ ਜਾਵੇ ਸਿਵਲਾਈਜੇਸ਼ਨ ਦੇ ਹਨਾ ਬਟ ਉਹੀ ਜਿੱਥੇ ਡਿਸੀਜ਼ ਆ ਜਾਂ ਆਪ ਦੀ ਮਰਜ਼ੀ ਉਹਨਾਂ ਦੀ ਕਿਸੇ ਰਹਿਣ ਨਹੀਂ ਚਾਹੁੰਦੇ ਯਾਰ ਯਾਰ ਪਤਾ ਕੀ ਹੈ ਮੈਨੂੰ ਲੱਗਦਾ ਇੱਥੇ ਆਪ ਲਿਆਂਦਾ ਜਾਵੇ ਠੀਕ ਹੈ ਲਿਆਂਦਾ ਜਾਵੇ ਤਾਂ ਮੈਂ ਚੈੱਕ ਕਰਾਇਆ ਲੈ ਆਏ ਤੁਸੀਂ ਹੌਲੀ ਹੌਲੀ ਸਾਰਾ ਕੁਝ ਉਹਨਾਂ ਨੂੰ ਆਪ ਦੇ ਵਰਗਾ ਚੀਜ਼ਾਂ ਵਰਤਣ ਲਾਤਾ ਸਾਰਾ ਕੁਝ ਕਰਨ ਲੱਗਦਾ ਉਵੇਂ ਹੀ ਲੈ ਆਏ ਹੁਣ ਲੈ ਕੇ ਆ ਕੇ ਤੁਸੀਂ ਇੱਥੇ ਦਲਦਲ ਤੇ ਛੱਡ ਦੋਗੇ ਉਹਨੇ ਕਮਾਉਣਾ ਖਾਣਾ ਇਹ ਉਹ ਤੋਂ ਤੁਸੀਂ ਹੋਰ ਉਦੋਂ ਵੀ ਤੰਗ ਕਰਤੇ ਹੋ ਸਮਝਿਆ ਉਹ ਉਦੋਂ ਬਾਅਦ ਜੋ ਪੇਟਣ ਲੱਗਦੇ ਨੇ ਵੀ ਇਹ ਲਾਈਫ ਨੂੰ ਸਾਨੂੰ ਨਹੀਂ ਚਾਹੀਦੀ ਬੜੇ ਕੇਸ ਹੋਏ ਆਏ Amazon ਦੇ ਵਿੱਚ ਇੱਕ ਆਈ ਸੀ ਕੋਈ ਲੈ ਕੇ ਆਇਆ ਸੀ ਅਮਰੀਕਾ ਦਾ ਬੰਦਾ ਸੀਗਾ ਤੇ ਵਿਆਹ ਕਰਾ ਕੇ ਲੈ ਆਇਆ ਇੱਥੇ ਤੇ ਉਹ ਦੁਬਾਰਾ ਵਾਪਸ ਚਲ ਗਈ ਜੇ ਤਾਂ ਉਹ ਕਹਿੰਦੀ ਵੀ ਮੈਂ ਬੈਲ ਨਹੀਂ ਪਾ ਸਕਦੀ ਤੇ ਹਾਂ ਤੇ ਉਹ ਉਹ ਕਹਿੰਦੇ ਉਸ ਤੋਂ ਬਾਅਦ ਉਹਦਾ 20 ਸਾਲ ਦਾ ਮੁੰਡਾ ਹਨਾ ਇੱਥੇ ਉਹਨੇ ਬੰਦੇ ਨੇ ਰੇਜ਼ ਕੀਤਾ ਹਨਾ ਤੇ ਉਸ ਤੋਂ ਬਾਅਦ ਉਹ ਵਾਪਸ ਗਿਆ Amazon Tribe ਦੇ ਵਿੱਚ ਤੇ ਜਦੋਂ ਉਹ ਇੱਥੇ ਪਹੁੰਚਿਆ ਹਨਾ ਤੇ ਉਹ ਉਨੇ ਆਪਣੀ ਮਾਂ ਨੂੰ ਨਗਨ ਅਵਸਥਾ ਦੇ ਦੇਖਿਆ ਮਤਲਬ ਉਹਦਾ ਨੇਚਰਲ ਹੈਬੀਟਾਟ ਸੀਗਾ ਕਿਉਂਕਿ ਉੱਥੇ ਉਹ ਰਹਿੰਦੀ ਆ ਨਾ ਮਤਲਬ ਇਹਦੇ ਵਾਸਤੇ ਉਹ ਵਾਈਲਡ ਚੀਜ਼ ਸੀਗੀ ਕਿ ਦੁਬਾਰਾ ਆਪਦਾ ਪਸ਼ੋਕੜ ਜਾ ਕੇ ਉੱਥੇ ਵੇਖਣਾ ਬਟ ਉਹ ਚੀਜ਼ ਹੈ ਕਿ ਉਹ ਜਿਵੇਂ ਕਿਹਾ ਕਿ ਉਹ ਇੱਥੇ ਆ ਕੇ ਸਰਵਾਈਵ ਨਹੀਂ ਕਰ ਸਕੀ ਜਿਵੇਂ ਪਰ ਜਿਵੇਂ ਨਹੀਂ ਹੁੰਦਾ ਯਾ ਐਨਥਰੋਪੋਲੋਜੀ ਜਿਵੇਂ ਕਹਿੰਦੇ ਆ ਨਾ ਆਪਾਂ ਬਲੀਫ ਸਿਸਟਮ ਦੀ ਗੱਲ ਕਰਦੇ ਆ ਕਿ ਕਈਆਂ ਦੇ ਫਕੜਾ ਪਾਣਾ ਪਰ ਬੜੀ ਫੈਸੀਨੇਟਿੰਗ ਚੀਜ਼ ਹੈ ਕਿ ਜਿਹੜੇ ਐਨਥਰੋਪੋਲੋਜੀ ਇੱਕ ਫੀਲਡ ਆ ਸਾਇੰਸ ਦੀ ਜਿਹੜੇ ਪੜ੍ਹਦੇ ਆ ਹਿਊਮਨ ਹਿਊਮਨ ਦੇ ਪਾਸਟ ਨੂੰ ਜਾਂ ਇਵੋ ਜਿਵੇਂ ਕਿ ਜਿਹੜੇ ਟ੍ਰਾਈਬ ਜਿਹੜੇ ਅਨਕੰਟੈਕਟਡ ਜਿਹੜੇ ਪਿੱਛੇ ਹਜੇ ਜੰਗਲਾਂ ਦੇ ਵਿੱਚ ਹੀ ਰਹੀ ਜਾਂਦੇ ਆ ਨਾ ਹੰਟਰ ਐਂਡ ਗੈਦਰਰ ਕੇ ਮਾਰ ਕੇ ਹੀ ਖਾ ਰਹੇ ਆ ਹਜੇ ਵੀ ਉਹ ਇਨ ਦੀ ਸੈਂਸ ਕਿ ਹਿਊਮਨ ਮਤਲਬ ਬਹੁਤ ਕੁਸ਼ੀਜਾਂ ਪੜ ਸਕਦੇ ਆ ਅਨਥਰੋਪੋਲੋਜਿਸਟ ਕਿ ਕਿਵੇਂ ਆਪਾਂ ਸੈਟਲ ਹੋਏ ਆ ਨਾ ਜਮਾਂ ਨੇੜਿਓ 2023 ਦੇ ਵਿੱਚ ਅੱਜ ਦੇ ਅੱਜ ਵੀ ਅਨਥਰੋਪੋਲੋਜਿਸਟ ਪੜ ਸਕਦੇ ਆ ਕਿ ਬਈ ਆਪਾਂ ਕਿਵੇਂ ਬਣੇ ਕਿਵੇਂ ਸੈਟਲ ਹੋਏ ਨਾ ਕਿਵੇਂ ਆਪਣਾ ਇਵੋਲੂਸ਼ਨ ਹੁੰਦਾ ਕਿਵੇਂ ਆਪਾਂ ਟੂਲ ਬਣਾਉਨੇ ਹੌਲੀ ਹੌਲੀ ਬਟ ਉਹੀ ਹੈ ਕਿ ਉਹ ਕੰਟੈਕਟ ਬੜੇ ਮਿਨੀਮਮ ਕੰਟੈਕਟ ਨਾਲ ਅਪਰੋਚ ਕਰਦੇ ਆ ਤੇ ਓਬਵੀਅਸਲੀ ਲਾਜ਼ ਦੇ ਧਿਆਨ ਰੱਖਦੇ ਸਿਰਫ ਅਨਕੰਟੈਕਟਡ ਟ੍ਰਾਈਬਸ ਬਹੁਤ ਟ੍ਰਾਈਬਸ ਜਿਹੜੀਆਂ ਕੰਟੈਕਟ ਚ ਆਈ ਗਈਆਂ ਜਿਵੇਂ ਹਾਂ ਆਈ ਜਾਂਦੀਆਂ ਕਈਆਂ ਦਿੱਤੇ ਸ਼ੈਗਜ਼ੈਂਪਲ ਦਿੱਤੀਆਂ ਸੀ ਹਨਾ ਕਿ ਇੱਕ ਨਿਊਜ਼ੀਲੈਂਡ ਚ ਟ੍ਰਾਈਬ ਸੀਗੀ ਉਹ ਆ ਗਈ ਸੀਗੀ ਹੋਰ ਬਥੇਰੀਆਂ ਇੰਡੀਆ ਦੇ ਵਿੱਚ ਸੰਥਲ ਨਾਮ ਦਾ ਮਤਲਬ ਕੋਈ ਟ੍ਰਾਈਬ ਹੈਗੀ ਆ ਉਹਨੂੰ ਇੰਡੀਆ ਨੇ ਦਿੱਤੀ ਹੈ ਰੈਕਗਨੀਸ਼ਨ ਇੰਡੀਆ ਕੋਈ ਕਿ ਗੋਂਡੀ ਪਤਨੀ ਕੀ ਕੁਛ ਕੁਛ ਡਰਾਈਵ ਹੈ ਕੁਛ ਯਾਰ ਡੋਨੋ ਕਿ ਐਮੇਰੀ ਕੁਛ ਨਾਮ ਆ ਉਹ ਵੀ ਉਹ ਸਭ ਤੋਂ ਵੱਡੀ ਡਰਾਈਵ ਮੰਨਦੇ ਨੇ ਉਹਨੂੰ ਇੰਡੀਆ ਦੀ ਇੰਡੀਆਸ ਤਾਂ ਕਈ ਨਹੀਂ ਉਹ ਰਹਿੰਦੇ ਵੀ ਨਹੀਂ ਆਪਣੇ ਮਤਲਬ ਆਪਣੇ ਉਹ ਚ ਸਰ ਆਪਣਾ ਬਿਹਾਰ ਯੂਪੀ ਉਤਰਾਖੰਡ ਸਾਰੇ ਕਿਤੇ ਰਹਿੰਦੇ ਨੇ ਉਹ ਉਹਨਾਂ ਨੂੰ ਮਿਲੀ ਵੀ ਇਮਾਨਤਾ ਪਰ ਗੱਲ ਤਾਂ ਹੈ ਨਾ ਵੀ ਉਹ ਉਹਨਾਂ ਨੂੰ ਯਾਰ ਉਹਨਾਂ ਨੂੰ ਹੁਣ ਆਏ ਥੋੜੀਆ ਵੀ ਕੋਈ ਲਾਈਫ ਸਟਾਈਲ ਵਾਲਾ ਚੱਕਰ ਨੂੰ ਸਰਕਾਰ ਕੁਝ ਕੰਪਨਸੇਸ਼ਨ ਦੇ ਰਹੀ ਹੈ ਇਹਦਾ ਕੁਝ ਵੀ ਹੈ ਉਹ ਤਰ ਲਈ ਮਾਰ ਰਹੇ ਨੇ ਹਣਾ ਉਹ ਤਾਂਗੇ ਹੋ ਰਹੇ ਨੇ ਮਤਲਬ ਹੋਣਾ ਚਾਹੀਦਾ ਉਹਨਾਂ ਅਸਤੇ ਜਿਵੇਂ ਜਿਵੇਂ ਹਿਸਟਰੀ ਦੇ ਵਿੱਚ ਵੀ ਤੱਕਾ ਹੀ ਹੋਇਆ ਨਾ ਇੱਥੇ ਵੀ ਕੈਨੇਡਾ ਅਮਰੀਕਾ ਦੇ ਵਿੱਚ ਵੀ ਇੰਡੀਜੇਨਸ ਪੀਪਲ ਨਾਲ ਤੱਕਾ ਹੀ ਹੋਇਆ ਜਿਵੇਂ ਆਪਾਂ ਕਲੰਬਸ ਦੀ ਗੱਲ ਕੀਤੀ ਸੀ ਉਹਨੇ ਵੀ ਚੱਕ ਕੇ ਮਾਰ ਕੇ ਟੈਰਿਟਰੀਆਂ ਜਿੱਤੀਆਂ ਉਸ ਤੋਂ ਬਾਅਦ ਤਾਂ ਸੈਟਲਰ ਆਉਣ ਲੱਗੇ ਯੂਰੋਪੀਅਨ ਉਸ ਤੋਂ ਬਾਅਦ ਤਾਂ ਇਹਨਾਂ ਨਾਲ ਲੜਾਈਆਂ ਹੋਈਆਂ ਕਮਾਂਚੀਸ ਹੋਏ ਹਨ ਨਾ ਨਾਰਥ ਅਮਰੀਕਾ ਦੇ ਵਿੱਚ ਉਹਨਾਂ ਨਾਲ ਵੀ ਲੜਾਈਆਂ ਚੱਲੀਆਂ ਇਹਨਾਂ ਦੀਆਂ ਹੋਰ ਵੱਡੇ ਟ੍ਰਾਈਬਸ ਦੇ ਨਾਲ ਲੜਾਈਆਂ ਜਿਵੇਂ ਆ ਇੱਕ ਕਹਿ ਸਕਦੇ ਵੀ ਜਿਵੇਂ Amazon ਵਿੱਚ ਉਹ ਉਹ ਅੰਦਰ ਲੁਕੇ ਹੋਏ ਹਨ ਜੰਗਲਾਂ ਦੇ ਵਿੱਚ ਉਹ ਇੰਡੀਵਿਜੂਅਲ ਇਨਟਰੂਡਰਸ ਆਉਂਦੇ ਸੀਗੇ ਜਾਂ ਹਨਾ ਗਰੁੱਪਾਂ ਵਿੱਚ ਆਉਂਦੇ ਸੀਗੇ ਤੇ ਪੋਚਰਸ ਆਉਂਦੇ ਆ ਜਾਂ 골ਡ ਮਾਈਨਰਸ ਆਉਂਦੇ ਹਨਾ ਉਹ ਛੋਟੇ ਲੈਵਲ ਤੇ ਕਹਿ ਸਕਦੇ ਐਸ ਕੰਪੇਅਰ ਟੂ ਜਦੋਂ ਆਪਾਂ ਇੱਧਰ ਆ ਜਾਈਏ ਹਨਾ ਵੈਸਟਰਨ ਕਲਚਰ ਚ ਅਮਰੀਕਾ ਚ ਆ ਜਾਈਏ ਇੱਥੇ ਵੱਡੇ ਲੈਵਲ ਤੇ ਇਨਟਰੂਜਨਸ ਹੋਈਆਂ ਹੋਈਆਂ ਵਾ ਕ੍ਰਿਸਟੋਫਰ ਕੋਲੰਬਸ ਹੋ ਗਿਆ ਹਨਾ ਉਹਨੇ ਆਪਦੇ ਪਿੱਛੇ ਪਤਾ ਨਹੀਂ ਕਿੰਨੇ ਸ਼ਿਪਾਂ ਲੈ ਗਿਆ ਹੈ ਉਹ ਬੜੀਆਂ ਯੂਰੋਪੀਅਨਸ ਹਨਾ ਪਹਿਲਾਂ ਤਿੰਨ ਤਿੰਨਾਂ ਤੇ ਆਇਆ ਜੀ ਕਹਿੰਦੇ ਵੇਲਾ ਤੇ ਉਹਦੇ ਵਿੱਚ ਘੋੜੇ ਲੈ ਕੇ ਆਇਆ ਸੀ ਨਾਲ ਸੂਰ ਲੈ ਕੇ ਆਇਆ ਸੀ ਜਿਹੜੇ ਜਾਨਵਰ ਹਨਾ ਕੋਈ ਤੇ ਬਿਮਾਰੀਆਂ ਸਮਾਲਪੌਕਸ ਮੀਜ਼ਲਸ ਆ ਸਾਰਾ ਕੁਝ ਜ਼ਖਾਮ ਹਨਾ ਇਹ ਸਾਰਾ ਕੁਝ ਇੱਥੇ ਲੈ ਕੇ ਆਇਆ ਨਾਰਥ ਅਮਰੀਕਾ ਦੇ ਵਿੱਚ ਸੌਰੀ ਨਾਰਥ ਅਮਰੀਕਾ ਦੇ ਵਿੱਚ ਤੇ ਉਸ ਤੋਂ ਬਾਅਦ ਹੋਰ ਸ਼ੈਟਲਰ ਆਏ ਬਾਅਦ ਚੋਂ ਆਪਣੇ ਇੱਧਰ ਆਇਆ ਜਿੱਥੇ ਆਪਾਂ ਕੈਨੇਡਾ ਅਮਰੀਕਾ ਸੌਰੀ ਕਿਤੇ ਆਏ ਇੱਥੇ ਆਏ ਬਾਅਦ ਚੋਂ ਯਾ ਇੱਕ ਚੀਜ਼ ਮੈਂ ਹੋਰ ਐਡ ਮੈਂਸ਼ਨ ਕਰਨੀ ਭੁੱਲ ਗਿਆ ਜਿਵੇਂ ਐਮਾਜ਼ਨ ਦੀ ਆਪਾਂ ਗੱਲ ਕਰ ਰਹੇ ਸੀ ਹਨਾ ਐਮਾਜ਼ਨ ਦੇ ਉਹ ਬੱਟ ਟ੍ਰਾਈਬਸ ਤਾਂ ਹੈਗੀਆਂ ਹੀ ਹੈਗੀਆਂ ਨਾ ਕਿੰਨੀਆਂ ਆਪਾਂ ਨੂੰ ਪਤਾ ਵੀ ਨਹੀਂ ਲਾਈਕ ਜਿਵੇਂ ਹੁਣ ਆਪਾਂ ਕਹਿ ਰਹੇ ਹਾਂ ਨਾ ਡਿਸਕਵਰ ਹੋ ਰਹੀਆਂ ਉਵੇਂ ਹੀ ਹੁਣ ਟੈਕਨੋਲੋਜੀ ਦੀ ਹੈਲਪ ਨਾਲ ਲਾਈਡਾਰ ਟੈਕਨੋਲੋਜੀ ਹੈ ਨਾ ਇੱਕ ਉਹ ਲਾਈਡਾਰ ਟੈਕਨੋਲੋਜੀ ਦੇ ਨਾਲ 3D ਮੈਪਿੰਗ ਕੀਤੀ ਹੈ ਨਾ ਇਹਨਾਂ ਨੇ ਜਦੋਂ Amazon ਜੰਗਲ ਦੀ ਸਾਰੀ ਦੀ ਤਾਂ ਹੋ ਨਹੀਂ ਸਕਦਾ ਉਹ ਬਹੁਤ ਵੱਡਾ ਨਾ ਕੁਝ ਲਾਈਕ ਸਰਟਨ ਏਰੀਆ ਦੀ ਜੋ 3D ਮੈਪਿੰਗ ਕੀਤੀ ਹੈ ਨਾ ਲਾਈਜ਼ਰ ਟੈਕਨੋ ਹੈਲੀਕਾਪਟਰ ਤੋਂ ਤੇ ਉੱਥੇ ਥੱਲੇ ਸ਼ੇਪਸ ਮਿਲੀਆਂ ਤੇ ਨੂੰ ਪਤਾ ਜ਼ਮੀਨ ਦੇ ਵਿੱਚ ਲਾਈਕ ਰੈਕਟੈਂਗੂਲਰ ਸ਼ੇਪ ਹੋਗੀ ਕੋਈ ਕੋਨ ਸ਼ੇਪ ਹੋਗੀ ਵੀ ਲੱਗ ਉਤੋਂ ਆਦੇ ਮੰਨਿਆ ਜਾਂਦਾ ਵਾ ਵੀ ਉੱਤੇ ਕੁਝ ਹੈ ਲਾਈਕ ਸਿਵਿलाइजेशन ਲੋਕਾਂ ਦਾ ਬਣਾਇਆ ਹੋਇਆ ਜਿਵੇਂੀਆਂ ਹੋ ਗਈਆਂ ਕਿ ਇੱਕ ਸਾ ਉਹਦਾ ਟੈਕਨੋਲੋਜੀ ਨਾਲ ਉਹਨਾਂ ਨੇ ਮੈਪਿੰਗ ਬਣਾ ਲਈ ਕਿ ਇਹ ਨੀਚੇ ਕੁਝ ਹੈਗੀ ਡਾਵੇ ਵੇ ਹੋ ਜਾ ਰਿਹਾ ਲਾਈਡਾਰ ਕਿਵੇਂ ਮਤਲਬ ਉਹ ਉਹ ਜਿਵੇਂ ਲੈਜ਼ਰ ਹੁੰਦਾ ਕੋਈ ਹੋਣ ਦੇ ਜਿਵੇਂ ਅਲਟਰਾ ਅਲਟਰਾਸੋਨਿਕ ਜਿਵੇਂ ਵੇਵਜ਼ ਹੁੰਦੀਆਂ ਨਹੀਂ ਲੈਜ਼ਰ ਹੁੰਦਾ ਵਾ ਲੈਜ਼ਰ ਲਾਈਕ ਲਾਈਟ ਦੀ ਵੇਵ ਲੈਂਥ ਦੇ ਹਿਸਾਬ ਨਾਲ ਹਨਾ ਥੱਲੇ ਜਦੋਂ ਲੈਜ਼ਰ ਵਜਦਾ ਵਾ ਉਹ ਟਰੀਜ਼ ਨੂੰ ਆਪ ਹੀ ਵੋਇਡ ਕਰਕੇ ਥੱਲੇ ਆ ਯਾ ਮੈਂ ਜਿਹੜਾ ਸਰਫੇਸ ਤੇ ਟਰੀਸ ਚੂਸ ਆ ਉਹਨਾਂ ਨੂੰ ਅਪੀ ਲਾਗ ਕਰਕੇ ਥੱਲੋ ਸਰਫੇਸ ਵਿੱਚ ਜਾ ਕੇ ਡਿਟੈਕਟ ਕਰ ਲੈਂਦਾ ਵਾ ਓਕੇ ਓਕੇ ਮੇਰੇ ਮੈਨਲੀ ਨਹੀਂ ਆਸਤੀ ਹੈ ਹਾਂ 3D 3D ਮੈਪਿੰਗ ਬਣਾ ਦਿੰਦਾ ਉਹਦੀ ਵੀ ਏਰੀਆ ਦੇ ਵਿੱਚ ਕੀ ਆ ਯਾ ਤੇ ਉਹ ਮੈਂ ਵੀ ਸਿਵਲਾਈਜੇਸ਼ਨਾਂ ਉੱਥੇ ਵੀ ਹੋਈਆਂ ਹੋਈਆਂ ਅਮਾਜ਼ਨ 'ਚ ਆਪਾਂ ਨੂੰ ਪਤਾ ਹੀ ਨਹੀਂ ਹਾਲਾਕਿ ਮੇイビー ਹੋਣ ਵਾਲੇ ਆਰਕੀਓਲੋਜਿਸਟ ਉਹ ਲੱਭ ਲੈਣ ਹਨਾ ਉੱਥੇ ਕਿਹੋ ਜੀਆਂ ਸਿਵਲਾਈਜੇਸ਼ਨਾਂ ਹੋਈਆਂ ਮਤਲਬ ਨੀਆਂ ਕਈ ਨਾ ਨੀਆਂ ਨਹੀਂ ਜਿਵੇਂ ਹੱਟਸ ਹੋ ਗਈਆਂ ਹੱਟਸ ਦੇ ਰਿਮੇਨਸ ਜਾਂ ਜਿਵੇਂ ਅਬੈਂਡਨ ਕਰ ਗਏ ਕੋਈ ਨਾ ਕੁਝ ਵੀ ਹੋ ਸਕਦੀ ਉਹ ਚੀਜ਼ਾਂ ਹੋਈਆਂ ਮਨੁੱਖੀ ਬਣਾਈਆਂ ਚੀਜ਼ਾਂ ਜਿਵੇਂ ਪਿਰਾਮਿਡਸ ਸੀਗੇ ਉਧਰ ਇਜੀਪਟ ਵਾਲੇ ਉਹਨੇ ਕੀ ਬਣਾਇਆ ਹੋ ਸਕਦਾ ਉਹ ਨਿਕਲਿਆ ਨਹੀਂ ਉਹਦਰਾ ਪੇਰੂ ਚ ਪਿਰਾਮਿਡ ਦੇ ਵਿੱਚ ਪਿਰਾਮਿਡਸ ਨਿਕਲੇ ਸੀ ਆ ਹਾੜੀ ਦੇ نیچے ਉਵੇਂ ਲਾਈਕ ਟ੍ਰਾਈਬਸ ਹੁਣ ਜਿਵੇਂ ਆਪਾਂ ਜੇ ਉਹਨਾਂ ਨੂੰ ਕਹੀਏ ਵੀ ਆਪਾਂ ਆਪਦੇ ਹੈਬਿਟਾਟ ਵਿੱਚ ਲੈ ਕੇ ਆਉਣਾ ਕੀ ਪਤਾ ਓਡਾਪਟ ਕਰਨ ਜਾਂ ਨਾ ਕਰਨ ਜਿਵੇਂ ਹੱਥ ਸਾ ਟ੍ਰਾਈ ਬੈਕ ਹਨਾ ਆ ਏਫਰੀਕਾ ਵਿੱਚ ਉਹ ਕੀ ਕਰਦੇ ਆ ਉਹ ਇੰਨੇ ਸੇਵੇਜ ਆ ਉਹ ਕਿਸੇ ਦਿੜ ਹਾਥੀ ਧਰਿਆ ਹੁੰਦਾ ਉਹਨਾਂ ਨੇ ਖਾਣ ਨੂੰ ਕਿਸੇ ਦਿਨ ਬਨੋਬੋ ਧਰਿਆ ਹੁੰਦਾ ਬਾਂਦਰ ਧਰਿਆ ਹੁੰਦਾ ਉਹਦੇ ਤੇ ਕਿਸੇ ਦਿਨ ਡੀਅਰ ਧਰਿਆ ਹੁੰਦਾ ਲਾਈਕ ਇੰਨੇ ਸੇਵੇਜ ਆ ਉਹ ਤੇ ਇੱਥੇ ਵਾਲਾ ਮੁਰਗਾ ਹੈ ਉਹਨਾਂ ਦੀ ਉਹਨਾਂ ਦੀ ਉਹਨਾਂ ਦੀ ਮਤਲਬ ਇੱਕ ਸਭ ਦਾ ਮਾਈਕਰੋਬਾਇਓਮ ਵੀ ਕਿੰਨੇ ਡਿਫਰੈਂਟ ਹੋਣਗੇ ਜਿਵੇਂ ਉਹ ਖਾਂਦੇ ਆ ਨਾ ਜੋ ਵੀ ਚੀਜ਼ਾਂ ਉਹ ਕਰਦੇ ਆ ਅੱਜ ਆਹੀ ਗੱਲ ਕਰ ਰਹੇ ਸੀ ਜਿਵੇਂ ਜਿਵੇਂ ਡਿਫਰੈਂਟ ਆ ਇਹਨਾਂ ਦੇ ਬਾਇਓਲੋਜੀਕਲ ਸਟਰਕਚਰ ਹਨਾ ਜਿਵੇਂ ਕਾਲਹਰੀ ਡੇਜ਼ਰਟ ਆ ਨਾ ਉੱਥੇ ਬੁਸ਼ਮੈਨ ਆ ਜਿਹੜੇ ਉੱਥੇ ਬੁਸ਼ਮੈਨ ਮਤਲਬ ਇੰਡੀਜਿਨियस ਗਰੁੱਪ ਹੀ ਆ ਹੰਟਰ ਐਂਡ ਗੈਦਰਰਸ ਦਾ ਜਿਹੜੇ ਆਏ ਰਹਿ ਰਹੇ ਆ ਬਹੁਤ ਐਮ ਦੇ ਉਹਨਾਂ ਦਾ ਸਵੈਟ ਸਵੈਟ ਮੈਕੈਨਿਜ਼ਮ ਆ ਜਿਹੜਾ ਉਹ ਇੰਨਾ ਇੰਨਾ ਘੈਂਟ ਆ ਇੰਨਾ ਤਕੜਾ ਕਿ ਉਹਨਾਂ ਨੂੰ ਪਸੀਨਾ ਹੀ ਹੋ ਸਾਬ ਬਣਾਉਂਦਾ ਕਿ ਉਹਨਾਂ ਨੂੰ ਮਤਲਬ ਉਹ ਬਣਾਉਣ ਨੇ ਡੀਹਾਈਡਰੇਟ ਨਾਉਣ ਉਹ ਤੇ ਉੱਥੇ ਕੰਮ ਕਰਦੇ ਹਾਂ ਉਹਨਾਂ ਦਾ ਬੋਡੀ ਉਹਨਾਂ ਨੇ ਆਈ ਉਹਨਾਂ ਦੀ ਆਵਾਜ਼ ਸੁਣਿਆ ਜਿਹਾ ਸੀਗਾ ਹਾਲਾ ਵਿੱਚ ਤੇ ਮਤਲਬ ਜੈਨੇਟਿਕਲੀ ਚੇਂਜ ਹੋ ਗਏ ਗਾਂ ਉਹਨਾਂ ਦੀਆਂ ਜੋ ਗਾਂ ਪੋਸ਼ਤਾਨੀਆਂ ਤੇ ਆਏ ਬਹੁਤ ਇਨੋਵੇਟ ਇਨੋਵੇਟ ਨਾ ਦਾ ਹਨਾ ਮਤਲਬ ਮੇਰੇ ਟ੍ਰਾਈਬਸ ਆ ਯਾ ਨਾਰਥ ਅਮਰੀਕਾ ਦੇ ਵਿੱਚ ਨੂਨਾਵੈਟ ਟੈਰਿਟਰੀ ਜਿਹੜੀ ਵਾਈਦੀ ਆ ਉੱਥੇ ਉਹਨਾਂ ਉਹਨਾਂ ਵਾਸਤੇ ਉਹਨਾਂ ਦੀ ਆਈਜ਼ ਜਿਹੜੀਆਂ ਵਿਜ਼ਨ ਆ ਉਹ ਬਹੁਤ ਤੇਜ਼ ਹੋਗੀ ਕਿਉਂਕਿ ਉੱਥੇ ਕਹਿੰਦੇ ਪਣੇ ਨੇਰਾ ਰਹਿੰਦਾ ਬਹੁਤ ਟਾਈਮ ਵਿంటర్ ਸਿਕ ਬੰਨੀ ਕਦੋਂ ਆਉਂਦੇ ਜਦੋਂ ਤੇ ਉਹ ਆਹੀ ਚੀਜ਼ ਆ ਕਿ ਲੋਕ ਅਡਾਪਟ ਕਰ ਜਾਂਦੇ ਆ ਹਾਂ ਹਾਂ ਆ ਉਹ ਜਿਵੇਂ ਹਾਂ ਹਾਂ ਆ ਜਿਵੇਂ ਹੱਦ ਦਾ ਟ੍ਰਾਈ ਬਾ ਉਹਨਾਂ ਦੀ ਸਪ੍ਰਿੰਟਿੰਗ ਨਹੀਂ ਤਗੜੀ ਹੋਈ ਹੋਈ ਆ ਵਾਈਕ ਉਹ ਹਾਂ ਜਾਂ ਬਨੋਬੋ ਹਿੱਟ ਕਰਨੇ ਹੁੰਦੇ ਹਨਾ ਬੜੇ ਵੜ ਕੇ ਕਿਵੇਂ ਕਰ ਹਾਂ ਯਾ ਯਾ ਅਲੱਗ-ਅਲੱਗ ਉਹਨਾਂ ਨੇ ਤੀਰ ਬਣਾਏ ਹੋਏ ਆ ਪ੍ਰੈਕਟਿਸਸ ਨੇ ਸਹੀ ਗੱਲ ਆ ਹੱਥੀ ਲਈ ਲੱਗ ਤੀਰ ਆ ਬਾਂਦਰਾ ਲਈ ਅਲੱਗ ਤੀਰ ਬਣਾਏ ਹੋਏ ਆ ਉਹਨਾਂ ਨੇ ਸਾਰੇ ਤੇ ਉਹਦਾ ਚੱਕ ਕੇ ਉਹਨਾਂ ਦਾ ਮਤਲਬ ਕੰਮ ਇਹ ਹੈ ਹਾਂ ਉਹ ਰਾਤ ਨੂੰ ਜ ਉਹ ਬਨੋਬੋ ਲਾਈਕ ਕੁੱਕ ਕਰਦੇ ਆ ਪਹਿਲਾਂ ਤਾਂ ਕੁੱਕ ਕਰਕੇ ਜਿਹੜਾ ਬਾਂਦਰ ਦਾ ਦਿਮਾਗ ਉਹਾਂ ਦੇ ਜਮ ਐਂਡ ਤੋਂ ਖਾਂ ਐਂਡ ਤੇ ਖਾਂਦੇ ਆ ਜਵਾ ਉਹਨਾਂ ਲਈ ਉਹ ਜਿਵੇਂ ਆਪਣੇ ਡੇਜ਼ਰਟ ਨਹੀਂ ਹੁੰਦਾ ਪਰ ਡੇਜ਼ਰਟ ਐਂਡ ਤੇ ਖਾਂਦੇ ਹਾਂ ਹਾਂ ਬਾਂਦਰ ਦਾ ਦਿਮਾਗ ਲਈ ਐਂਡ ਤੇ ਬੜੇ ਚਾਣ ਨਾਲ ਖਾਂਦੇ ਤੈਨੂੰ ਪਤਾ ਐਨ ਸੇਵੇਜ ਆ ਉਹ ਉਹਨਾਂ ਨੂੰ ਹੰਜੇ ਆਪ ਆਪਦੇ ਹੈਬਿਟੈਟ ਵਿੱਚ ਲਿਆਵਾਂਗੇ ਉਹ ਕਦੇ ਵੀ ਨਹੀਂ ਉਹ ਚਾਣਗੇ ਹੀ ਨਹੀਂ ਚਾਣਗੇ ਨਹੀਂ ਉਹਨੂੰ ਸਰਵਾਈਵ ਕਰਾਉਣ ਉਹਹੀ ਆ ਜਿਵੇਂ ਮਿਸ਼ਨਰੀ ਗਿਆ ਸੀ ਚਾਹੁੰਦੇ ਆ ਲੋਕ ਬਈ ਕਿਹੜੇ ਹਿਸਾਬ ਨਾਲ ਅਸੀਂ ਇਹਨਾਂ ਨੂੰ ਐਕਸਾ ਦਾ ਟੇਮ ਕਰਨਾ ਚਾਹੁੰਦੇ ਆ ਟੇਮ ਵਰਡ ਸਹੀ ਨਹੀਂ ਹੋਊਗਾ ਪਰ ਉਹੀ ਆ ਨਾ ਕਿ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਪਰ ਉਹੀ ਆ ਨਾ ਕਿ ਬੜੀ ਕੰਪਲੈਕਸ ਪਰ ਉਹ ਉਹ ਵਿਚਾਰੇ ਉਥੇ ਉਹੀ ਜੰਗਲਾਂ ਦੇ ਵਿੱਚ ਹੀ ਹਜੇ ਰਹੇ ਹੋਏ ਆ ਉਹਨਾਂ ਨੂੰ ਟਾਈਮ ਲੱਗੂਗਾ ਮੇਬੀ ਹਨਾ ਜੇ ਆਪੀ ਉਹਨਾਂ ਨੇ ਬਾਹਰ ਆਉਣਾ ਉਹ ਚੀਜ਼ ਤੋਂ ਬਟ ਆ ਡੋਟ ਨੋ ਉਹੀ ਚੀਜ਼ ਆ ਕੇ ਡਿਬੇਟ ਆ ਸਟਿਲ ਕਿ ਇਹਨਾਂ ਨੂੰ ਅਨਕੰਟੈਕਟ ਨੂੰ ਕੰਟੈਕਟ ਚ ਲਿਆਇਆ ਜਾਵੇ ਕਿ ਉਵੇਂ ਛੱਡ ਦੇਣਾ ਚਾਹੀਦਾ ਮੇਰੇ ਮੇਰੇ ਤਰੀਕੇ ਨਾਲ ਤਾਂ ਵੀ ਛੱਡ ਦੇਣਾ ਚਾਹੀਦਾ ਛੱਡ ਦੇਣਾ ਚਾਹੀਦਾ ਜਿਵੇਂ ਯਾਰ ਕੈਨੇਡਾ ਦਾ ਪਤਾ ਹੀ ਹੋਣਾ ਤੁਹਾਨੂੰ ਕੈਨੇਡਾ ਦੀ ਕਿੰਨੀ ਉਹ ਡਾਰਕੈਸਟ ਹਿਸਟਰੀ ਹੈ ਇੰਡੀਜਨਸ ਪੀਪਲ ਵਾਲੀ ਇਧਰ ਬਹੁਤ ਕੁਝ ਹੋਇਆ ਹੈ ਹਾਲਾਂਕਿ ਉਸ ਸਾਰੇ ਦੇਸ਼ਾਂ ਦੀ ਉਹ ਹੈਗੀ ਆ ਅਸਟ੍ਰੇਲੀਆ ਦੀ ਹੈਗੀ ਆ ਇਧਰ ਮੈਂ ਕਹੂੰਗਾ ਇਧਰ ਮਾਸ ਲੈਵਲ ਤੇ ਹੋਇਆ ਹੋਇਆ ਵੱਡੇ ਲੈਵਲ ਤੇ ਲਾਈਕ ਟ੍ਰਾਈਬਸ ਨਾਲ ਕਿਉਂਕਿ ਲੈਂਡ ਕਿੰਡਾ ਵੱਡਾ ਪਹਿਲੀ ਗੱਲ ਹੈ ਨਾ ਐਮਾਜ਼ਨ ਹਾਲਾਂਕਿ ਐਮਾਜ਼ਨ ਵੀ ਬਹੁਤ ਵੱਡਾ ਵਾ ਪਰ ਅਮਰੀਕਾ ਸਾਰਾ ਇੱਥੇ ਟ੍ਰਾਈਬਸ ਰਹਿੰਦੀਆਂ ਸੀਗੀਆਂ ਜਿਵੇਂ ਦੱਸਿਆਣਾ ਕ੍ਰਿਸਟੋਫਰ ਕੋਲੰਬਸ ਆਏ ਸਾਰੇ ਓਲੀ ਓਲੀ ਕਲੋਨੀਆ ਆਈਆਂ ਡੱਚ ਕਲੋਨੀਆ ਆਈਆਂ ਨਾ ਯੂਰੋਪੀਅਨਸ ਅਹੋ ਜਿਵੇਂ ਕੈਨੇਡਾ ਦਾ ਕਹਿੰਦਾ ਸੀਗਾ ਮੈਂ ਉਹ ਨੇਟਿਵਲੀ ਸਕੂਲ ਨਹੀਂ ਸੀ ਖੋਲੇ ਫਸਟ ਨੇਸ਼ਨਸ ਆ ਉਹ ਫਸਟ ਨੇਸ਼ਨ ਵਾਲੇ ਵੀ ਸੀਗੇ ਤੇ ਕਿਹੜੇ ਇਨੋਵੇਟਰ ਇੱਕ ਮੈਟ੍ਰਿਕਸ ਕੁਝ ਸਮਥਿੰਗ ਮੈਟ੍ਰਿਕਸ ਸੀਗਾ ਹਣਾ ਉਹ ਤਿੰਨ ਸੀਗੇ ਤੇ ਮਤਲਬ ਇੱਥੇ ਦੇ ਰਹਿੰਦੇ ਸੀਗੇ ਜਿਹੜੇ ਇੱਥੇ ਤੇ 1831 ਕੁਤੀ ਸਮਥਿੰਗ ਜੇ ਸਕੂਲ ਬਣਿਆ ਸੀ ਰੈ residencial ਸਕੂਲ ਕਹਿੰਦੇ ਸੀਗੇ ਉਹਨਾਂ ਨੂੰ ਨੇਟਿਵ ਰੈਜੈਂਸੀ ਸਕੂਲ ਰਾਈਟ ਉਹ ਕਤੀ ਕੁਤੀ ਦੇ ਪਹਿਲਾ ਬਣਿਆ ਸੀ ਪਰ 1880 ਦੇ ਵਿੱਚ ਆ ਕੇ ਉਹਨੂੰ ਫੈਡਰਲ ਗਵਰਨਮੈਂਟ ਫੰਡਿੰਗ ਕਰਨ ਲੱਗੀ ਸੀਗੀ ਹੂੰ ਹੂੰ ਤੋਂ ਐ ਦੇਖ ਉਹ ਗਵਰਨਮੈਂਟ ਨੇ ਸਕੂਲ ਬਣਾਏ ਸੀ ਹੂੰ ਹੂੰ ਠੀਕ ਹੈ ਗਵਰਨਮੈਂਟ ਹੀ ਫੰਡ ਕਰਦੀ ਸੀ ਪਰ ਉਹਨਾਂ ਨੂੰ ਰਨ ਕਰਦੇ ਸੀਗੇ ਜਿਵੇਂ ਰਿਲੀਜੀਅਸ ਵੱਡੇ ਗਰੁੱਪ ਚਰਚ ਕੈਥੋਲਿਕ ਚਰਚ ਉਹ ਰਨ ਕਰਦੇ ਸੀਗੇ ਉਹ ਤੋਂ ਦੇਖ ਜਿਹੜੇ ਲੋਕ ਸੀਗੇ ਨੇਟਿਵ ਜਆ ਹਨਾ ਜੋ ਵੀ ਤੇ 1.5 ਲੱਖ ਜਵਾਕ ਤੱਕੇ ਨਾਲ ਕੋਈ ਕਿਡਨਾਪ ਕਰਕੇ ਕੋਈ ਫੋਰਸਫੁਲੀ ਸੈਪਰੇਟ ਕਰਕੇ ਕੋਈ ਉਹ ਰਾਜੋ ਚੱਕ ਲਿਆ ਕਿਵੇਂ ਨਾ ਆਏ ਕਰ ਕਰਕੇ ਨਾ ਸਾਰੇ ਸਕੂਲਾਂ ਚ ਕਈ ਵੈਸੀ ਜਵਾਕਾਂ ਨੂੰ ਮਤਲਬ ਮਾਪੇ ਬਾਪ ਨੂੰ ਮਨਾ ਕੇ ਹਮਮ ਇੰਡੀਜਨਸ ਲੋਕ ਸੀਗੇ ਜਿਹੜੇ ਉਹਨਾਂ ਨੂੰ ਮਨਾ ਕੇ ਕਿ ਹਾਂ ਤੁਹਾਡੇ ਜਵਾਕਰ ਨੂੰ ਸਕੂਲ ਚ ਪਾਉਣਿਆ ਸੀ ਵਾਈਟਸ ਲੋਕ ਸੀਗੇ ਜਿਹੜੇ ਵਾਈਟ ਯੂਰੋਪੀਅਨ ਸੈਟਲਰ ਸੀ ਮਤਲਬ ਹਾਂ ਤੇ ਉਹਨਾਂ ਨੇ ਸਕੂਲਾਂ ਚ ਪਾਏ ਸਕੂਲਾਂ ਮਤਲਬ ਉਦੋਂ ਤਾਂ ਐ ਸੀਗਾ ਵੀ ਹਾਂ ਵੀ ਚਲੋ ਸਕੂਲਾਂ ਟੇ ਉਸ ਬਹੁਤ ਕੀ ਕਹਿੰਦੇ ਨੇ ਤੇਰਾ ਸਿਕਿਓਰ ਉਹ ਸੀਗੇ ਸਕੂਲ ਹਮਮ ਕਿ ਬਾਹਰ ਨਹੀਂ ਕੋਈ ਗੱਲ ਜਾਣਦੇ ਰਹੀ ਤੈਨੂੰ ਪਤਾ ਮੈਨੂੰ ਬੜੀ ਕੰਟਰੋਲਡ ਜਿਹੀ ਜਹਾ ਲੱਗਿਆ ਵੀਰ ਮੈਂ ਕੈਨੇਡਾ 'ਚ ਵੀ ਹਨਾ ਵੀ ਕੀ ਕੁਝ ਹੋਇਆ ਹਮ ਯਾਰ 온 ਟਾਰੀਓ 'ਚ ਬ੍ਰੈਂਡਫੋਰਡ ਇਹ ਉਹ 온 ਟਾਰੀਓ 'ਚ ਪਤਾ ਨਹੀਂ ਕਿੰਨੇ ਸੀਗੇ 139 ਸਕੂਲ ਕਹਿੰਦੇ ਨੇ ਵੀ ਜਿਹੜੇ ਉਹਦੇ ਨਾਲ ਚੱਲਦੇ ਸੀਗੇ ਜਿਹੜੇ ਮਤਲਬ ਇੱਕ ਲੀਗਲੀ ਦੱਸ ਰਹੇ ਨੇ ਨੰਬਰ ਪਰ 139 ਤੋਂ ਜ਼ਿਆਦਾ ਸੀਗੇ ਉੱਥੇ ਕੀ ਸੀ ਉਹ ਜਵਾਕਾਂ ਨੂੰ ਰੱਖ ਲਿਆ ਠੀਕ ਹੈ ਅੰਦਰ ਸਾਰੇ ਸਕੂਲਾਂ 'ਚ ਅਲੱਗ-ਅਲੱਗ ਰੱਖ ਲਿਆ ਤੇ ਉਹ ਜਵਾਕਾਂ ਦੇ ਬਹੁਤ ਅਸ਼ੱਦਤ ਹੁੰਦਾ ਸੀਗਾ ਸਮਝਿਆ ਸੈਕਸਚੁਅਲ ਅਸੌਲਟ ਛੋਟੇ ਛੋਟੇ ਜਵਾਕਾਂ ਨਾਲ ਤੇਰਾ ਵੈਸੇ ਮੋਲੇਸਟ ਕਰਨਾ ਤੇਰਾ ਫਿਜ਼ੀਕਲੀ ਅਬਿਊਜ਼ ਕਰਨਾ ਆਹ ਤੋਂ ਕਰਦੇ ਸੀ ਲਾਈਕ ਉਹਨਾਂ ਨੂੰ ਉਹ ਯਾਰ ਉਹ ਚਾਹੁੰਦੇ ਸੀਗੇ ਕਿ ਮਤਲਬ ਰੈਸਿਜ਼ਮ ਸੀਗਾ ਰੈਸਿਜ਼ਮ ਵੀ ਕਿਹਾ ਸਾਦਾਂ ਤੂੰ ਆਪ ਦੇ ਧਰਮ ਚ ਕਨਵਰਟ ਕਰਨਾ ਲਾ ਲਾ ਓਕੇ ਓਕੇ ਹਣਾ ਉਹ ਚੋਂ ਤੱਕੇ ਨਾਲ ਹਾਂ ਹਾਂ ਤਾਂ ਕਿ ਉਹ ਮਤਲਬ ਉਹ ਚਾਹੁੰਦੇ ਸੀਗੇ ਕਿ ਇਹ ਆਪ ਦੀਆਂ ਆਪ ਦੇ ਕਲਚਰ ਆਪ ਦਾ ਜੋ ਜੋ ਆਪ ਆਪਦੀ ਭਾਸ਼ਾ ਜੋ ਵੀ ਕਰਦੇ ਨੇ ਉਹ ਸਾਰਾ ਛਾੜਨ ਭਾਸ਼ਾ ਨਹੀਂ ਸੀ ਉਹਨਾਂ ਨੂੰ ਬੋਲਣ ਦਿੰਦੇ ਆਪਦੀ ਠੀਕ ਹੈ ਗੰਜ ਕੱਢ ਕੇ ਰੱਖਦੇ ਸੀ ਉਹਨਾਂ ਦੇ ਮਤਲਬ ਆਪਦੇ ਕਲਚਰ ਤੋਂ ਤੋੜਨਾ ਚਾਹੁੰਦੇ ਸੀ ਉਹਨਾਂ ਨੂੰ ਆਪਦੇ ਜੋ ਮਲਾਉਣਾ ਚਾਹੁੰਦੇ ਸੀ ਇਹ ਵੀ ਮਤਲਬ ਕੋਲੋਨੀਅਲਿਜ਼ਮ ਬਿਲਕੁਲ ਸਹੀ ਕਹਿ ਰਹੇ ਆ ਕਿ ਆਪਦੀ ਲੈਂਗੁਏਜ ਤੱਕ ਵੀ ਇੰਪੋਜ਼ ਕਰਦੀ ਹੈ ਜਦੋਂ ਕੰਟਰੀ ਕਈ ਹੁੰਦੀਆਂ ਜਿਵੇਂ ਆਪਣੇ ਵੀ ਇੰਡੀਆ ਦੇ ਵਿੱਚ ਵੀ ਆਪਾਂ ਬ੍ਰਿਟਿਸ਼ ਰਾਜ ਥਲੇ ਰਹੇ ਹਾਂ ਆਪਣੇ ਪਤਾ ਵੀ ਕੀ ਕੁਝ ਹੋਇਆ ਉੱਥੇ ਵੀ ਤੇ ਉਹ ਜੀ ਸੀਗੀ ਤੇ ਹੁਣ 1.5 ਲੱਖ ਜਵਾਗ ਉਹਦੇ ਚੋਂ ਇਦਾਂ ਇੰਨਾ ਜਵਾਕ ਸੀਗਾ ਉਹ ਜਵਾਕਾਂ ਦੇ ਬਹੁਤ ਹੁੰਦਾ ਸੀ ਉਦੋਂ ਬੜੇ ਰਿਪੋਰਟਰ ਬੁੱਟਵੇਂ ਜਵਾਕਰ ਨੇ ਪਰ ਗੱਲਾਂ ਵੀ ਉਹ 1997 ਚ ਜਾ ਕੇ ਦੇਲਾ ਲਾਸਟ ਸਕੂਲ ਬੰਦ ਹੋਇਆ ਹੂੰ 1997 ਦਾ ਸਾਲਾ ਰੀਸੈਂਟ ਟਾਈਮ ਚ ਉਦੋਂ ਤੱਕ ਆਹ ਕੁਝ ਹੁੰਦਾ ਰਿਹਾ ਸਕੂਲਾਂ ਦੇ ਵਿੱਚ ਜਵਾਕਾਂ ਨਾਲ ਤੇ ਉਹ ਹੁਣ ਚਲੋ ਜਿਹੜੇ ਜਿਹੜੇ ਸਰਵਾਈਵ ਪਤਾ ਪਤਾ ਕਿਵੇਂ ਲੱਗਿਆ ਪਤਾ ਲੱਗਿਆ ਕਿ ਜਿਹੜੇ ਸਰਵਾਈਵਰ ਨੇ ਜਿਹੜੇ ਉਦੋਂ ਤੋਂ ਜਦੋਂ ਹੁਣ ਸਕੂਲ ਬੰਦ ਹੋਏ ਜਿਵੇਂ ਜਿਹੜੇ ਉਦੋਂ ਸੀਗੇ ਜਾਂ ਜਿਹੜੇ ਪਹਿਲਾਂ ਦੇ ਕਈ ਕੋਈ ਭੱਜ ਗਏ ਇਹਦਾ ਕੁਝ ਵੀ ਹੈ ਨਾ ਭੱਜਣ ਦੀ ਟਰਾਈ ਕਰਦੇ ਸੀਗੇ ਉੱਥੋਂ ਬਹੁਤ ਜਵਾਬ ਪਰ ਭੱਜਣ ਦਿੰਦੇ ਨਹੀਂ ਸੀ ਉਹ ਮਤਲਬ ਇੱਕ ਤਰ੍ਹਾਂ ਦਾ ਜੇਲ ਸੀ ਤੇ ਉਹ ਦੱਸਦੇ ਨੇ ਬਹੁਤ ਨੇ ਸਰਵਾਈਵਰ ਬਹੁਤ ਲੋਕ ਨੇ রাইਟ ਆਪਣੇ ਕੈਨੇਡਾ 'ਚ ਉਹ ਦੱਸਦੇ ਨੇ ਪੂਰੀ ਸਟੋਰੀ ਕਿ ਸਾਡੇ ਨਾਲ ਐਦਾ ਸੈਕਸ਼ੂਅਲ ਅਸੌਲਟ ਹੁੰਦਾ ਸੀਗਾ ਮਤਲਬ ਯਾਰ ਤੂੰ ਜਦੋਂ ਪੜ੍ਹੇਗਾ ਨਾ ਤੇ ਲੱਗੂਗਾ ਵੀ ਫੱਕਡ ਉਹ ਇੰਨੀਆਂ ਗੰਦੀ ਗੰਦੀਆਂ ਚੀਜ਼ਾਂ ਕਰਦੇ ਸੀਗੇ ਆਹੋ ਬਈ ਬਹੁਤ ੱੱਕਾ ਕੀਤਾ ਜਿਹੜੇ ਜਿਹੜੇ ਫਾਦਰ ਸੀਗੇ ਹਨਾ ਹਾਂ ਉਹ ਬਹੁਤ ਬਹੁਤ ਕੁਝ ਕਰਦੇ ਸੀਗੇ ਤੇ ਇਹਨਾਂ ਨੇ ਪੁਲਿਸ ਵਾਲੇ ਨੂੰ ਇੱਕ ਨੂੰ 1992 ਵਿੱਚ ਇੱਕ ਆਪਣਾ ਇੱਕ ਕੈਂਡੀਡਾ ਸੀਗਾ ਪੁਲਿਸ ਵਾਲਾ ਉਹਨੇ ਕੀਤਾ ਸੀ ਜੁਆਇਨ ਉਹਨੂੰ ਬਾਅਦ ਚ ਰਿਪੋਰਟਰ ਰਪੋਟਾਂ ਵੀ ਦਿੱਤੀਆਂ ਠੀਕ ਉਹਨੇ ਇਨਵੈਸਟੀਗੇਸ਼ਨਾਂ ਕੀਤੀਆਂ ਪਰ ਗਵਰਨਮੈਂਟ ਨੇ ਤੈਨੂੰ ਪਤਾ ਮਤਲਬ ਗਵਰਨਮੈਂਟ ਨੇ 2007 ਤੋਂ ਬਾਅਦ ਜਾ ਕੇ ਮਾਫੀਆਂ ਜ਼ਰੂਰ ਮੰਗੀਆਂ ਕੈਨੇਡਾ ਦੀ ਨੇ ਪਰ ਪ੍ਰੋਪਰਲੀ ਆਇਨ ਨਹੀਂ ਮੰਨੇ ਵੀ ਉੱਥੇ ਜਿਵੇਂ ਵੀ ਉੱਥੇ ਰੇਪ ਵੀ ਹੁੰਦਾ ਰਿਹਾ ਜੀ ਉਹ ਜੋ ਵਾਕਾਂ ਦੇ ਹਨਾ ਸਾਰਾ ਕੁਝ ਹੁੰਦਾ ਰਿਹਾ ਉਹ ਚੀਜ਼ਾਂ ਤੇ ਮਤਲਬ ਗਵਰਨਮੈਂਟ ਨੇ ਪੂਰੀ ਤਰ੍ਹਾਂ ਨਹੀਂ ਹੋ ਕੀਤਾ ਮੰਨੇ ਤੇ ਆਏ ਕਹਤਾ ਸੀਗਾ ਇੱਕ ਪੁਆਇੰਟ ਸਿਸਟਮ ਬਣਾਇਆ ਸੀਗਾ ਵੀ ਜਿਹਦੇ ਨਾਲ ਜਿੰਨਾ ਕੁਸ਼ ਜ਼ਿਆਦਾ ਹੋਇਆ ਉਹਨਾਂ ਉਹ ਪੁਆਇੰਟ ਸਿਸਟਮ ਦੇ ਨਾਲ ਕੰਪਨਸੇਸ਼ਨ ਦੇਵਾਂਗੇ ਸਰਕਾਰ ਨੇ ਤੇ ਕੰਪਨਸੇਸ਼ਨ ਵੀ ਕਿਸੇ ਕੁਸ਼ੇ ਨੂੰ ਨਹੀਂ ਮਿਲੀ ਤੇ ਉਹ ਦੇ ਲਾ ਦੂ ਯਾਰ ਵੀ ਮੈਨੂੰ ਬੜੀ ਅਜੀਬ ਲੱਗੀ ਚੀਜ਼ ਉਹ ਵੀ ਭੈਣ ਜੋ ਇੰਨਾ ਟਾਈਮ ਚੱਲੀ ਗਿਆ ਹ ਕੁਝ ਉਹ ਅੱਛਾ ਜਿਹੜੀਆਂ ਪਿੱਛੇ ਜੇ ਖਬਰਾਂ ਸੁਣਦੇ ਸੀ ਉਹ ਲਾਈਕ ਬਾਈਕ ਕੰਕਾਲ ਲੱਭੇ ਜਵਾਕਾਂ ਦੇ ਥਾਂ ਥਾਂ ਨਿਕਲੀਆਂ ਹੁੰਦੀਆਂ ਸੀ ਐਪੀਸੀ ਵਿੱਚ ਉਹ ਹੈ ਉਹ ਐਦਾਂ ਜਿਹਨੇ ਵੀ ਤੇਰੇ ਸਕੂਲ ਨੇ ਪੁਰਾਣੇ ਉਹ ਸਕੂਲ ਕਈ ਹੈਗੇ ਨੇ ਮਤਲਬ ਬੰਦ ਨੇ ਉਹ ਰਾਈਟ ਨਾਉ ਕਈ ਜਿਹੜੇ ਹੋਣ ਵੈਸੇ ਵਿੱਚ ਨਵੇਂ ਸਕੂਲ ਵੀ ਖੁੱਲ ਗਏ ਹੋਣਗੇ ਆ ਡੋਨੋ ਤੇ ਉਹ ਸਕੂਲਾਂ ਦੇ ਨੇੜੇ ਤੇੜੇ ਉਹ ਗਰੇਵ ਗਰੇਵਸ ਮਿਲ ਰਹੀਆਂ ਨੇ ਗਰੇਵਿਆਰਡ ਮਿਲ ਰਹੇ ਨੇ ਮਾਰਕ ਕਰ ਰਹੇ ਨੇ ਕਿਉਂਕਿ ਤੇ ਕਿੰਨੀਆਂ ਕਿਤੇ 500 ਮਿਲ ਗਈ ਕਿਤੇ 700 ਮਿਲ ਗਈ ਹਨਾ ਤੇ ਆ ਜਿਵੇਂ ਪਹਿਲਾਂ 4 ਸਾਲ ਪਹਿਲਾਂ ਸੀਗਾ 200 ਸਵਾ 200 ਜਵਾਕ ਜਵਾਕਾਂ ਦੇ ਰਿਮੇਨਸ ਮਿਲੇ ਸੀਗੇ ਉਹ ਯਾਰ ਉਧਰ ਪਤਾ ਉਹ ਏਦਾਂ ਪਤਾ ਲੱਗਦਾ ਵੀ ਸਰਕਾਰ ਪੂਰਾ ਪਰਦਾ ਪਾਉਣ ਦੀ ਕੋਸ਼ਿਸ਼ ਕਰਦੀ ਆ ਉਹਦੇ ਤੇ ਸਮਝਿਆ ਵੀ ਉਹ ਚਾਹੁੰਦੇ ਨਹੀਂ ਵੀ ਐਨਾ ਉਹ ਬਾਹਰ ਆਵੇ ਕਿਉਂਕਿ ਨਜਾਇਜ਼ ਧੱਕਾ ਹੋਇਆ ਸੀ ਉਦੋਂ ਉਹ ਲੋਕ ਹੁਣ ਤੱਕ ਵੀ ਪਿੱਟਦੇ ਨੇ ਵੀ ਸਾਨੂੰ ਸਾਲਾ ਹੱਕ ਮਿਲੇ ਹਾਲਾਂਕਿ ਹਾਲਾਂਕਿ ਬਹੁਤ ਕੰਟਰੀਆਂ ਜਿਵੇਂ ਕੈਨੇਡਾ ਵੀ ਬੜੇ ਕਰਦੀ ਆ ਨਾ ਕਿ ਜਿਵੇਂ ਕਹਿੰਦੇ ਆ ਕਿ ਸ਼ੂਗਰ ਕੋਡ ਸ਼ੂਗਰ ਕੋਡ ਨਹੀਂ ਕਵਾਂਗੇ ਕਿ ਉਹਨਾਂ ਨੂੰ ਕੰਪਨਸੇਸ਼ਨ ਦੇਣ ਨੂੰ ਫਿਰਦੀ ਆ ਕਿ ਵੀ ਤੁਹਾਨੂੰ ਬਹੁਤ ਧੱਕਾ ਹੋਇਆ ਬਟ ਉਹੀ ਆ ਕਿ ਤੁਸੀਂ ਲਾਸ ਆਫ ਲਾਈਫ ਯਾਰ ਮੰਨ ਦੇਣੀ ਤੂੰ ਮੈਂ ਲੱਗਦਾ ਇਹ ਮੇਨ ਚੱਕਰ ਕੀ ਆ ਜਿਹੜੀ ਉਹਨਾਂ ਦਿਨਾਂ ਇੱਕ ਰਿਪੋਰਟ ਤਿਆਰ ਹੋਈ ਸੀਗੀ 700 ਜਵਾਕਾਂ ਦੀ ਉਹ ਲਈ ਸੀਗੀ ਇੱਕ ਪੁਲਿਸ ਵਾਲੇ ਨੇ ਇੰਟਰਵਿਊ ਵਗੈਰਾ ਉਹ ਸਾਰਿਆਂ ਦੇ ਲਗਭਗ ਸੇਮ ਮਿਲਦੇ ਸੀਗੇ ਉਹ ਬਿਆਨ ਉਹ ਬਿਆਨ ਉਹ ਪੂਰੀ ਵੀਡੀਓ ਵੀ ਇੱਕ ਬੁੱਕ ਜੀ ਦੇ ਮਤਲਬ ਦਿਖਾਏ ਹੋਏ ਨੇ ਉਹ ਪੜ ਕੇ ਆ ਲੱਗਦਾ ਵੀ ਬਹੁਤ ਦਾ ਫੱਕ ਵੀ ਆ ਕੁਝ ਹੁੰਦਾ ਰਿਹਾ ਉਹ ਚੀਜ਼ ਵੀ ਬਹੁਤ ਟਾਈਮ ਸਰਕਾਰ ਨੇ ਲੁਕੋ ਕੇ ਰੱਖੀ ਹਣਾ ਕਿਉਂਕਿ ਸਰਕਾਰ ਸੂ ਕਰਤੀ ਸੀਗੀ ਇਹਨਾਂ ਨੇ ਇਹ ਲੋਕਾਂ ਨੇ ਜਿਹੜੇ ਸਰਵਾਈਵਰ ਸੀਗੇ ਹਾਂ ਸੈਂਟ ਸੈਂਟ ਐ ਐਨਜ਼ ਐਨੀ ਸੀਗਾ ਸੈਂਟ ਐਨ ਹਾਂ ਸਕੂਲ ਸੀਗਾ ਕੋਈ ਉਹਦੇ ਚ ਵਾਕਾਂ ਨੇ ਉਹ ਉਹ ਵਾਕਾਂ ਦੇ ਸੜਨ ਨਾਲ ਧੱਕਾ ਉਹ ਇਹਨਾਂ ਦੇ ਬੜੇ ਰਿਪਰੈਜ਼ੈਂਟੇਟਿਵ ਹਨ ਹਾਂ ਉਹ ਤੋਂ ਜਵਾਕਾਂ ਨੂੰ ਰੂਮਰ ਸੁਣ ਸੁਣਦੇ ਹੁੰਦੇ ਸੀ ਜਵਾਕ ਵੀ ਇੱਥੇ ਸ਼ਾਇਦ ਜਵਾਕ ਦੱਬ ਕੇ ਮਾਰਤੇ ਜੇ ਉਹ ਫਲਾਣਾ ਪਰ ਹੁਣ ਕਹਿੰਦੇ ਉਹ ਜਦੋਂ ਬੁਢੇ ਹੋ ਗਏ ਹੁਣ ਪਤਾ ਲੱਗਦਾ ਸਾਨੂੰ ਵੀ ਹਾਂ ਬੜੀਆਂ ਚੀਜ਼ਾਂ ਆਈ ਇਹਨਾਂ ਨੇ ਕੈਨੇਡਾ 'ਚ ਹੋਰ ਬਹੁਤ ਕੁਝ ਹੋਇਆ ਵਾ ਕੈਨੇਡਾ ਜਿਵੇਂ ਆਪਾਂ ਕੰਪਨੀਆਂ ਜਿਵੇਂ ਹਨਾ ਹਾਰਡਸਨ ਬੇ ਹੂੰ ਪਤਾ ਹੀ ਹੋਣਾ ਸਾਰਿਆਂ ਨੂੰ ਹਨਾ ਹਾਰਡਸਨ ਬੇ ਬੜੀ ਐਸਟੈਬਲਿਸ਼ਡ ਆ ਉਹ 1600 ਕਣੀ 1670 ਵਿੱਚ ਉਦੋਂ ਸਟੈਬਲਿਸ਼ ਹੋਈ ਹੋਈ ਹੈ ਨਾ ਪੁਰਾਣੀ ਆ ਬਹੁਤ ਕੰਪਨੀ ਬ੍ਰਿਟਿਸ਼ ਕੰਪਨੀ ਆ ਉਹ ਤੇ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਨਾ ਵੀ ਕਲੋਨੀਆਂ ਕਲੋਨਿਅਲਾਈਜੇਸ਼ਨ ਹੋਈ ਹੈ ਨਾ ਇੱਥੇ ਹੌਲੀ ਹੌਲੀ ਯੂਰੋਪੀਅਨ ਸੈਟਲਰਸ ਆਏ ਡੱਚ ਆਏ ਨਾ ਉਹ ਵੀ ਬ੍ਰਿਟਿਸ਼ਰਸ ਵੀ ਆਏ ਸੀਗੇ ਤੇ ਆ ਉਦੋਂ ਜਦੋਂ ਆਏ ਇਹ ਉਦੋਂ ਇਹਨਾਂ ਨੇ ਬਹੁਤ ਤੱਕਾ ਕੀਤਾ ਇਥੋਂ ਦੇ ਨੇਟਿਵਸ ਸੀਗੇ ਜਿਹੜੇ ਨੇਟਿਵਸ ਨਾਰਥ ਅਮਰੀਕਾ ਦੇ ਤੇ ਉਹਨਾਂ ਨਾਲ ਤੱਕਾ ਕੀਤਾ ਨਾ ਹਾਰਟਸਨ ਬਿਆਲੇ ਕੀ ਕਰਦੇ ਸੀਗੇ ਫਰ ਫਰ ਟ੍ਰੇਡਿੰਗ ਫਰ ਟ੍ਰੇਡਿੰਗ ਹੁੰਦੀ ਹੁੰਦੀ ਸੀ ਉਦੋਂ ਆ ਕੰਪਨੀ ਆਬਵੀਅਸਲੀ ਕੱਪੜੇ ਬਣਾਉਂਦੀ ਹੈ ਨਾ ਸਾਰਾ ਕੁਝ ਕਰਦੀ ਆ ਤੇ ਉਦੋਂ ਆ ਜਾਨਵਰਾਂ ਦੇ ਹਨਾ ਫਰ ਜਿਵੇਂ ਪਾਇਨ ਮਾਰਟਨ ਹੋ ਗਿਆ ਜਾਨਵਰ ਜਾਂ ਬੀਵਰ ਹੋ ਗਿਆ ਜਾਂ ਬੁਲਫ ਹੋ ਗਈ ਹਨਾ ਇਹਨਾਂ ਦੇ ਫਰ ਟ੍ਰੇਡ ਕਰਦੇ ਸੀਗੇ ਤੇ ਬਦਲੇ ਚ ਉਹਨਾਂ ਨੂੰ ਲਾਈਕ ਹਾਰਸਸ ਘੋੜੇ ਦੇ ਦਿੰਦੇ ਸੀ ਹਨਾ ਜਿਹੜੇ ਇੱਥੋਂ ਦੇ ਨੇਟਿਵ ਹੁੰਦੇ ਸੀਗੇ ਓਕੇ ਤੇ ਹੁਣ ਸਾਰੇ ਆਏ ਨਹੀਂ ਸੀ ਕਰਦੇ ਕਈ ਤੱਕਾ ਕਰਦੇ ਸੀਗੇ ਇਹਨਾਂ ਤੋਂ ਸਮਾਨ ਲੈ ਜਾਂਦੇ ਸੀ ਫਰ ਟ੍ਰੇਡ ਕਰ ਦਿੰਦੇ ਸੀ ਤੇ ਬਦਲੇ ਚ ਇਹਨਾਂ ਨੂੰ ਲਾਈਕ ਮਾਰ ਮੋਰ ਦਿੰਦੇ ਸੀਗੇ ਆਹੀ ਹੈਟਸਨ ਬੇ ਵਾਲੇ ਜੋ ਰਿਜਮਾਜ ਕਰਦੇ ਜੀ ਹਾਂ ਤਾਂ ਹੀ ਐਡੀ ਵੱਡੀ ਕੰਪਨੀ ਹਾਲਾਂਕਿ ਇੰਨੀ ਪੁਰਾਣੀ ਕੰਪਨੀ ਆ ਇੰਨੀ ਮੈਂ ਕਹੂੰਗਾ ਵੀ ਥਰੂ ਆਊਟ ਦਾ ਟਾਈਮ ਇਹਨਾਂ ਨੇ ਐ ਧੱਕਾ ਕੀਤਾ ਵਿੱਚ ਵਿੱਚ ਵਧੀਆ ਬੰਦੇ ਵੀ ਆਏ ਆ ਹੈਟਸਨ ਬੇ ਵਾਲਿਆਂ ਦੇ ਉਹ ਤੇ ਵੀ ਪ੍ਰੂਫ ਹੈਗੇ ਪਰ ਇਹਨਾਂ ਨੇ ਵਿੱਚ ਵਿੱਚ ਲਾਈਕ ਧੱਕਾ ਵੀ ਕੀਤਾ ਹੋਇਆ ਵਾ ਤੇ बिकॉज ਅਮਰੀਕਾ ਦੇਖਿਏ ਆਪਾਂ ਸਾਰੇ ਹੀ ਇਮੀਗਰੈਂਟ ਆ ਜਿੰਨੇ ਵੀ ਯੂਰੋਪੀਅਨਸ ਹੋ ਗਏ origianally ਤਾਂ ਇੱਥੇ ਲਾਈਕ ਅਲੱਗ-ਅਲੱਗ ਟ్రਾਈਬਸ ਹੁੰਦੀਆਂ ਸੀ ਜਿਵੇਂ ਨੇ ਕਿ ਕਮਾਂਚੇ ਹੁੰਦੀ ਹੈ ਨਾ ਪਲੇਨ ਪਲੇਨ ਟ్రਾਈਬਸ ਹੁੰਦੀਆਂ ਸੀ ਜਿਹੜੇ ਆਰਕਟਿਕ ਵਾਲੇ ਵੀ ਸੀਗੇ ਇਹ ਜੋਕਸ ਕਿਹੜੇ ਨੇ ਹੋ ਗਏ ਉਹ ਹੋ ਗਈਆਂ ਟੈਕਸਸ ਹੋ ਗਿਆ ਓਕਲਾਹੋਮਾ ਓਕਲਾਹੋਮਾ ਹੋ ਗਿਆ ਮੌਂਟੇਨਾ ਹੋ ਗਿਆ ਅਲਬਰਟਾ ਹੋ ਗਿਆ ਤੇ ਇੱਥੇ ਪਲੇਨ ਟ్రਾਈਬਸ ਰਹਿੰਦੀਆਂ ਸੀ ਤੇ ਉਹਨਾਂ ਨਾਲ ਧੱਕਾ ਕੀਤਾ ਬਾਹਰ ਲਿਆਣੇ ਆਊਟਸਾਈਡਰਸ ਨੇ ਆ ਕੇ ਜਿਵੇਂ ਵਾਈਸਨ ਹੁੰਦੇ ਸੀ ਹਨਾ ਵਾਈਸਨ ਬਫਲੋ ਕਹਿ ਦਿੰਦੇ ਹਨਾ ਅਮਰੀਕਨਸ ਉਹਨੂੰ ਪੰਜਾਬੀ ਜਿਵੇਂ ਮਾਦ ਕਹਿੰਦੇ ਆਪਾਂ ਜਾਂ ਆਸਾਨ ਹੁੰਦੇ ਹਨਾ ਇੱਥੇ ਇੱਥੋਂ ਦੇ ਨੇਟਿਵ ਉਹ ਜਾਨਵਰੀ ਆ ਵਾਈਸਨ ਤੇ 1872 ਵਿੱਚਾਂ ਦੇ ਇਹਨਾਂ ਨੇ ਇੱਕ ਦਿਨ ਚ 3000 ਵਾਈਸਨ ਮਾਰਦੇ ਹੁੰਦੇ ਸੀਗੇ ਜਿਹੜੇ ਆਊਟਸਾਈਡਰਸ ਹੁੰਦੇ ਸੀਗੇ ਕਾਹਤੋਂ ਜਸਟ ਬਿਕੋਜ਼ ਇਹਨਾਂ ਨੂੰ ਸਟਾਰਵ ਕਰਨ ਲਈ ਇਹਨਾਂ ਨੂੰ ਭੁੱਖੇ ਰੱਖਣ ਲਈ ਕਿਉਂਕਿ ਕਮਾਂਚੀਜ਼ ਉਹਦੇ ਤੇ ਰਿਲਾਇ ਕਰਦੇ ਸੀ ਮਤਲਬ ਮੈਨ ਖਾਣਾ ਹੈ ਨਾ ਡਾਈਟ ਹੈ ਨਾ ਬਾਈਸੈਂਸ ਸੀਗਾ ਵੀ ਇਹ ਇਹਨਾਂ ਦਾ ਆਪਸ ਵਿੱਚ ਬਹੁਤ ਲੜਾਈਆਂ ਹੋਈਆਂ ਸਿਵਲ ਵਾਰਸ ਹੋਈਆਂ ਹਨ ਇਵਨ ਟ੍ਰਾਈਬਸ ਆਪਸ ਚ ਲੜਦੀਆਂ ਰਹਿੰਦੀਆਂ ਸੀ ਬਹੁਤ ਜ਼ਿਆਦਾ ਟ੍ਰਾਈਬਸ ਸੀ ਕਮਾਂਚੇ ਹੋਰ ਹਨ ਟ੍ਰਾਈਬਨਾਂ ਨਾਲ ਲੜਦੇ ਰਹਿੰਦੇ ਸੀ ਯਾ ਯੂਰੋਪੀਅਨਸ ਵੀ ਉਹ ਇਹਨਾਂ ਨਾਲ ਲੜਦੇ ਰਹਿੰਦੇ ਸੀ ਤੇ ਆਈ ਇਹਨਾਂ ਨੇ ਹਨਾ ਬਾਈਸੈਂਸ ਨੂੰ ਕੈਪਚਰ ਕਰ ਕਰਕੇ ਆਪ ਮਾਰੀ ਗਏ ਤਾਂ ਕਿ ਇਹ ਟ੍ਰਾਈਬਸ ਭੁੱਖੀਆਂ ਰਹਿਣ ਇਹ ਬਾਅਦ ਚ ਸਾਡੇ ਮੈਂਤਾਂ ਤਰਲੇ ਕਰਨ ਵੀ ਸਾਨੂੰ ਖਾਣਾ ਦੋ ਹਨ ਲਾਈਕ ਇੰਨਾ ਧੱਕਾ ਕੀਤਾ ਹੋਇਆ ਇਹ ਇਹ ਆਪਾਂ ਵੱਡੇ ਲੈਵਲ ਤੇ ਕਹਿ ਸਕਦੇ ਹਾਂ ਕਿ ਕਿਉਂਕਿ ਅਮਰੀਕਾ ਹੈ ਹੀ ਬਹੁਤ ਵੱਡਾ ਹਨ ਵੱਡੇ ਲੈਵਲ ਤੇ ਕਿਵੇਂ ਐ ਤਸ਼ੱਦਦ ਕੀਤੀ ਹਨਾ ਟ੍ਰਾਈਬਸ ਤੇ ਵੱਡੇ ਗਰੁੱਪ ਸੀ ਉਹ ਜਿਵੇਂ ਹੁਣ ਐਮਾਜ਼ੋਨ ਹੈ ਐਮਾਜ਼ੋਨ ਚ ਜੰਗਲਾਂ ਕਰਕੇ ਉਹ ਜੇ ਜੇ ਵਸ ਚੱਲਦਾ ਮੈਨੂੰ ਲੱਗਦਾ ਕ੍ਰਿਸਟੋਫਰ ਕਲੰਬਸ ਅਰ ਗਿਆ ਨਾ ਮੈਂ ਵੀ ਉਧਰ ਵੀ ਜਿਵਾਗ ਜਾਂਦੇ ਹਨਾ ਉਹ ਬਿਲਕੁਲ ਗੱਲ ਤੋਂ ਹੀ ਜੰਗਲ ਕਰਕੇ ਉੱਥੇ ਆਮ ਜਾਂ ਬੰਦਾ ਆ ਆਹ ਵੀ ਆਪਣੇ ਵਾਲੇ ਵੀ ਜਲ ਜਾਂਦੇ ਹੁਣ 1500000 ਦੇ ਵਿੱਚ ਚੌਥੀ ਵਾਰੀ ਆਇਆ ਹਨ ਤੇ 15006 ਚ ਮਰ ਗਿਆ ਉਸ ਪੈਨ ਚ ਜਾ ਕੇ ਹੋ ਸਕਦਾ ਆ ਹੋ ਸਕਦਾ ਵਾਪਸ ਆ ਜਾਂਦਾ ਉਹ ਇੱਕ ਕੱਡੇੋਂ ਬਗੇੜਾ ਪਰ ਉਹਨੇ ਇੱਕ ਫਾਊਂਡੇਸ਼ਨ ਇੱਕ ਵਾਰੀ ਉਹ ਮਤਲਬ ਯੂਰੋਪੀਅਨ ਸੈਟਲਰ ਉਦੋਂ ਉਹਦੇ ਕਰਕੇ ਆਉਣ ਲੱਗੇ ਤੇ ਉਹੀ ਆ ਕਿ ਆਪਣਾ ਹਿਊਮਨ ਨੇਚਰ ਆਣਾ ਟੈਰੀਟੋਰੀਅਲ ਜੇ ਪਾਵਰਫੁੱਲ ਬੰਦਾ ਆ ਕੇ ਤੇ ਮਾੜੇ ਨੂੰ ਤਾਂ ਕਿ ਉਹ ਕਰਦਾ ਹੀ ਆ ਉਹ ਚੀਜ਼ ਹੀ ਹੋਈ ਕਿ ਆਗੇ ਕੋਲੰਬਸ ਨੇ ਹੋਈ ਥੋੜਾ ਜਿਹਾ ਟਾਈਮ ਕੀਤਾ ਪਿਆਰ ਮੋਬਦਨ ਨਾਲ ਬਾਅਦ ਵਿੱਚ ਉਹੀ ਚੀਜ਼ਾਂ ਕੀਤੀਆਂ ਜਿਹੜੀਆਂ ਕਿ ਮੈਨੀਪੂਲੇਟ ਕੀਤਾ ਉਹਨੇ ਲਾਈਕ ਕੋੜੇ ਦੇ ਦਿੰਦੇ ਸੀ ਕੋੜੇ ਲਾਈਕ ਫੈਲਮ ਵੀ ਬਣੀ ਹੈ ਜਿਵੇਂ ਦਾ ਰੈਵਨੈਂਟ ਫੈਲਮ ਹਨਾ ਲਿਓਨਾਰਡੋ ਡਿ ਕੈਪਰੀਓ ਦੀ ਉਹ ਹਾਲਾਂਕਿ ਉਹ ਹੈ ਤਾਂ ਹਿਊਜ ਗਲਾਸ ਤੇ ਆ ਜਿਹੜੇ ਬੰਦੇ ਨੇ ਭਾਲੂ ਭਾਲੂ ਨੂੰ ਅਟੈਕ ਕਰਤਾ ਸੀ ਪਰ ਉਹਦੇ ਨਾਲ ਨਾਲ ਇੱਕ ਪੈਰਲਰ ਹਿਸਟੋਰੀਕਲ ਕਹਾਣੀ ਵੀ ਦੱਸੀ ਹੋਈ ਆ ਵੀ ਕਿਵੇਂ ਉਹ ਉਹ ਫਰ ਟ੍ਰੇਡਿੰਗ ਹੁੰਦੀ ਸੀ ਹਨਾ ਜਾਨਵਰਾਂ ਦੀ ਜਿਵੇਂ ਮਤਲਬ ਕਹੇ ਰਿਆਂ ਪਾਇਨ ਮਾਰਟਨ ਦੀ ਹੋਗੀ ਜਾਂ ਬੀਵਰਸ ਹੋਗੇ ਵੁਲਵਸ ਦੀ ਕਈ ਵਾਰੀ ਉਹਨਾਂ ਨਾਲ ਉਹ ਧੱਕਾ ਕਰਦੇ ਕਈਆਂ ਕਈ ਵਾਰੀ ਜਿਹੜੇ ਟ੍ਰਾਈਬਸ ਹੁੰਦੇ ਸੀ ਉਹਨਾਂ ਦੇ ਪੈਂਡ ਦੇ ਪੈਂਡ ਜਲਾ ਦਿੰਦੇ ਸੀਗੇ ਤੇ ਉਹਨਾਂ ਦਾ ਫਰ ਲੈ ਕੇ ਆਪ ਵਗ ਜਾਂਦੇ ਸੀਗੇ ਤੇ ਬਦਲੇ ਵਿੱਚ ਉਹ ਜੋ ਉਹ ਰਿਟੈਲੀਏਟ ਕਰਦੇ ਹੁੰਦੇ ਸੀਗੇ ਜਦੋਂ ਤੇ ਉਹ ਇਹਨਾਂ ਦੇ ਬਿਲਡਿੰਗਾਂ ਇਹਨਾਂ ਦੇ ਵਾਈਟ ਪੀਪਲਸ ਇਹਨਾਂ ਨੂੰ ਚੱਕ ਦਿੰਦੇ ਸੀ ਹਨਾ ਤੇ ਆਈ ਇਹਨਾਂ ਦੀ ਸਿਵਲ ਵਾਰਾਂ ਵੀ ਬਹੁ ਹੋਈਆਂ ਹੋਈਆਂ ਅਮਰੀਕਾ ਵਿੱਚ ਆਪਸ ਵਿੱਚ ਬਹੁ ਲੜੇ ਹੋਏ ਆ ਇਹ ਉਹ ਚੱਕ ਕੇ ਬਾਅਦ ਚੋ 22s 22s ਸੰਤ ਕਰਨ ਲੱਗ ਜਾਂਦੇ ਸੀ ਨਾ ਵੀ ਇਹਨਾਂ ਦੇ ਏਰੀਆ 'ਚ ਜਾ ਕੇ ਵੀ 22s ਹੀ ਆਪਾਂ ਚੱਕ ਦਿੰਦੇ ਆ ਸਾਰੇ ਇਹ ਸਟਾਰ ਭੁੱਖੇ ਮਾਰਨ ਆਪੇ ਤੇ ਜਿਵੇਂ ਸੌਰੀ ਜਿਵੇਂ ਕਮਾਂਚੀ ਦੀ ਗੱਲ ਕਰ ਰਹੇ ਹੋ ਅੱਜ ਵੀ ਐਗਜ਼ਿਸਟ ਕਰਦੇ ਆ ਮਤਲਬ ਉਹ ਆਬਵੀਅਸਲੀ ਹੁਣ ਕੰਟਰੋਲ ਦਾ ਗਵਰਨਮੈਂਟ ਦੇ ਅੰਡਰ ਕਰ ਰਹੇ ਨੇ ਬਟ ਉਹੀ ਆ ਕਿ ਜਿਵੇਂ ਇਹਨਾਂ ਦਾ ਬੜਾ ਵਾਰ ਫੇਅਰ ਹੋਇਆ ਉਹਨਾਂ ਨਾਲ ਉਹ ਏਡੇ ਤਕੜੇ ਸੀ ਕੋਡਸਵਾਰ ਬਹੁਤ ਏਡੇ ਸੀ ਉਹ ਜਿਵੇਂ ਇੱਕ ਹੋਰ ਫਨ ਫੈਕਟ ਆ ਕਿ ਜਿਹੜਾ ਘੋੜਾ ਸੀ ਹਨਾ ਕਹਿੰਦੇ ਜੰਗਲੀ ਘੋੜਾ ਇੱਥੇ ਨਾਰਥ ਅਮਰੀਕਾ ਜੰਗਲੀ ਘੋੜਾ ਹੁੰਦਾ ਸੀ ਪਹਿਲਾਂ ਹਨਾ ਤੇ ਉਹ ਇੱਕ ਟਾਈਮ ਐਕਸਟਿੰਕਟ ਹੋ ਗਿਆ ਸੀ ਇੱਥੋਂ ਹਨਾ ਤੇ ਉਸ ਤੋਂ ਬਾਅਦ ਜਦੋਂ ਇਹ ਕਲੋਨਲਾਈਜ਼ਮ ਕਲੋਨੀਅਲਿਜ਼ਮ ਹੋਇਆ ਜਦੋਂ ਇਹ ਆਇਆ ਵਾਪਸ ਕਲੰਬਸ ਵਰਗੇ ਆਏ ਉਹਦੀ ਇਹ ਘੋੜੇ ਲੈ ਕੇ ਆਏ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਕਮਾਂਚੀ ਟ੍ਰਾਈਬ ਸੀਗੀ ਇਹਨਾਂ ਨੇ ਘੋੜੇ ਟੇਮ ਕਰ ਲਏ ਜਿਵੇਂ ਇਹਨਾਂ ਨੇ ਟ੍ਰੇਡ ਕੀਤਾ ਟ੍ਰੇਡ ਘੋੜਿਆਂ ਦਾ ਘੋੜਿਆਂ ਦਾ ਟ੍ਰੇਡ ਹੋਇਆ ਇਹਨਾਂ ਨੂੰ ਘੋੜੇ ਮਿਲੇ ਇਹ ਬਹੁਤ ਤਕੜੇ ਬਣ ਗਏ ਐਮਾਜ਼ਨ ਵਾਲਾ ਤਾਂ ਘੋੜੇ-ਘੋੜੇ ਦੇਖੀ ਨਹੀਂ ਐਮਾਜ਼ ਔਰ ਇਹਨਾਂ ਦੇ ਜਿਹਨਾਂ ਘੋੜੇ ਪੂਰੇ ਤਕੜੇ ਹੋ ਗਏ ਨਾ ਤੇ ਇਹਨਾਂ ਨੇ ਘਟੋ ਘਟ ਬਹੁਤ ਟਾਈਮ ਡੋਮਿਨੇਟ ਕੀਤੇ ਆ ਦੂਜੀਆਂ ਟ੍ਰਾਈਬਸ ਵੀ ਤੇ ਇਹ ਵੀ ਸੈਟਲਰ ਵੀ ਪਰ ਹੌਲੀ ਹੌਲੀ ਇਹ ਮੈਨੂੰ ਲੱਗਦਾ ਜਿਵੇਂ ਬੋਆਨੇਰੋ ਘੋੜੇ ਤੇ ਬਹਿ ਕੇ ਚਲਾ ਦਿੰਦੇ ਸੀ ਨਾ ਉਹ ਉਹ ਤੈਨੂੰ ਪਤਾ ਬਹੁਤ ਔਖੀ ਆ ਚੀਜ਼ ਤੂੰ ਘੋੜੇ ਤੁੱਕੋੜਾ ਰਾਈਡ ਵੀ ਕਰ ਰਿਆ ਤੇ ਨਾਲੇ ਤੂੰ ਤੀਰ ਵੀ ਛੱਡ ਰਿਆ ਤੀਰ ਕਮਾਨ ਚਲਾ ਰਿਆ ਗੈਂਗਿਸ ਖਾਨ ਆਰਗਿਆਂ ਦੇ ਵੀ ਉਹਨਾਂ ਦੇ ਵੀ ਇਹੋ ਜਿਹੀ ਸੀ ਉਹਨਾਂ ਨੂੰ ਲੱਗਦਾ ਰਾਈਡਰ ਸੀਗੇ ਜਿਹੜੇ ਹਾਰਸ ਬੈਕ ਰਾਈਡਰ ਹੁੰਦੇ ਸੀਗੇ ਤੇ ਪਰ ਹਾਲਾ ਕੀ ਹੌਲੀ ਹੌਲੀ ਮਾਤੇ ਉੱਥੇ ਖਾਨ ਲੱਗ ਗਏ ਜਿਵੇਂ ਅਸਲਾ ਬਣਨ ਲੱਗ ਗਿਆ ਹਣਾ ਹੁਣ ਉਹਨਾਂ ਉਹਨਾਂ ਕੋਲ ਅਸਲਾ ਹੁੰਦਾ ਸੀ ਇੰਗਲਿਸ਼ ਮੈਨ ਕੋਲ ਹਣਾ ਤੇ 799 ਉਹ ਗੋਲੀ ਨਾਲ ਚੱਕ ਦਿੰਦੇ ਸੀ ਇਹਨਾਂ ਦੇ ਹੁਣ ਤੀਰ ਕਮਾਨ ਕਿੱਥੇ ਕੰਮ ਆਉਣੇ ਹਾਲਾ ਕੀ ਅਫਰੀਕਾ 'ਚ ਹੁਣ ਹੈਗੀਆਂ ਨੇ ਗੇਡਰਾਬਾਂ ਉਹ ਜਿਵੇਂ ਤੁਸੀਂ ਕਹਿੰਦੇ ਕਿ ਟ੍ਰਾਈਬਾਂ 'ਚੜੇ ਵੀ ਲੜਾਈ ਝਗੜਾ ਰਹਿੰਦਾ ਆਪਦਾ ਹੁੰਦਾ ਹਣਾ ਹਾਲਾ ਕੀ ਕਈਆਂ 'ਚ ਅਲਾਈਅੰਸ ਵੀ ਹੁੰਦੇ ਨੇ ਆਪਦਾ ਫੂਡ ਫਾਰਟ ਸ਼ੇਅਰ ਕਰਕੇ ਫਿਰ ਅਲਾਈਅੰਸ ਬਣਾਉਣਾ ਹੁੰਦਾ ਏ ਉਹਨਾਂ ਨੇ ਅਫਰੀਕਾ 'ਚ ਹੁਣ ਕਈ ਹੈਗੀਆਂ ਨੇ ਉਹ ਆਪਦਾ ਮਤਲਬ ਪ੍ਰ ਤੇ ਉਹ ਉਹ ਗੱਨਾ ਰੱਖਿਆ ਵੀ ਇਹਨਾਂ ਨੇ ਆਟੋਮੈਟਿਕ ਮਤਲਬ ਡਰਾਈਵਸ ਵਾਲਿਆਂ ਨੇ ਹਾਂ ਹਾਂ ਨੈਟ ਜੀ ਵਗੈਰਾ ਤੇ ਦਿਖਾਉਂਦੇ ਹੁੰਦੇ ਨੇ ਮੇਰੇ ਲੱਗਦਾ ਓਕੇ ਓਕੇ ਤੇ ਉਹ ਆਟੋਮੈਟਿਕ ਗੱਨਾ ਨੇ ਉਹਨਾਂ ਕੋਲੇ ਲਈਆਂ ਪੁਰਾਣੇ ਜਿਹੜੇ ਤੇਰੇ ਵਾਰ ਵਾਲੇ ਸੀਗੇ ਉਹਨਾਂ ਦੇਣੋਂ ਤੋਂ ਖਰੀਦیاں ਕਰੂਦੀਆਂ ਹੋਈਆਂ ਉਹ ਤਾਂ ਮੈਨੂੰ ਲੱਗਦਾ ਗਲਤ ਪਾਸੇ ਚਲਾਤਾ ਕੰਮ ਕਿਉਂਕਿ ਉਹ ਜਦੋਂ ਜਦੋਂ ਕੰਟੈਕਟ ਉਹੀ ਗੱਲ ਹੈ ਵੀ ਉਹਨਾਂ ਦਾ ਹਿਊਮਨ ਨਾਲ ਕੰਟੈਕਟ ਹੋ ਰਿਹਾ ਉਹਦੋਂ ਹੀ ਆਲਾ ਜਿਆਦਾ ਖਰਾਬ ਹੋ ਰਹੇ ਨੇ ਸ਼ਿਮ ਜੀ ਤੁਸੀਂ ਹੈਲਪ ਕਰੋ ਜਾ ਕੇ ਤੁਸੀਂ ਕੰਨਾ ਬਣਾ ਦਿਆ ਵਾ ਪਰ ਹੋਰ ਸੀਗਾ ਪਤਨੀ ਆ ਡੋਨਟ نو ਕਿੱਥੇ ਦਾ ਸੀ ਸ਼ਾਇਦ ਉਹ ਬ੍ਰਾਜ਼ਿਲ ਦਾ ਹੀ ਸੀਗਾ ਮੇਬੀ ਬ੍ਰਾਜ਼ਿਲ ਦੀ ਕੋਈ ਫੁਨਾਈ ਏਜੰਸੀ ਹੈ ਜਿਹੜੀ ਇਹਦੇ ਤੇ ਰੱਖਦੀ ਹੈ ਕਾਫੀ ਨਿਗਰਾਨੀ ਰੱਖਦੀ ਹੈ ਐਮਾਜ਼ਨ ਦੇ ਐਮਾਜ਼ਨ ਦੇ ਟ్రਾਈਵ ਵਗੈਰਾ ਤੇ ਉਦੋਂ ਜਦੋਂ ਕਈ ਬੰਦੇ ਕੀਤੇ ਸੀਗੇ ਐਡ ਹਨਾ ਮਤਲਬ ਆਪਣੇ ਟ్రਾਈਬਲ ਪੀਪਲ ਕੀਤੇ ਸੀਗੇ ਉਹਨਾਂ ਨੂੰ ਜਦੋਂ ਨਵੀਆਂ-ਨਵੀਆਂ ਚੀਜ਼ਾਂ ਉਹਨਾਂ ਨੇ ਦੇਖੀਆਂ ਅੱਗੇ ਨਾਲ ਐਕਸਪੀਰੀਅੰਸ ਕੀਤੀਆਂ ਨੇ ਹਨਾ ਉਹਨਾਂ ਨੂੰ ਤਬਾਕੂ ਦਿੱਤਾ ਉਹਨਾਂ ਨੇ ਜੇ ਉਹ ਉਹ ਸਾਰੀਆਂ ਚੀਜ਼ਾਂ ਨਾਲ ਉਹ ਬਿਮਾਰ ਹੋਣ ਲੱਗੇ ਸੀ ਉਹ ਉਸ ਤੋਂ ਉਹ ਜਾਂ ਅੱਧੇ ਐਡਿਕਟਡ ਹੋ ਗਏ ਜੇ ਉਹ ਤਾਂ ਫਿਰ ਉਹ ਮੈਜੋਰਟੀ ਲੋਕਾਂ ਦੀ ਜਿਆਦਾ ਹੈ ਵੀ ਜਿਹੜੇ ਕਹਿੰਦੇ ਨੇ ਵੀ ਰਹਿਣ ਦੋ ਉਹਨਾਂ ਨੂੰ ਬਈ ਆਪਣੇ ਆਪ ਚੇ ਨਹੀਂ ਨਹੀਂ ਬਿਲਕੁਲ ਉਹ ਜੇ ਉਹੀ ਹੈ ਜੇ ਫਾਇਦਾ ਹੀ ਨਹੀਂ ਹੁੰਦਾ ਹੋ ਰਿਹਾ ਤੇ ਨੁਕਸਾਨ ਕਿਉਂ ਕਰਨਾ ਗਲਤ ਹੋ ਹੀ ਜਾਣਗੇ ਆਹ ਯਾ ਉਹ ਤੇ ਪਾਲਰ ਸੋਲੀ ਦੀ ਮੰਗਲਦੀ ਦੱਸ ਰਿਹਾ ਸੀਗਾ ਉਹ ਜਿਹੜਾ ਨੇਚਰਲ ਹੈਬੀਟੈਟ ਨੂੰ ਪ੍ਰਜ਼ਰਵ ਕਰਦਾ ਉਹੀ ਦੱਸ ਰਿਹਾ ਸੀਗਾ ਉਹ ਕਹਿੰਦਾ ਵੀ ਉਹ ਉਹਨਾਂ ਦੇ ਫਰੈਂਡ ਸੀਗਾ ਤੇ ਲੱਕੜਾਂ ਵੱਢਣ ਗਿਆ ਹੋਇਆ ਸੀਗਾ ਤੇ ਉੱਥੇ ਟ੍ਰਾਈਬ ਵਾਲਿਆਂ ਨੇ ਮਾਰਤਾ ਜਾ ਕੇ ਤੇ ਉਹਦੇ ਉਹਦੇ ਜਾਂਦੇ ਆਂਦੇ ਪਤਾ ਨਹੀਂ ਕਿੰਨੇ ਆ ਰੋਜ਼ ਪੋਰਕਿਉ ਪਾਈ ਨਹੀਂ ਕਰਤਾ ਉਹਨੂੰ ਤੀਰਾਂ ਨਾਲ ਜਵਾਂ ਲਾਈ ਯਾ ਤੇ ਉਹ ਲਾਸ਼ ਵੀ ਬਵਾ ਦਿਨਾਂ ਬਾਅਦ ਉਹਨਾਂ ਨੇ ਹੈਲੀਕਾਪਟਰ ਉਹ ਵੇਖੀ ਉਹਨਾਂ ਨੇ ਉਦੋਂ ਲਾਈਕ ਹੱਡੀਆਂ-ਹੱਡੀਆਂ ਬਾਹਰ ਨਿਕਲੀਆਂ ਪਈਆਂ ਸੀ ਨਾ ਬਾਡੀ ਜਮਾਂ ਗਲੀ ਪਈ ਸੀ ਬਹੁਤ ਜਿਹੜੇ ਨਹੀਂ ਖਾਂਦੇ ਉਹ ਮਾਰ ਕੇ ਉੱਥੇ ਛੱਡ ਕਿਉਂਕਿ ਉਹ ਜਿਹੜਾ ਆਪਾਂ ਆਪਾਂ ਇੰਨੇ ਐਡਵਾਂਸਡ ਹੋਏ ਪਏ ਆ ਕਿ ਆਪਾਂ ਉਹਨਾਂ ਬਾਰੇ ਗੱਲ ਕਰ ਰਹੇ ਆ ਪਰ ਉਹਨਾਂ ਨੂੰ ਤਾਂ ਨਹੀਂ ਪਤਾ ਨਾ ਆਪਾਂ ਕਿ ਆਪਾਂ ਕੀ ਜੀ ਆ ਜੀ ਨਹੀਂ ਉਹਨਾਂ ਨੂੰ ਹੋਣਾ ਕਿ ਪਤਾ ਵੀ ਹੈ ਪਰ ਕਈਆਂ ਨੂੰ ਬਹੁਤ ਘੱਟ ਹੁੰਦਾ ਹਾਂ ਪਰ ਉਹ ਐ ਲੱਗਦਾ ਕਿ ਆਹ ਜਿਹੜੀ ਦੇ ਪਾਉਨ ਕੰਟੈਕਟਰ ਦੀ ਗੱਲ ਕਰਦੇ ਆ ਬੜੇ ਇਨਸੀਡੈਂਟ ਹੁੰਦੇ ਕੇ ਕੱਪੜੇ ਕੱਪੜੇ ਦੇਖ ਕੇ ਉਹਨੂੰ ਮਤਲਬ ਡਰ ਜਾਂਦੇ ਆ ਹਨਾ ਵੀ ਇਹ ਕੀ ਪਾਈ ਬੈਠਿਆ ਜਾਂ ਆਹ ਹੱਥ ਚ ਕੀ ਇਹਨਾਂ ਦੇ ਜਾਦੂਗਰ ਆ ਜਾਂ ਵੇਚ ਕ્રાਫਟ ਆ ਹਨਾ ਪਾਈ ਦੇਖੀ ਸੀ ਮੈਂ ਉਹ ਗੋਰਾ ਉਹ ਲਾਉਂਦਾ ਮਾਚਸ ਲਾਉਂਦਾ ਉਹਦੇ ਅੱਗੇ ਹਾਂ ਉਹ ਪਹਿਲਾਂ ਤਾਂ ਤੁਹਾਨੂੰ ਪਤਾ ਉਹ ਪੂਰਾ ਖੁਸ਼ ਹੋ ਜਾਂਦੇ ਨੇ ਮਾਚਸ ਦੇਖ ਕੇ ਵੀ ਆਹ ਲਿਆਂਦੀਆਂ ਕੰਮ ਦੀ ਚੀਜ਼ ਅੱਗੇ ਪਹਿਲਾਂ ਉਹ ਨੂਨ ਪਹਿਲਾਂ ਉਹ ਨੂਨ ਦਿਖਾਉਂਦਾ ਇਹ ਉਹ ਫਿਰ ਉਹਨੂੰ ਸ਼ੀਸ਼ਾ ਦਿਖਾਉਂਦਾ ਸ਼ੀਸ਼ੇ ਚ ਐ ਜੇ ਦੇਖਦਾ ਉਹ ਵੀ ਹਮਮ ਅਧਾਰ ਕਾਰਡ ਵਾਲੀ ਫੋਟੋ ਹਾਂ ਮਤਲਬ ਸ਼ੀਸ਼ਾ ਦੇਖ ਕੇ ਉਹ ਬੰਦਾ ਉਹਨੂੰ ਕਹਿੰਦਾ ਕਿ ਬਹੁਤ ਅਜੀਬ ਸਾਰੇ ਹੁੰਦੇ ਨੇ ਸਾਰੇ ਫਿਰ ਉਹ ਬਾਅਦ ਪਹਿਲਾਂ ਤਾਂ ਆਪਦੇ ਵੂਮਨ ਨੂੰ ਵੀ ਕਹਿ ਰਹੇ ਹੁੰਦੇ ਨੇ ਵੀ ਪਿੱਛੇ ਰਹੋ ਇਹ ਪਤਾ ਨਹੀਂ ਸਾਲਾ ਕੀ ਬੈਠਾ ਹੈ ਗੋਰਾ ਹੁੰਦਾ ਫਿਰ ਬਾਅਦ ਚ ਕਹਿੰਦੇ ਨੇ ਯਾਰ ਸੇਫ ਹੈ ਉਹ ਮਾਛਿਸ ਨੂੰ ਉਵੇਂ ਹੱਥ ਹੋਤ ਲਾ ਲੈਂਦੇ ਨੇ ਅੱਗ ਦਾ ਪਤਾ ਨਹੀਂ ਹਣਾ ਪਰ ਫਿਰ ਉਹਨੂੰ ਚੀਜ਼ਾਂ ਦੇ ਦੂਗੇ ਆਉਂਦਾ ਉਹ ਕੰਮ ਕਰਨ ਲਈ ਉਹਨਾਂ ਦੀ ਜਿਹੜੀ ਕੰਮ ਦੀਆਂ ਚੀਜ਼ਾਂ ਨੇ ਆਪਾਂ ਹਾਲਾਂਕਿ ਕਹਿ ਦਿੰਦੇ ਆ ਟ੍ਰਾਈਬਸ ਹਨਾ ਵੀ ਉਹ ਆਈਸੋਲੇਟਡ ਆ ਇੱਥੇ ਰਹੀ ਜਾਂਦੀਆਂ ਲਾਈਕ ਉਹਨਾਂ ਨੂੰ ਮੈਡੀਸਨ ਹਾਲਾਂਕਿ ਉਹ ਵੀ ਆਪ ਦੇ ਵਿੱਚ ਬਹੁਤ ਐਡਵਾਂਸ ਹਨਾ ਕਈ ਚੀਜ਼ਾਂ ਜਿਹੜੀਆਂ ਬਿਲਕੁਲ ਬਿਲਕੁਲ ਹੈਲਦੀ ਕਿੰਨੇ ਆ ਹਾਂ ਉਹਨਾਂ ਨੂੰ ਕੋਈ obesidad ਨਹੀਂ ਕੁਝ ਨਹੀਂ ਆਪਾਂ Google Maps ਯੂਜ਼ ਕਰ ਦੇਣਾ ਵੇਖ ਉਹ ਉਹਨਾਂ ਨੂੰ ਸਾਰਾ ਕੁਝ ਪਤਾ ਆ ਜਾਣਾ ਕਿੱਦਾਂ ਕਿਹੜੇ ਕਿੱਧਰੋਂ ਕਿੱਧਰ ਜਾਣਾ ਪਹਿਲੀ ਗੱਲ ਕਰਦੇ ਬਾਹੂ ਆ ਟ੍ਰਾਈ ਬ ਹੈ ਕੋਈ ਉੱਥੇ ਦੀ ਇੰਡੋਨੇਸ਼ੀਆ ਹੂੰ ਮਲੇਸ਼ੀਆ ਤੇ ਫਿਲੀਪੀਨ ਦੇ ਤੱਟਾਂ ਤੇ ਰਹਿੰਦੀ ਹੈ ਬਿੱਲਾ ਉਹ ਰਹਿੰਦੇ ਨੇ ਪਾਣੀ ਚ ਪਾਣੀ ਚ ਘਰ ਜੇ ਬਣਾਏ ਹੋਣ ਜਾਂ ਤੇਰੇ ਹੋਮ ਬੋਟਾਂ ਚ ਰਹਿੰਦੇ ਨੇ ਪਰ ਨਾਗਰਿਕਤਾ ਕੋਈ ਸਿਟੀਨਿਸ਼ਿਪ ਨਹੀਂ ਹੈਗੀ ਕਿਸੇ ਦੇਸ਼ ਦੀ ਉਹਨਾਂ ਕੋਲੇ ਨਾ ਹੀ ਕੋਈ ਦਿੰਦਾ ਦੇਸ਼ ਉਹਨਾਂ ਨੂੰ ਉਹ ਬਸ ਐਂ ਪਟਕਦੇ ਕਦੇ ਕਿਤੇ 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 ਆਏ ਤੇ ਉਹ ਪਾਣੀ ਨਾਲ ਮਤਲਬ ਇੰਨਾ ਟਾਈਮ ਤੋਂ ਹਜ਼ਾਰਾਂ ਸਾਲ ਤੋਂ ਜੁੜੇ ਹੋਏ ਨੇ ਉਹਨਾਂ ਦੇ ਐਂਸੈਸਟਰ ਲਾਲਾ ਉਹਨਾਂ ਦੇ ਡੀਐਨਏ ਚ ਹੈ ਵੀ ਉਹ ਪਾਣੀ ਚ 13 ਮਿੰਟ ਤੱਕ ਕਹਿੰਦੇ ਵੀ ਐਵਰੇਜ ਸਾਂ ਰੋਕ ਲੈਂਦੇ ਨੇ ਆਹ ਆਮ ਬੰਦਾ ਯਾ ਉਹਨਾਂ ਦਾ ਉਹਨਾਂ ਦਾ ਸਪਲੀਨ ਵੱਡਾ ਕਹਿੰਦੇ ਆਮ ਬੰਦੇ ਨਾਲੋਂ ਆਕਸੀਜਨ ਘੱਟ ਲੈਂਦੇ ਨੇ ਤੇ ਪਾਣੀ ਚ ਜਾ ਕੇ ਸਪਲੀਨ ਨਾਲ ਕਨੈਕਟਡ ਸੀਗਾ ਕਿ ਸਪਲੀਨ ਵੱਡਾ ਹੋ ਗਿਆ ਯਾ ਯਾ ਤੇ ਉਵੇਂ ਹੀ ਉਵੇਂ ਕੰਡੀਸ਼ਨਡ ਹੋ ਗਏ ਉਹ ਆਈ ਜਿਵੇਂ ਕੀਣੀਆਂ ਦੇ ਕਈ ਟ੍ਰਾਈਬਸ ਆ ਗਏ ਹਨ ਜਿਵੇਂ ਮਲੇਰੀਆ ਨਾਲ ਮੋਸਟਲੀ ਬਿਮਾਰੀ ਮੇਜਰ ਮਲੇਰੀਆ ਹੁੰਦਾ ਪੈਰਾਸਾਈਟਸ ਹੁੰਦੀਆਂ ਹਨ ਜਿਹੜੇ ਮਤਲਬ ਬਾਹਰ ਜਿਹੜੇ ਇੰਡੀਜਨਸ ਗਰੁੱਪ ਜਾਂ ਜਿਹੜੇ ਮਤਲਬ ਅਨਕੰਟੈਕਟਡ ਟ੍ਰਾਈਬਸ ਆ ਜਿਹੜੇ ਅਨਕੰਟੈਕਟਡ ਜਾਂ ਜੰਗਲਾਂ ਦੇ ਵਿੱਚ ਹਨ ਡੀਪ ਡਾਊਨ ਜਿਨ੍ਹਾਂ ਕੋਲ ਦਵਾਈਆਂ ਨਹੀਂ ਪਹੁੰਚ ਸਕ ਉੱਥੇ ਕੀੜੀਆਂ ਦੇ ਵਿੱਚ ਨਾ ਉਹਨਾਂ ਦੇ ਜਿਹੜੇ ਟ੍ਰਾਈਬਸ ਆ ਉਹਨਾਂ ਦੇ ਜਿਹੜੇ ਬਲੱਡ ਸੈੱਲਸ ਆ ਰੈੱਡ ਬਲੱਡ ਸੈੱਲਸ ਉਹ ਉਹਨੂੰ ਚੇਂਜ ਹੋ ਗਏ ਤੇ ਜਿਹੜੀ ਜਿਹੜੀ ਪੈਰਾਸਾਈਟ ਆ ਮਲੇਰੀਆ ਵਾਲੀ ਪੈਰਾਸਾਈਟ ਆ ਉਹਨਾਂ ਨੂੰ ਵਰਕ ਹੀ ਨਹੀਂ ਕਰ ਦਿੰਦੀ ਉਹ ਮਤਲਬ ਉਹ ਪੈਰਾਸਾਈਟ ਵਰਕ ਨਹੀਂ ਕਰਦੀ ਉਹਦੇ ਤੇ ਕਿ ਮਲੇਰੀਆ ਹੋ ਹੀ ਨਹੀਂ ਸਕਦਾ ਉਹਨਾਂ ਨੂੰ ਉਹ ਇਮਿਊਨ ਹੋ ਗਏ ਮਲੇਰੀਆ ਨੂੰ ਮਤਲਬ ਇਹ ਚੀਜ਼ ਆ ਗਈ ਹੈ ਕਿ ਮੱਛਰ ਤਾਂ ਪਹਿਲਾਂ ਜੰਗਲਾਂ ਨੂੰ ਜੰਗਲਾਂ ਦਾ ਪਰ ਉਹ ਸਪੈਸੀਫਿਕ ਇੱਕ ਸਟੱਡੀ ਹੈ ਇਹਨਾਂ ਨੇ ਪੜਿਆ ਕਿ ਸਿਕਲ ਸੈਲ ਮਤਲਬ ਕਿ ਪਰ ਇਹ ਆਏ ਹੁੰਦਾ ਕਿ ਉਹ ਫਾਰਮੇਸ਼ਨ ਚੇਂਜ ਹੋ ਜਾਂਦੀ ਹੈ ਕਿ ਮਲੇਰੀਆ ਕਿਉਂ ਵੀ ਜੰਗਲ ਵਾਲਾ ਜੰਗਲ ਵਾਲਾ ਮੱਛਰ ਆਮ ਬੰਦੇ ਨੂੰ ਤਾਂ ਖਾ ਜੇ ਹਨਾ ਜਾਂ ਉਹਨਾਂ ਨੂੰ ਫਿਰ ਬਣੇ ਹੀ ਹੋਏ ਉਹਨਾਂ ਦਾ ਲਾਸਟ ਵਾਲੀ ਰਹਿ ਦੋ ਵੀ ਹਾਂ ਵੀ ਉਹਨਾਂ ਨੂੰ ਐਡ ਕਰਨਾ ਚਾਹੀਦਾ ਕਿ ਨਾ ਨੋਰਮਲ ਡਿਬੇਟ ਐਸਟਲ ਗੋਇੰਗ ਆਨ ਕਿ ਨਹੀਂ ਵੀ ਕਰਨਾ ਚਾਹੀਦਾ ਕਰਨਾ ਵੀ ਚਾਹੀਦਾ ਥੋਸ ਐਂਡ ਕੌਨਸ ਦੋ ਵੀ ਆ ਉੱਥੇ ਬਟ ਬੜੀ ਫੈਸੀਨੇਟਿੰਗ ਚੀਜ਼ ਹੈ ਕਿ ਆਪਾਂ ਵੀ ਐਗਜ਼ਿਸਟ ਕਰਦੇ ਆ ਤੇ ਉਹ ਵੀ ਐਗਜ਼ਿਸਟ ਕਰਦੇ ਆ ਦੁਨੀਆ ਦੇ ਨਾਲ ਤੇ ਇੰਨਾ ਕੀ ਮੈਨੂੰ ਮਤਲਬ ਉਹ ਬੜਾ ਜੀ ਤਕੜੀ ਆ ਉਹ ਜੋ ਆਪਾਂ ਗੱਲ ਕਰ ਰਹੇ ਸੀ ਨਾ ਆਪਾਂ ਏਲੀਅਨਸ ਏਲੀਅਨਸ ਤੇ ਕਰਦੇ ਰਹਿੰਦੇ ਆ ਨਾ ਵੀ ਇਹ ਵੀ ਏਲੀਅਨਸ ਹੀ ਆ ਹੱਕ ਸਾਡੇ ਜਿਵੇਂ ਏਲੀਅਨਸ ਆਏ ਸੋਚਦੇ ਹੋਣ ਜਿਵੇਂ ਆਪਾਂ ਸੋਚਦੇ ਆ ਵੀ ਉਹ ਇਹਨਾਂ ਨੂੰ ਇੱਥੇ ਹੀ ਰਹਿੰਦੇ ਉਹਨਾਂ ਨੂੰ ਨਾ ਛ ਇਲੀਨ ਕੀ ਬਜਾਈ ਸੋਚਦੇ ਹੋਣ ਉਹ ਖੁਰਨਾਂ ਨੂੰ ਇੱਥੇ ਰੱਖੋਣ ਨੇ ਬਲੀਵ ਸਿਸਟਮ ਜਿਵੇਂ ਦੱਸਿਆ ਉਹ ਕੈਨਿਬਲਿਸਟ ਉਹ ਆਪਦੇ ਬਜ਼ੁਰਗਾਂ ਨੂੰ ਖਾ ਜਾਂਦੇ ਆ ਜਾਂ ਕਈਆਂ ਨੂੰ ਲੱਗਦਾ ਖੇਕੂਆ ਉਹਨਾਂ ਨੂੰ ਚੱਕ ਦਿੰਦੇ ਆ ਹਾਂ ਖੇਕੂ ਤੇ ਉਹ ਬੜੇ ਬਿਜ਼ਾਰ ਆਉ ਚਲੋ ਹਰਖਾਨ ਚਲੋ ਜੀ ਫਿਰ ਠੀਕ ਹੈ ਜੀ ਖੇਕੂਆ ਅੱਜ ਦੀ ਬਹੁਤ ਐ ਨਾ